आया नीम जट अज भी आ सेम सिर चढ़िया नहीं फेम कदे की चौड़ नहीं करता सकते हाँ सानू लोड़ नहीं सब कुछ करता सकते हाँ सानू लोड़ नहीं। चीज़ा डिवाइड हो गई 26 तरीक तो बाद अपने बंदियां दी अपने बंदे गलतियां कटी जा रहे हैं जिहड़ी चीज़ मैनू लगता कि नहीं होनी चाहिए क्योंकि अपने सर का मुद्दा एक है। मैं ही सोच रहा इधर भी जे मेरा डैडी चाहे वह जॉब करता कुछ भी करता से जे अज जो जोन हों तो भी धरन से जाके बहता मैं ये गल का पता है किमें करिए गलां दिलों दियाँ किमें करिए गलां दिलों दियाँ साढ़े दिल की थान पर पत्थर ने जिथे रात पवे उत्थे सौ जाइए फिर चलते साढ़े अखर ने बड़ा जोर हालात ला छड़िया पुत जट का झुकया मैं भी नहीं मैंने चाहण वाले सब चले गए उस तो बाद फिर रुकया मैं मेरी अख रड़कनों हटती नहीं बड़े नक् रगड़ के देखे ने मैं उत्थे जा रोया हाँ मेरी माँ के जिथे पेके ने। डैडी तो मेरे का एक्सीडेंट हो गया सी जी मलसिया शाहकोट के को मेरे चाचा जी ने मिल के आ रहे थे वो तो आते हुए दो जने से उन्होंने एक्सीडेंट हो गया सी बस न तो उदो उन्हों की डैथ हो गई तो उस तो बाद 2011 च मेरी मॉम की कैंसर नाल डैथ हो गई थी भाई पर जो पता हो गया ना बई भी थोड़े ना होना है तो वह चीज़ साड़ी सहनी बहुत औखी लगती है थोड़ा पता भी 8 महीने के थोड़े को होना नहीं है एक बंदा ऑलरेडी चले गया तो 8 महीने हम तेरी माँ ने चले जाना तो वह चीज़ा पहली हो तुम 10-11 साल के होवो ना ਸੋਲੀ ਸਹਿਣੀਆਂ ਬਹੁਤ ਔਖੀਆਂ ਲੱਗਦੀਆਂ ਗੱਲਾਂ ਬਾਈ ਥੋੜ੍ਹਾ ਟਾਈਮ ਹੋਰ ਮਿਲ ਜਾਂਦਾ ਨਾ ਮੈਂ ਬਹੁਤ ਖੁਸ਼ ਸੀਗਾ ਬਾਈ ਛੋਟਾ ਸੀਗਾ ਬੜਾ ਸਾਲਾ ਸ਼ਕਲਾਂ ਹੀ ਬੋਲਦੀਆਂ ਜਾਂਦੀਆਂ ਹੁਣ ਤਾਂ ਯਾਰ ਲੋਕਾਂ ਨੂੰ ਨਾ ਪਤਾ ਨਹੀਂ ਹੁੰਦੀ ਤੁਹਾਡੀ ਸਟੋਰੀ ਵੀ ਤੁਸੀਂ ਕੀ ਜਿੱਦਾਂ ਲੰਘਿਆ ਆਪਣੇ ਜੱਜਮੈਂਟ ਦਾ ਬਹੁਤ ਮਾਮਲਾ ਤੁਸੀਂ ਕਿਸੇ ਬੰਦੇ ਨੂੰ ਉਹਦੀ ਤੌਰ 'ਤੇ ਥੋੜ੍ਹੀ ਜੱਜ ਕਰ ਸਕਦੇ ਹੋ ਯਾਰ ਵੀ ਇਹ ਬੰਦਾ ਐਂ ਤੁਰਦਾ ਬੈਲੀ ਹੋਊਗਾ ਯਾਰ ਵੀ ਜਾਂ ਇਹ ਜੀ ਅਮਲੀ ਹੋਣਗੇ ਜਾਂ ਇਹ ਐਂ ਕਰਦੇ ਹੋਣ ਯਾਰ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਬਾਈ ਕਿਸੇ ਨੂੰ ਕਿਸੇ ਨੇ ਮੈਂ ਕੱਲ੍ਹ ਵੀਡੀਓ ਦੇਖੀ ਜਾਂਦਾ ਸੀਗਾ ਅੰਕਲ ਉਹਨਾਂ ਦਾ ਸੋਰਸ ਆਫ ਇਨਕਮ ਉਹਨਾਂ ਦਾ ਮੁੰਡਾ ਸੀਗਾ 24 ਸਾਲਾਂ ਦਾ ਮੰਡੀ ਪਿੰਡ ਗੁਰਦੀਪ ਸਿੰਘ ਕੋ ਅੰਕਲ ਦਾ ਨਾਮ ਹੈ ਅਤੇ ਉਹਦੇ ਮੁੰਡੇ ਦੀ ਡੈਥ ਹੋ ਗਈ ਉੱਥੇ ਹਾਰਟ ਅਟੈਕ ਨਾਲ ਅਤੇ ਉਹ ਬੰਦਾ ਅੱਜ ਵੀ ਐਂ ਕਹਿ ਰਿਹਾ ਵੀ ਮੈਨੂੰ ਕੁਰਬਾਨੀ ਵੀ ਦੇਣੀ ਪੈ ਜਾਵੇ ਉੱਥੇ ਜਾ ਕੇ ਮੈਂ ਦੇਣ ਨੂੰ ਰੈਡੀ ਹਾਂ ਵੀ ਮੇਰਾ ਮੁੰਡਾ ਤਾਂ ਚਲੇ ਗਿਆ ਕੁਛ ਨਹੀਂ ਹੈਗੀ ਜ਼ਿੰਦਗੀ ਬਾਈ ਜਿਹੜੇ ਲੋਕਾਂ ਨੇ ਕਾਨੂੰਨ ਵੀ ਬਣਾਏ ਨੇ ਮੈਂ ਉਹਨੂੰ ਇਹ ਚੀਜ਼ ਕਹਿਣਾ ਚਾਹੁੰਦਾ ਵੀ ਨਾ ਕਰੋ ਯਾਰ ਇੱਦਾਂ ਬਹੁਤ ਲੋਕ ਦੁਖੀ ਨੇ ਬਾਈ ਬਹੁਤ ਦੁਖੀ ਨੇ ਲੋਕ ਯਾਰ ਜਿੱਥੇ ਵੀ ਸਾਡੀ ਲੋੜ ਹੈ ਜਿੰਨੇ ਜੋਗੇ ਅਸੀਂ ਹੈਗੇ ਅਸੀਂ ਕਰਦੇ ਰਹਾਂਗੇ ਅਤੇ ਕਰ ਰਹੇ ਹਾਂ ਅਤੇ ਆਉਣ ਵਾਲੇ ਟਾਈਮ 'ਚ ਵੀ ਕਰਦੇ ਰਹਾਂਗੇ ਇਕੱਲੇ ਇਹ ਸੰਘਰਸ਼ ਦੇ ਵਿੱਚ ਨਹੀਂ ਜੇ ਪੰਜਾਬ ਦੇ ਉੱਤੇ ਜਾਂ ਆਪਣੇ ਸਾਰੇ ਕਿਸਾਨਾਂ ਦੇ ਉੱਤੇ ਕੋਈ ਹੋਰ ਵੀ ਕੋਈ ਗੱਲ ਆਉਂਦੀ ਹੈ ਜਾਂ ਅੱਗੇ ਫਿਊਚਰ 'ਚ ਵੀ ਕੁਛ ਆਉਂਦਾ ਅਸੀਂ ਸਾਰੇ ਸਿੰਗਰ ਭਰਾ ਮੈਂ ਵੀ ਆਪ ਅਸੀਂ ਸਾਰੇ ਖੜ੍ਹੇ ਹਾਂ ਬਾਈ ਤੁਹਾਡੇ ਲਈ ਜਿੱਥੇ ਵੀ ਬਸ ਸਾਡੀ ਲੋੜ ਹੈ ਸਾਨੂੰ ਲਾ ਦਿਓ ਉੱਥੇ। ਦੁਨੀਆ 'ਤੇ ਅੰਤਿਮ ਸੱਚ ਕੋਈ ਨਹੀਂ ਹੁੰਦਾ, ਦੁਨੀਆ ਦਾ ਅੰਤਿਮ ਸੱਚ ਕੋਈ ਨਹੀਂ ਹੈ, ਜ਼ਿੰਦਗੀ ਹਮੇਸ਼ਾ ਬਿਹਤਰ ਸੱਚ ਦੀ ਭਾਲ 'ਚ ਹੁੰਦੀ ਹੈ, ਬੰਦਾ ਹਮੇਸ਼ਾ ਬਿਹਤਰ ਸੱਚ ਦੀ ਭਾਲ 'ਚ ਹੁੰਦਾ ਹੈ। ਉਤਰਾਅ ਚੜ੍ਹਾਅ ਆਉਂਦੇ ਨੇ ਪਰ ਬੰਦਾ ਅੱਗੇ ਵੱਧਦਾ ਹੈ। ਕਿਸਾਨ ਧਰਨੇ ਤੋਂ ਲੈ ਕੇ ਜ਼ਿੰਦਗੀ ਦੇ ਨਾਲ ਇਹ ਗੱਲ ਜੁੜੀ ਹੋਈ ਹੈ ਅਤੇ ਲਗਾਤਾਰ ਕਿਸਾਨ ਧਰਨੇ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ 'ਚੋਂ ਲੋਕ ਜਾ ਰਹੇ ਨੇ, ਲਗਾਤਾਰ ਲੋਕ ਸਮਰਥਨ ਕਰ ਰਹੇ ਨੇ। ਪੰਜਾਬੀ ਗਾਇਕਾਂ ਦਾ ਵੀ ਇੱਕ ਵੱਡਾ ਸਮਰਥਨ ਇਸ ਧਰਨੇ ਨੂੰ ਰਿਹਾ। ਕਰਨ ਔਜਲਾ 26 ਤੋਂ ਬਾਅਦ ਜਾ ਕੇ ਆਏ, ਹੌਸਲਾ ਦੇ ਕੇ ਆਏ ਕਿ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਸਾਡੀ ਹਾਜ਼ਰੀ ਦੀ ਲੋੜ ਹੈ। ਕਰਨ ਔਜਲਾ ਹੋਰੀ ਸਾਡੇ ਨਾਲ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਕਿਵੇਂ ਦੇਖ ਰਹੇ ਨੇ ਇਸ ਮਸਲੇ ਨੂੰ ਔਰ ਖਾਸ ਤੌਰ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਅਤੇ ਇਹ ਸੰਘਰਸ਼ ਕਿਵੇਂ ਜੁੜਿਆ ਹੋਇਆ ਔਰ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਕਿਸ ਤਰ੍ਹਾਂ ਦੀ ਸਪੋਰਟ ਰਹੇਗੀ। ਸਵਾਗਤ ਹੈ ਬਾਈ ਜੀ ਪ੍ਰੋ ਪੰਜਾਬ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਾਈ ਪਹਿਲਾ ਸਵਾਲ ਮੇਰਾ ਇਹੀ ਕਿ 26 ਨੂੰ ਸਾਰੇ ਇੱਕ ਨਿਰਾਸ਼ਾ ਹੋਈ ਲੋਕਾਂ ਨੂੰ, ਇੱਕ ਨੁਕਸਾਨ ਵੀ ਹੋਇਆ, ਨਿਰਾਸ਼ਾ ਵੀ ਹੋਈ, ਉਦਾਸੀ ਵੀ ਆਈ ਲੋਕਾਂ 'ਚ, ਆਪਾਂ ਧਰਨੇ 'ਚ ਹੀ ਮੌਜੂਦ ਸੀਗੇ। ਉਸ ਤੋਂ ਬਾਅਦ ਤੁਸੀਂ ਜਾ ਕੇ ਆਏ ਹੋਗੇ ਔਰ ਤੁਸੀਂ ਅਪੀਲ ਵੀ ਕੀਤੀ ਹੈਗੀ, ਹੁਣ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਔਰ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਤੁਹਾਡੀਆਂ ਲੋਕਾਂ ਦੇ ਨਾਲ? ਬਾਈ ਜੀ ਦੇਖੋ, ਨਿਰਾਸ਼ਾ ਹੀ ਤੁਸੀਂ ਗੱਲ ਕਰ ਰਹੇ ਹੋ, ਮਨ ਤਾਂ ਤੁਹਾਡਾ ਵੀ ਖਰਾਬ ਹੋਇਆ ਹੋਣਾ ਜਿੱਦਾਂ ਆਪਾਂ ਬਹੁਤ ਸਾਰੀਆਂ ਨਿਊਜ਼ ਵਗੈਰਾ ਦੇਖੀਆਂ, ਕਿਉਂਕਿ ਲੋਕਾਂ ਦੇ ਦਿਲ 'ਚ ਇੱਕ ਹੋਪ ਸੀਗੀ ਵੀ ਹੁਣ ਕੀ ਹੋਊਗਾ ਹੁਣ ਕੀ ਹੋਊਗਾ, ਫਿਰ ਉਹ ਤੋਂ ਬਾਅਦ ਸਾਰਾ 26 ਦਾ ਅਗਾਹ ਪੈ ਗਿਆ ਵੀ 26 ਤਰੀਕ ਨੂੰ ਇੱਦਾਂ ਹੋਊਗਾ, ਅਤੇ ਮੈਨੂੰ ਵੀ ਇੱਦਾਂ ਲੱਗਦਾ ਸੀ ਕਿ ਪਤਾ 26 ਨੂੰ ਹੀ ਆਪਣਾ ਘਰ ਬੈਕ ਜਾਣ ਦਾ ਟਾਈਮ ਹੋਵੇ ਜਿੱਤ ਲੈ ਕੇ, ਕਿਉਂਕਿ ਇੱਕ ਤਰ੍ਹਾਂ ਦੀ ਆਸ ਸੀਗੀ, ਹੋਪ ਸੀਗੀ, ਉਮੀਦ ਸੀਗੀ, ਸਾਰੇ ਲੋਕ ਉੱਥੇ ਇੰਨੇ ਚਿਰ ਦੇ ਬੈਠੇ। ਪਰ ਚਲੋ, ਮੈਂ ਇਹ ਨਹੀਂ ਕਹੂੰਗਾ ਵੀ ਜੋ ਵੀ ਹੋਇਆ
ਓਬਵੀਅਸਲੀ ਨਿਰਾਸ਼ ਮੈਂ ਵੀ ਹੋਇਆ, ਤੁਸੀਂ ਵੀ ਹੋਵੋਗੇ। ਅਤੇ ਉਹ ਤੋਂ ਬਾਅਦ ਜਦੋਂ ਉੱਥੇ ਗਿਆ ਇੱਕ ਵਾਰੀ ਸਾਰੇ ਹਿੱਲ ਗਏ ਸੀ, ਦੇਖੋ ਜੀ ਡਰ ਦਾ ਮਾਹੌਲ ਪੈਦਾ ਕਰਨ ਲੱਗਾ, ਬਲੈਕਆਊਟ ਹੋ ਗਿਆ, ਮੀਡੀਆ ਇੰਟਰਨੈਟ ਕੱਟਤਾ, ਨੋਟਿਸ ਜਾਰੀ ਹੋ ਗਏ, ਸਾਰੀਆਂ ਚੀਜ਼ਾਂ ਨੋਟਿਸ ਜਿੰਨੇ ਮੇਰੀ ਨੌਲੇਜ 'ਚ ਮੈਂ ਨੋਟ ਕੀਤੀਆਂ ਵੀ ਇਹ ਕਿਉਂ ਹੋ ਰਿਹਾ, ਸਾਰਾ ਕੁਛ ਹੋ ਰਿਹਾ। ਅਤੇ ਇੱਕ ਵਾਰੀ ਸਾਰਾ ਸਿਸਟਮ ਹਿੱਲ ਗਿਆ ਸੀ, ਗਿਆ ਸੀਗਾ ਬਿਲਕੁਲ, ਹੈ ਨਾ। ਅਤੇ ਲੋਕਾਂ 'ਚ ਡਰ ਦਾ ਮਾਹੌਲ ਵੀ ਥੋੜ੍ਹਾ ਬਹੁਤਾ ਪੈਦਾ ਹੋ ਗਿਆ ਸੀ। ਅਤੇ ਕਈ ਲੋਕਾਂ ਨੂੰ ਇੱਦਾਂ ਵੀ ਲੱਗਣ ਲੱਗ ਗਿਆ ਸੀ ਬਾਹਰ, ਜਿਹੜੇ ਉੱਥੇ ਨਹੀਂ ਮੌਜੂਦ ਸੀਗੇ, ਵੀ ਖਨੀ ਲੋਕ ਉੱਥੋਂ ਉੱਠਣ ਲੱਗ ਗਏ ਜੀ, ਧਰਨਾ ਪੱਟ ਤਾਂ ਇਹ ਹੋ ਗਿਆ ਹੋ ਗਿਆ। ਤਾਂ ਕਰਕੇ ਸਾਡਾ ਵੀ ਫਰਜ਼ ਇਹੀ ਸੀ, ਕਿਉਂਕਿ ਇੰਟਰਨੈਟ ਉੱਥੇ ਚੱਲ ਨਹੀਂ ਰਿਹਾ, ਕੁਛ ਵੀ ਹੋ ਨਹੀਂ ਰਿਹਾ, ਸਾਨੂੰ ਇੱਦਾਂ ਸੀ ਵੀ ਆਪਣੇ ਜ਼ਰੀਏ ਆਪਾਂ ਜੋ ਵੀ ਮੈਸੇਜ ਜਿਹੜਾ ਵਰਡ ਆਊਟ ਕਰ ਸਕਦੇ ਹਾਂ ਉਹ ਕਿਉਂ ਨਾ ਕਰੀਏ। ਸੋ ਜਦੋਂ ਉੱਥੇ ਗਏ, ਉੱਥੇ ਦੇਖ ਕੇ ਇੱਦਾਂ ਲੱਗਿਆ ਵੀ ਇੱਕ ਰਾਤ ਦੇ ਵਿੱਚ ਜਿਹੜਾ ਜੋ ਵੀ ਮਾਹੌਲ ਦੁਬਾਰਾ ਕ੍ਰੀਏਟ ਹੋਇਆ ਉਹ ਦੇਖ ਕੇ ਇੱਦਾਂ ਲੱਗਿਆ ਵੀ ਨਹੀਂ ਯਾਰ, ਵੀ ਹਲੇ ਸਹੀ ਆ ਸਾਰਾ ਕੁਛ, ਮਾਹੌਲ ਸਾਰਾ ਕੁਛ ਗੁੱਡ ਆ ਸਾਰਾ ਕੁਛ। ਉੱਥੇ ਜਦੋਂ ਅਸੀਂ ਗਏ ਅਤੇ ਪਹਿਲਾਂ ਤਾਂ ਦੇਖ ਕੇ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਸੀ, ਉੱਥੇ ਸੀਗੀ ਮੈਨੂੰ ਲੱਗਦਾ 4-5, ਅਸੀਂ ਗਏ ਤਾਂ ਉੱਥੇ ਇੱਕ ਥਾਂ 'ਤੇ ਪਹਿਲਾਂ ਬੈਠੇ ਸੀ, ਉੱਥੇ 20 ਮਿੰਟ ਬੈਠਣਾ ਸੀਗਾ, ਪਰ ਉੱਥੇ ਸਾਨੂੰ ਪਤਾ ਨਹੀਂ ਲੱਗਿਆ ਵੀ 5 ਘੰਟੇ ਕਿੱਦਾਂ ਗੁਜ਼ਰ ਗਏ ਸੀ ਉੱਥੇ ਬੈਠੇ ਰਹੇ। ਸੋ ਸਾਰਾ ਕੁਛ ਦੇਖ ਕੇ ਇੱਦਾਂ ਲੱਗਿਆ ਸੀ ਵੀ ਉੱਥੇ ਜਾ ਕੇ ਸਾਰਿਆਂ ਨੂੰ ਇਹੀ ਕਿਹਾ, ਉੱਥੇ ਜਾ ਕੇ ਲਾਈਵ ਵਗੈਰਾ ਹੋਇਆ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਰੇ ਜਣੇ, ਕਿਉਂਕਿ ਹੁਣ ਲੋੜ ਆ 26 ਤੋਂ ਬਾਅਦ ਤਾਂ ਅਸਲੀ ਕਹਿੰਦੇ ਜਿਹੜਾ ਸੰਘਰਸ਼ ਸ਼ੁਰੂ ਹੋਇਆ, ਕਿਉਂਕਿ ਉਹ ਤੋਂ ਪਹਿਲਾਂ ਤਾਂ ਸਾਰੇ ਮੀਚੋ, ਹੁਣ ਤਾਂ ਇੱਦਾਂ ਹੀ ਆ ਵੀ ਸਾਰਿਆਂ ਨੂੰ ਹੁਣ ਆਉਣ ਦੀ ਬਹੁਤ ਜ਼ਿਆਦਾ ਲੋੜ ਆ ਜਿਹੜੇ ਘਰਾਂ ਦੇ ਵਿੱਚ ਮੁੰਡੇ ਬੈਠੇ। ਅਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਇਹੀ ਕਹੂੰਗਾ ਵੀ ਉੱਥੇ ਜਾ ਕੇ ਇੱਕ ਵਾਰੀ ਗਰਾਊਂਡ ਰਿਐਲਿਟੀ ਜਿਹੜੀ ਹੈ ਚੈੱਕ ਕਰੋ, ਆਪਣੇ ਵੱਲੋਂ ਅੰਦਾਜ਼ੇ ਜਾਂ ਇੱਦਾਂ ਦੀ ਚੀਜ਼ਾਂ ਨਾ ਲਓ ਵੀ ਸ਼ਾਇਦ ਉਹ ਹੋ ਗਿਆ ਇੱਥੇ ਕਰਕੇ ਤਾਂ ਹੋ ਜੂਗਾ, ਵੀ ਉੱਥੇ ਜਾ ਕੇ ਇੱਕ ਵਾਰੀ ਦੇਖੋ ਕੀ ਮਾਹੌਲ ਆ, ਅਤੇ ਉੱਥੇ ਜਾਣ ਦੀ ਹੁਣ ਆਪਾਂ ਸਾਰਿਆਂ ਨੂੰ ਬਾਈ ਬਹੁਤ ਜ਼ਿਆਦਾ ਲੋੜ ਹੈ। ਬਈ ਕਿਵੇਂ ਫਿਰ, ਮੈਨੂੰ ਲੱਗਦਾ ਉਦਣ ਤੁਸੀਂ ਸਟੇਜ ਤੋਂ ਤਾਂ ਨਹੀਂ ਬੋਲੇ, ਪਰ ਕਿਸਾਨ ਮੋਰਚਾ ਕੋਲ ਜਾ ਕੇ ਤੁਸੀਂ ਕਿਸਾਨ ਮੋਰਚਾ ਦੇ ਪੇਜ 'ਤੇ ਵੀ ਗਏ ਆ, ਔਰ ਕਿਸਾਨਾਂ ਦੇ ਤੁਸੀਂ ਵਿੱਚ ਬਹਿ ਗਏ ਸੀ ਜਾ ਕੇ, ਅਸੀਂ ਦੇਖਿਆ ਗਾ ਉਹ ਮਾਹੌਲ ਕਿਵੇਂ ਬਣਿਆ, ਤੁਸੀਂ ਸੰਪਰਕ ਕੀਤਾ ਉਹਨਾਂ ਨੇ, ਤੁਹਾਡੇ ਨਾਲ ਸੰਪਰਕ ਕੀਤਾ, ਔਰ ਕਿਸ ਤਰ੍ਹਾਂ ਦਾ ਉਤਸ਼ਾਹ ਸੀਗਾ ਉੱਥੇ? ਹਾਂਜੀ, ਉਤਸ਼ਾਹ ਤਾਂ ਬਹੁਤ ਵਧੀਆ ਸੀ ਬਾਈ, ਸੰਪਰਕ ਤਾਂ ਉਹਨਾਂ ਨੇ ਨਹੀਂ ਕੀਤਾ, ਅਸੀਂ ਤਾਂ ਬਸ ਇਹੀ ਸੀਗਾ ਵੀ ਗੱਡੀਆਂ ਚੱਕ ਕੇ ਚਲੇ ਗਏ ਵੀ ਉੱਥੇ ਜਾ ਕੇ ਦੇਖਾਂਗੇ ਕੀ ਹੋਊਗਾ। ਬਾਕੀ ਵੀਰੋਂ ਨਹੀਂ ਸਾਰੇ ਸੀਗੇ ਇਕੱਠੇ ਹੋ ਗਏ, ਅਸੀਂ ਉੱਥੇ ਜਾ ਕੇ ਬੈਠ ਕੇ, ਬਸ ਬੈਠ ਕੇ ਸਾਡਾ ਇਹੀ ਉਹਨਾਂ ਨੂੰ ਬੇਨਤੀ ਸੀਗੀ ਵੀ ਸਾਨੂੰ ਤੁਸੀਂ ਵੀ, ਉਹ ਵੀ ਬਹੁਤ ਬਿਜ਼ੀ ਨੇ ਆਪਣੇ ਕੰਮਾਂ ਕਰਾਂ, ਸਾਰਾ ਕੁਛ ਲੱਗੇ ਹੋਏ ਨੇ ਸਾਰੇ ਆਪਣਾ ਆਪਣਾ ਕਰ ਰਹੇ ਆ, ਹੈ ਨਾ। ਅਤੇ ਸਾਨੂੰ ਤਾਂ ਬਸ ਇਹ ਸੀ ਵੀ ਤੁਸੀਂ ਆਪਣੇ ਟਾਈਮ ਦੇ ਕਰੀਬ 15 ਮਿੰਟ ਜਾਂ 20 ਮਿੰਟ ਸਾਨੂੰ ਦੇ ਦਿਓ ਵੀ ਤੁਹਾਡੇ ਨਾਲ ਬੈਠ ਕੇ ਅਸੀਂ ਇੱਕ ਵਾਰੀ ਸਾਰਿਆਂ ਨੂੰ ਇਹ ਦੱਸ ਦਈਏ ਵੀ ਸੱਚੀ ਲੋੜ ਹੈ ਇੱਥੇ ਆਉਣ ਦੀ। ਅਤੇ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਉੱਥੇ ਬਹਿ ਕੇ, ਅਤੇ ਇੱਦਾਂ ਵੀ ਹੈ ਅਤੇ ਹੁਣ ਜੇ ਮੈਨੂੰ ਤਾਂ ਇੱਦਾਂ ਹੀ ਹੈ ਵੀ ਜਿੰਨਾ ਚਿਰ ਨਹੀਂ ਚੱਲੂਗਾ ਅਸੀਂ ਤਾਂ ਜਾਂਦੇ ਰਹਾਂਗੇ ਅਤੇ ਜਾਂਦੇ ਰਹਿੰਦੇ ਵੀ ਹਾਂ ਵੀ ਇਹ ਗੱਲ, ਚਲੋ ਉਹ ਹੈ ਵੀ ਕਈ ਵਾਰੀ ਜਾ ਕੇ ਅਸੀਂ ਸਨੈਪ ਵਗੈਰਾ ਨਹੀਂ ਪਾਉਂਦੇ ਕਿਉਂਕਿ ਹੁਣ ਸਨੈਪਚੈਟਾਂ ਦਾ ਕਾਫੀ ਰਿਵਾਜ ਚੱਲਿਆ ਹੈ। ਅਤੇ ਬਸ ਉੱਥੇ ਜਾ ਕੇ ਬੈਠ ਕੇ ਬਾਈ ਬਹੁਤ ਵਧੀਆ ਫੀਲ ਹੁੰਦਾ, ਬਸ ਇਹੀ ਆ। ਹਾਂਜੀ, ਕਰਨ ਕੀ ਲੱਗਦਾ ਗਾ, ਬਾਹਰੋਂ ਬਹੁਤ ਵੱਡਾ ਸਮਰਥਨ ਆ, ਨੌਜਵਾਨਾਂ ਦਾ ਬਹੁਤ ਵੱਡਾ ਸਮਰਥਨ ਆ, ਔਰ ਤੁਹਾਨੂੰ ਸਾਰਿਆਂ ਨੂੰ ਨੌਜਵਾਨ ਤੁਹਾਡੇ ਤੋਂ ਇੰਪ੍ਰੈਸ ਹੁੰਦੇ ਨੇ ਤੁਹਾਡੇ ਗਾਣਿਆਂ ਤੋਂ, ਤੁਹਾਡੀ ਕਲਾ ਤੋਂ, ਕੀ ਉਹਨਾਂ ਲੋਕਾਂ ਨੂੰ ਕਿਵੇਂ ਦੇਖ ਰਹੇ ਹੋ ਬਾਹਰ ਬੈਠਿਆਂ ਨੂੰ ਤੁਸੀਂ, ਔਰ ਕੀ ਕਹਿਣਾ ਕੀ ਚਾਹੁੰਦੇ ਹੋ ਉਹਨਾਂ ਨੂੰ, ਕੀ ਤੁਸੀਂ ਤਾਂ ਗਰਾਊਂਡ ਰਿਐਲਿਟੀ ਦੇਖੀ ਆ ਨਾ, ਬਾਹਰ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਬਾਹਰ ਹੁਣ ਮੈਂ ਛੋਟੇ ਸ਼ਬਦਾਂ 'ਚ ਇਹੀ ਕਹੂੰਗਾ ਵੀ ਚੀਜ਼ਾਂ ਡਿਵਾਈਡ ਹੋ ਗਈਆਂ 26 ਤਰੀਕ ਤੋਂ ਬਾਅਦ, ਕਾਫੀ ਜ਼ਿਆਦਾ ਧਿਰਾਂ ਬਣਨ ਲੱਗ ਗਈਆਂ ਪੇਜਾਂ ਦੇ ਉੱਤੇ, ਨੈਗੇਟਿਵਿਟੀ ਸਪਰੈਡ ਹੋਈ ਜਾ ਰਹੀ ਹੈ। ਜੇ ਕੋਈ ਬੰਦਾ ਮਾੜੀ ਜਿਹੀ ਕੋਈ ਗਲਤੀ ਕਰਦਾ ਤਾਂ ਦੂਜੇ, ਜੋ ਮੈਂ ਇੰਟਰਨੈਟ ਦੇ ਉੱਤੇ ਦੇਖ ਰਿਹਾ ਕਿਉਂਕਿ ਮੈਂ ਜ਼ਿਆਦਾ ਟਾਈਮ ਨਹੀਂ ਹੋਣਾ ਚਾਹੀਦਾ ਵੈਸੇ, ਵੀ ਆਪਣੇ ਬੰਦਿਆਂ ਦੀ ਆਪਣੇ ਬੰਦੇ ਗਲਤੀਆਂ ਕੱਢੀ ਜਾ ਰਹੇ ਆ, ਜਿਹੜੀ ਚੀਜ਼ ਮੈਨੂੰ ਲੱਗਦਾ ਕਿ ਨਹੀਂ ਹੋਣੀ ਚਾਹੀਦੀ, ਕਿਉਂਕਿ ਆਪਣੇ ਸਾਰਿਆਂ ਦਾ ਮੁੱਦਾ ਇੱਕ ਹੈ। ਅਤੇ ਉਹ ਚੀਜ਼ਾਂ ਹੁਣ ਜਿਹੜੇ ਬਾਹਰ ਵੀ ਲੋਕ ਆਪਣੇ ਬੈਠੇ NRI ਵੀਰ ਭਰਾ ਨੇ, ਉਹ ਕਦੇ ਉਹਦੀ ਸਪੋਰਟ 'ਚ ਚਲੇ ਜਾਂਦੇ ਨੇ, ਇਹਦੀ ਸਪੋਰਟ 'ਚ ਨਹੀਂ ਜਾਂਦੇ, ਹੈ ਨਾ। ਅਤੇ ਤਾਂ ਕਰਕੇ ਮੈਨੂੰ ਇਹ ਚੀਜ਼ਾਂ ਲੱਗਦੀਆਂ ਨੇ ਵੀ ਤੁਸੀਂ ਬਸ ਸਿਰਫ ਯਾਰ ਕਿਸਾਨੀ ਵੱਲ ਹੀ ਧਿਆਨ ਦਿਓ ਅਤੇ ਕਿਸਾਨੀ ਦੀ ਹੀ ਸਪੋਰਟ ਕਰੋ, ਬਸ ਫਾਰਮ ਪ੍ਰੋਟੈਸਟ ਜਿਹੜਾ ਚੱਲ ਰਿਹਾ, ਆਪਾਂ ਜਿਹੜੀ ਚੀਜ਼ ਦੀ ਮੰਗ ਕਰ ਰਹੇ ਹਾਂ ਉਹਦੇ ਉੱਤੇ ਹੀ ਫੋਕਸ ਰੱਖੋ। ਤੁਸੀਂ ਐਂ ਨਾ ਕਰੋ ਵੀ ਆਹ ਬੰਦਾ ਵਧੀਆ ਅਤੇ ਆਹ ਬੰਦੇ ਨੇ ਮਾੜਾ ਕਰਤਾ, ਇਹ ਚੀਜ਼ਾਂ ਦੇ ਵਿੱਚ ਆਪਣਾ ਧਿਆਨ ਨਾ ਵਟਾਓ। ਵੀ ਇੱਥੇ ਬਹੁਤ ਜ਼ਿਆਦਾ ਮਾਹੌਲ ਹੋਰ ਤਰ੍ਹਾਂ ਦਾ ਹੋਇਆ ਪਿਆ ਬਾਈ, ਇਹਨੂੰ ਆਪਾਂ ਸ਼ਬਦਾਂ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦੇ, ਇਹ ਚੀਜ਼ਾਂ ਹਾਂਜੀ, ਤੁਸੀਂ ਬਾਅਦ 'ਚ ਜਿਹੜੀਆਂ ਗਲਤੀਆਂ ਕੱਢਣੀਆਂ ਨੇ ਕੱਢੀ ਜਾਓ, ਨਿੰਦਾ ਕਰਨੀ ਆ ਉਹ ਬਾਅਦ 'ਚੋਂ ਕਰ ਲਿਓ, ਵੀ ਆਹ ਬੰਦਾ ਵਧੀਆ ਨਹੀਂ ਸੀਗਾ, ਉਹ ਤਾਂ ਬਾਈ ਟਾਈਮ ਨੇ ਦੱਸ ਦੇਣਾ ਕੌਣ ਸਹੀ ਸੀਗਾ ਕੌਣ ਗਲਤ ਸੀਗਾ। ਤੁਸੀਂ ਬਸ ਆਪਣਾ ਫੋਕਸ ਇੱਕ ਚੀਜ਼ ਦੇ ਉੱਤੇ ਰੱਖੋ, ਜਿੰਨੇ NRI ਭਰਾ ਵੀ ਹੁਣ ਕਈ ਕਹਿ ਰਹੇ ਨੇ ਵੀ ਆਪਣੇ ਬੰਦੇ ਨੇ ਕੰਮ ਖਰਾਬ ਕਰਤਾ ਜੀ, ਆਹ ਹੋ ਗਿਆ, ਦੇਖੋ ਜੀ ਆਪਣੇ ਬੰਦੇ ਨੇ ਕੋਈ ਕੰਮ ਖਰਾਬ ਨਹੀਂ ਕੀਤਾ, ਇਹ ਟਾਈਮ ਟਾਈਮ ਦੀ ਗੱਲ ਆ, ਜੋ ਹੁੰਦਾ ਉਹ ਹੋ ਗਿਆ, ਉਹਨੂੰ ਛੱਡ ਦਿਓ ਜੋ ਹੋ ਗਿਆ, ਬਸ ਤੁਸੀਂ ਹੁਣ ਇਹ ਫੋਕਸ ਰੱਖੋ ਵੀ ਹਲੇ ਵੀ ਇੱਕ ਦੂਜੇ ਨੂੰ ਤੁਸੀਂ ਸਪੋਰਟ ਕਿੱਦਾਂ ਕਰਨੀ ਹੈ, ਇਹਨੂੰ ਸ਼ਾਂਤਮਈ ਕਿੱਦਾਂ, ਕਿਉਂਕਿ ਚੀਜ਼ਾਂ ਬਹੁਤ ਨੇ ਬਾਈ, ਸ਼ਾਂਤ ਵੀ ਰਹਿਣਾ, ਲੜਨਾ ਵੀ ਹੈ, ਲੜਨਾ ਵੀ ਹੈ, ਆਪਣੇ ਹੱਕ ਵੀ ਲੈਣੇ ਨੇ, ਅਤੇ ਨਾਲ ਦੀ ਨਾਲ ਤੁਸੀਂ ਸਾਰਾ ਕੁਛ ਮੈਨੇਜ ਕਰਨਾ, ਮੈਨੂੰ ਪਤਾ ਔਖਾ ਹੋ ਜਾਂਦਾ, ਪਰ ਆਪਾਂ ਨੂੰ ਇਹ ਕਰਨਾ ਪੈਣਾ, ਆਪਣੀ ਕੋਈ ਚੋਇਸ ਨਹੀਂ ਹੈਗੀ। ਮੇਨ ਗੱਲ ਹੈ ਵੀ ਏਕਾ ਰੱਖਣਾ ਆਪਾਂ, ਜਿਹੜਾ ਉਹ ਰੱਖੀ ਰੱਖੋ ਬਾਈ, ਤਾਂ ਆਪਾਂ ਸਾਰੇ ਵਧੀਆ ਰਹਾਂਗੇ। ਕਰਨ ਤੁਹਾਡੇ ਸਾਰੇ
क्योंकि सारे कितने सानू जाना पैंदा, सारा कुछ हुंदा। फ्रेंड भी शुरू तो साडे नाल हिंदू धर्म के फ्रेंड सारे हैगे ने, साडे नाल सारे ने, ते उहनां दे भी मैनू बार बार देखो फोन आउंदे रहिंदे ने, जिहड़े बाहर भी बैठे ने भी चल की रहा, क्योंकि वह भी अपने वालों बई पूरा उत्साह अपन दे रहे, पूरी दलेरी दे रहे, सपोर्ट कर रहे हैं भी तुसी करो बई, अपने सारे का मुद्दा है। ईवन बई जी गोरे भी कई किसान है, उन्होंने भी पता भी इंडिया च की हो रहा है, तो उन्होंने पता भी ये होना नहीं चाहिए, सो भी अपने हक च खड़े है। तो इस तरह की कोई कन्वर्सेशन होंगी है जिवें गोरियां नाल कदे? बई गोरे हाँ जी जरूर होंगी है। अपना फ्रेंड मेरे नाल स्कूल गया उत्थे, तो मैं तो पूछ रहे थे भी सिचुएशन की है, उन्होंने एक्चुअल मैंने फोन किया भी हेल्प करना चाहते हैं मनी वाइज ज हाँ ज कुछ भी है ना, गोरे तो उधरले बॉर्न जो जवाक पिंड जिन्होंने आप वाइट वॉश कह दें भी जिन्होंने ਲੱਲਾ ਖੱਖਾ ਕੁਛ ਨਹੀਂ ਪਤਾ ਪੰਜਾਬੀ ਦਾ, ਪਰ ਉਹਨਾਂ ਨੂੰ ਇਹ ਪਤਾ ਵੀ ਅਸੀਂ ਪੰਜਾਬੀ ਹਾਂ ਬਸ, ਅਤੇ ਉਹਨਾਂ ਦੀ ਬੋਲੀ ਵੀ ਜਿਹੜੀ ਇੰਨੀ ਵਧੀ ਨਹੀਂ ਹੈਗੀ, ਜਿਹੜੇ ਬੇਬੀ ਮੇਰੇ ਹਿਸਾਬ ਨਾਲ 30-40% ਹੋਣਗੇ ਆਪਣੇ ਕਨੇਡਾ ਅਮਰੀਕਾ ਦੇ ਵਿੱਚ। ਸੋ ਉਹ ਬੰਦੇ ਨਾਲ ਵੀ ਮੇਰੀ ਵਾਰਤਾਲਾਪ ਹੋਈ, ਉਹਨਾਂ ਨੂੰ ਮੈਂ ਸਮਝਾਇਆ ਵੀ ਇੱਥੇ ਕੀ ਚੱਲ ਰਿਹਾ, ਉਹਨਾਂ ਨੇ ਵੀ ਹੈਲਪ ਕਰਨ ਦੀ ਟਰਾਈ ਕੀਤੀ ਵੀ ਉਹ ਵੀ ਚਾਹੁੰਦੇ ਵੀ ਸਾਡੇ ਪੈਸੇ ਕਿਸੇ ਥਾਂ ਲੱਗ ਜਾਣ, ਅਸੀਂ ਸੇਵਾ ਕਰਨੀ ਹੈ ਕਿਉਂਕਿ ਇੱਥੇ ਤਾਂ ਉਹ ਆ ਨਹੀਂ ਸਕਦੇ। ਸੋ ਉਹਨਾਂ ਨੇ ਜਿਹੜੀ ਨੋਰਮਲ ਗੱਲਬਾਤ ਚੱਲਦੀ ਹੈ ਵੀ ਉਹ ਕਹਿੰਦੇ ਵੀ ਇਹ ਹੋ ਕਿਉਂ ਰਿਹਾ, ਤੁਹਾਡੀ ਸਰਕਾਰ ਲੋਕਾਂ ਬਾਰੇ ਸੋਚਦੀ ਨਹੀਂ ਹੈਗੀ। ਮੈਂ ਕਿਹਾ ਵੀ ਹੁਣ ਇਹ ਚੀਜ਼ ਦਾ ਤਾਂ ਮੇਰੇ ਕੋਲ ਆਨਸਰ ਨਹੀਂ ਹੈਗਾ, ਪਰ ਇਹ ਹੈਗਾ ਵੀ ਜੋ ਵੀ ਕਿਉਂਕਿ ਉਹਨਾਂ ਨੇ ਕਦੇ ਇੱਦਾਂ ਚੀਜ਼ਾਂ ਸੋਚੀਆਂ ਵੀ ਨਹੀਂ ਵੀ ਫਾਰਮਰ ਨਾਲ ਵੀ ਇੱਦਾਂ ਹੋ ਸਕਦਾ ਯਾਰ, ਵੀ ਜਿਹੜਾ ਬੰਦਾ ਸਾਰਾ ਦੇਸ਼ ਚਲਾਉਂਦਾ, ਅੰਨਦਾਤਾ ਆਪਣੇ ਦੇਸ਼ ਦਾ ਸਾਰਾ, ਵੀ ਇਹਦੇ ਨਾਲ ਵੀ ਇੱਦਾਂ ਹੋ ਸਕਦਾ ਨਹੀਂ। ਉਹ ਵੀ ਬਹੁਤ ਡਿਸਅਪੋਇੰਟ ਸੀਗੇ, ਕਹਿਣ ਦਾ ਮਤਲਬ ਇਹ ਚੀਜ਼ਾਂ ਨੂੰ ਲੈ ਕੇ ਵੀ ਗੋਰਿਆਂ ਦੇ ਵਿੱਚ ਜਾਣੀ ਗੱਲ ਚੱਲ ਰਹੀ ਹੈ ਇਹ ਮੁੱਦੇ ਦੀ ਬਿਲਕੁਲ। ਕਰਨ ਤੁਸੀਂ ਖੁਦ ਖੇਤੀਬਾੜੀ ਵਾਲੇ ਪਰਿਵਾਰ ਚੋਂ, ਪਿੰਡ ਵੀ ਤੁਹਾਡੇ ਫਾਦਰ ਸਾਹਿਬ, ਤੁਹਾਡਾ ਪਰਿਵਾਰ ਪੂਰਾ ਖੇਤੀ ਕਰਦਾ ਰਿਹਾ, ਖੁਦ ਵੀ ਤੁਸੀਂ ਖੇਤੀ ਕਰਦੇ ਰਹੇ? ਬਾਈ ਜੀ ਦੇਖੋ ਖੇਤੀ ਕਰਦਾ ਤਾਂ ਨਹੀਂ ਰਿਹਾ, ਪਰ ਮੈਂ ਉੱਥੇ ਹਾਂਜੀ ਦੇਖੋ ਫਾਦਰ ਸਾਹਿਬ ਦੇ ਨਾਲ ਮੇਰਾ, ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸਾਂ, ਮੇਰੇ ਚਾਚਾ ਜੀ ਆਪਣੀ ਸਾਰੀ ਜ਼ਮੀਨ ਸਾਂਭਦੇ ਨੇ, ਹੁਣ ਵੀ ਪਿੰਡ ਮੇਰਾ ਚਾਚਾ ਹੈਗਾ, ਅਤੇ ਫਾਦਰ ਸਾਹਿਬ ਦੀ ਜੋਬ ਹੁੰਦੀ ਸੀ ਸੁਸਾਇਟੀ ਦੇ ਵਿੱਚ, ਪਰ ਮੇਰਾ ਚਾਚਾ ਮੇਰੀ ਸਾਂਭਦੇ, ਪਰ ਹਾਂ ਮੈਂ ਫਾਦਰ ਸਾਹਿਬ ਦੇ ਨਾਲ ਖੇਤ ਜਾਂਦਾ ਹੁੰਦਾ ਸੀਗਾ ਬਿਲਕੁਲ, ਅਤੇ ਉਹਨਾਂ ਨੇ ਉੱਥੇ ਬਹਿਣਾ, ਟਰੈਕਟਰ ਟਰੂਕਟਰ ਚਲਾਇਆ, ਮੈਂ ਐਂ ਤਾਂ ਨਹੀਂ ਕਿਹਾ ਵੀ ਵਾਹੀ ਕੀਤੀ ਹੈ, ਜਵਾਕ ਹੁੰਦਾ ਸੀਗਾ, ਪਰ ਮੈਂ ਇਹੀ ਸੋਚ ਰਿਹਾ ਸੀ ਇੱਕ ਦਿਨ ਵੀ ਜੇ ਮੇਰਾ ਡੈਡੀ ਚਾਹੇ ਉਹ ਜੋਬ ਕਰਦਾ ਸੀ ਕੁਛ ਵੀ ਕਰਦਾ ਸੀ, ਜੇ ਅੱਜ ਉਹ ਜਿਉਂਦਾ ਹੁੰਦਾ ਤਾਂ ਉਹ ਵੀ ਧਰਨ 'ਤੇ ਜਾ ਕੇ ਬਹਿੰਦਾ, ਮੈਨੂੰ ਇਹ ਗੱਲ ਦਾ ਪਤਾ ਹੈ ਵੀ ਉਹਨੂੰ ਉੱਥੇ ਜਾ ਕੇ ਬਹਿਣਾ ਸੀ, ਜ਼ਰੂਰ ਬਹਿਣਾ ਸੀਗਾ, ਤਾਂ ਕਰਕੇ ਉਹਦੀ ਡਿਊਟੀ ਮੈਨੂੰ ਹੀ ਲੱਗਦਾ ਵੀ ਮੈਂ ਨਿਭਾ ਰਿਹਾ ਬਾਈ। ਤੁਹਾਨੂੰ ਲੱਗਦਾ ਤੁਸੀਂ ਆਪਣੇ ਫਾਦਰ ਸਾਹਿਬ ਵਾਲੀ, ਮਤਲਬ ਫਾਦਰ ਸਾਹਿਬ ਨਹੀਂ ਹੈ ਪਰ ਤੁਸੀਂ ਧਰਨੇ 'ਚ, ਇਸ ਕਰਕੇ ਫਾਦਰ ਸਾਹਿਬ ਦੀ ਮੌਜੂਦਗੀ ਹੈ ਉੱਥੇ? ਬਸ ਬਾਈ ਹਾਂਜੀ, ਫਾਦਰ ਸਾਹਿਬ ਦੀ ਮੌਜੂਦਗੀ ਹੈ, ਮੇਰੀ ਮੌਜੂਦਗੀ ਇੱਕੋ ਗੱਲ ਹੈ ਬਾਈ। ਕਰਨ ਪਿਛਲੇ ਦੌਰ ਦੇ ਅੰਦਰ ਅਸੀਂ ਦੇਖਿਆ ਗਾ ਕਿ ਯੂਥ ਬਾਰੇ ਵਾਰ ਵਾਰ ਕਿਹਾ ਜਾਂਦਾ ਸੀ, ਯੂਥ ਤਾਂ ਜੀ ਐਂ ਹੋ ਗਿਆ, ਯੂਥ ਤਾਂ ਜੀ ਇੱਧਰ ਚਲਾ ਗਿਆ, ਗਾਣੇ ਸੁਣਦਾ ਸੀ ਐਂਟਰਟੇਨਮੈਂਟ ਲਈ, ਜਿਵੇਂ ਤੁਸੀਂ ਸਾਰੇ ਕਹਿੰਦੇ ਰਹੇ ਹੋ ਭਾਈ ਸਾਡੇ ਗਾਣੇ ਐਂਟਰਟੇਨਮੈਂਟ ਲਈ ਨਹੀਂ, ਐਂਟਰਟੇਨਮੈਂਟ ਲਈ ਸੁਣਦਾ ਸੀ, ਪਰ ਉਹੀ ਯੂਥ ਸਾਰਾ ਉੱਥੇ ਖੜਾ ਸੀਗਾ, ਸਾਰਾ ਖੜਾ ਬਾਈ ਬਿਲਕੁਲ, ਸਾਰਾ ਯੂਥ ਉੱਥੇ ਖੜਾ ਜੀ। ਦੇਖੋ ਇਹ ਤਾਂ ਇਹ ਚੀਜ਼ ਮੈਨੂੰ ਹਾਲਾਂਕਿ ਬਹੁਤ ਖੁਸ਼ੀ ਹੋਈ, ਮੈਂ ਅੱਗੇ ਵੀ ਅਸੀਂ ਗੱਲ ਕਰ ਰਹੇ ਸੀ ਸਾਰੇ ਜਣੇ ਬੈਠੇ ਵੀ ਆਹ ਚੀਜ਼ ਕਈ ਜਿਹੜੀ ਹੁੰਦਾ ਨਾ ਵੀ ਪੁਆਇੰਟ ਉੱਠ ਖੜਿਆ, ਮੁੱਦਾ ਚੱਲ ਰਿਹਾ ਬਹੁਤ ਚਿਰ ਤੋਂ, ਤੇ ਉਹ ਅੱਜ ਪੁਆਇੰਟ ਪ੍ਰੂਵ ਹੋ ਗਿਆ, ਤੁਹਾਡੇ ਬਾਰੇ ਕਿਹਾ ਜਾਂਦਾ ਤੁਸੀਂ ਖਰਾਬ ਕਰਤਾ ਯੂਥ। ਬਿਲਕੁਲ ਬਾਈ ਹਾਂਜੀ, ਪਰ ਉਹੀ ਯੂਥ ਉੱਥੇ ਸੀਗਾ, ਬਿਲਕੁਲ ਸਹੀ ਗੱਲ ਹਾਂਜੀ ਹਾਂਜੀ। ਤੇ ਬਾਈ ਦੇਖੋ ਜਿਹੜਾ ਇੰਡਸਟਰੀ ਦਾ ਸਿੰਗਰ ਆਪਣਾ ਸੀਗੇ ਸਾਰੇ ਹੈ ਨਾ ਵੀਰ ਭਰਾ, ਉਹਨਾਂ ਦੇ ਉੱਤੇ ਵੀ ਪਿਛਲੇ ਮੇਰੇ ਹਿਸਾਬ ਨਾਲ 1.5-2 ਸਾਲ ਤੋਂ ਜ਼ਿਆਦਾ ਹੀ ਉਂਗਲਾਂ ਉੱਠ ਰਹੀਆਂ ਸੀਗੀਆਂ ਬਹੁਤ ਜ਼ਿਆਦਾ ਵੀ ਇਹ ਐਂ ਕਰ ਦਿੰਦੇ ਐਂ ਕਰਾਂ, ਦੇਖੋ ਬਾਈ ਸਿੰਗਰ ਕੀ ਕਰ ਰਹੇ ਨੇ ਯਾਰ, ਕੁਛ ਵੀ ਨਹੀਂ ਕਰ ਰਹੇ, ਉਹਨਾਂ ਦਾ ਵੀ ਇੱਕ ਕਿੱਤਾ, ਉਹ ਵੀ ਪੈਸੇ ਕਮਾ ਰਹੇ ਨੇ ਹੈ ਨਾ ਬਾਈ, ਆਪਣੀ ਆਪਣੀ ਫੈਮਿਲੀ ਪਾਲਣੀ ਸਾਰਾ ਕੁਛ ਕਰਨਾ, ਉਹਨਾਂ ਦੇ ਵੀ ਗਾਣੇ ਆਏ ਸਾਰੇ ਹਾਂਜੀ, ਹੁਣ ਦੇਖ ਲਓ ਫਿਰ ਲੜੀ ਲਾਤੀ ਨਾ ਕਿੰਨੇ ਗਾਣੇ ਆ ਗਏ, ਦੇਖ ਲਓ ਉਹਨਾਂ ਕਿਸਾਨੀ ਦੇ ਉੱਤੇ ਕਿੰਨਾ ਕੁਛ ਆ ਗਿਆ ਬਾਈ, ਈਵਨ ਕਿ ਫਿਲਮਾਂ ਵੀ ਬਣ ਰਹੀ ਨੇ, ਆਪਾਂ ਗੱਲ ਕਰ ਰਹੇ ਸੀ ਹੈ ਨਾ। ਸੋ ਸਿੰਗਰ ਬਣਾਵਾਂ ਦਾ ਵੀ ਹੁਣ ਜਿੰਨਾ ਇਹ 'ਚ ਹੱਥ ਸਾਰਿਆਂ ਦਾ ਹੱਥ ਹੈ, ਦੇਖੋ ਇਹ ਵੀ ਸਹੀ ਗੱਲ ਹੈ, ਅਤੇ ਮੈਨੂੰ ਇਹ ਵੀ ਇਹ ਚੀਜ਼ਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੇ ਕੋਈ ਬੰਦਾ ਆਪਣੇ ਲਈ ਖੜਦਾ ਬਾਈ, ਕਿਉਂਕਿ ਆਪਾਂ ਇੱਕ ਦੂਜੇ ਲਈ ਖੜ ਸਕਦੇ ਹਾਂ, ਵੀ ਉਹ ਚੀਜ਼ਾਂ ਨੇ ਜੇ ਥੋੜ੍ਹੀ ਜਿਹੀ ਮੰਨ ਲਓ ਵੀ ਉਹਨੇ 90 ਚੀਜ਼ਾਂ ਸਹੀ ਕਰਤੀਆਂ ਅਤੇ 10 ਚੀਜ਼ਾਂ ਗਲਤ ਕਰਦੀਆਂ, 10 ਚੀਜ਼ਾਂ ਨਾ ਫੜੋ, ਉਹਨਾਂ ਨੂੰ ਛੱਡਣ ਦੀ ਆਦਤ ਪਾਓ, ਵੀ 90 ਚੀਜ਼ਾਂ ਜਿਹੜੀਆਂ ਸਹੀ ਕੀਤੀਆਂ ਨੇ ਉਹਨੂੰ ਐਪਰੀਸ਼ੀਏਟ ਕਰੋ, ਕਿਉਂਕਿ ਮੂਹਰਲੇ ਬੰਦਾ ਦਾ ਵੀ ਹੌਸਲਾ ਵੱਧਦਾ, ਜੇ ਬਾਈ ਤੁਸੀਂ ਉਹਨੂੰ ਕੁਛ ਕਹਿਣ ਲੱਗ ਜਾਓ ਫਿਰ ਬੰਦਾ ਅੱਗੇ ਤੋਂ ਆਪ ਹੀ ਨਹੀਂ ਕਰਦਾ ਵੀ ਯਾਰ ਮੇਰੇ ਤਾਂ ਗਾਲਾਂ ਹੀ ਪੈਣੀਆਂ ਨੇ, ਮੈਂ ਇਹ ਕਰਨਾ ਬਿਲਕੁਲ। ਕਰਨ ਜਿਵੇਂ ਤੁਹਾਡੇ ਬਹੁਤ ਸਾਰੇ ਗਾਣੇ ਨੇ, ਤੁਹਾਨੂੰ ਕੀ ਲੱਗਿਆ ਉਹਨਾਂ ਗਾਣਿਆਂ 'ਚੋਂ ਕਿਹੜਾ ਗਾਣਾ ਇਸ ਸੰਘਰਸ਼ ਦੇ ਨਾਲ ਰਿਲੇਟ ਕਰਦਾ ਹੈਗਾ, ਕਿਹੜਾ ਗਾਣਾ ਉਹ ਜਿਹੜੇ ਜਿਹਦੇ ਤੁਸੀਂ ਚਾਰ ਲੈਣਾ ਮੈਂ ਘੁੰਗਣ ਗੁਣਾ ਕੇ ਵੀ ਸੁਣਾਓਗੇ, ਜਿਹੜਾ ਇਸ ਟਾਈਮ ਦੀ ਸਿਚੁਏਸ਼ਨ ਨੂੰ ਬਿਲਕੁਲ ਨਾਲ ਰਿਫਲੈਕਟ ਹੁੰਦਾ ਹੋ ਸਿਚੁਏਸ਼ਨ? ਹਾਂ ਬਿਲਕੁਲ, ਇੱਕ ਗਾਣਾ ਲਿਖਿਆ ਸੀ ਬਹੁਤ ਚਿਰ ਪਹਿਲਾਂ, ਉਦੋਂ ਲੱਗਦਾ ਨਹੀਂ ਸੀ ਵੀ ਇਹ ਸਿਚੁਏਸ਼ਨ ਉੱਤੇ ਟੁੱਕ ਜੂਗਾ, ਪਰ ਇਹ ਸੀਗਾ ਜ਼ਰੂਰ ਵੀ ਮੋਸਟਲੀ ਸਿਚੁਏਸ਼ਨ ਦੇ ਉੱਤੇ ਟੁੱਕਦਾ, ਉਹਦਾ ਦੂਜਾ ਪੈਰਾ ਸੀਗਾ, ਮੈਂ ਥੋੜ੍ਹਾ ਜਿਹਾ ਗਾ ਕੇ ਸੁਣਾਉਂਦਾ ਤੈਨੂੰ, ਕਹਿੰਦਾ ਮੂੰਹ ਤੇ ਯਾਰਾਂ ਪਿੱਠ ਤੇ ਖਾਰਾਂ ਦੁਨੀਆਦਾਰੀ ਝੂਠੀ ਹੈ, ਕੋਠੇ ਚੜ ਕੇ ਲੁੱਟ ਨਹੀਂ ਹੋਣੀ, ਚੜ ਗਈ ਗੁੱਡੀ ਉੱਚੀ ਹੈ, ਜਦ ਵੀ ਆਪਣੇ ਲਾਉਣ ਸਕੀਮਾਂ ਉਦੋਂ ਨੇ ਫਿਰ ਟੁੱਟਦੀਆਂ ਟੀਮਾਂ, ਉੱਤੇ ਆਇਆ ਨੇਮ ਜੱਟ ਅੱਜ ਵੀ ਆ ਸੇਮ ਸਿਰ ਚੜਿਆ ਨਹੀਂ, ਫੇਮ ਕਦੇ ਕੀਤੀ ਚੌੜ ਨਹੀਂ, ਕਰ ਤਾਂ ਸਕਦੇ ਹਾਂ ਸਾਨੂੰ ਲੋੜ ਨਹੀਂ, ਇਹ ਸਭ ਕੁਝ ਕਰ ਤਾਂ ਸਕਦੇ ਹਾਂ ਸਾਨੂੰ ਲੋੜ ਨਹੀਂ। ਇਹ ਗਾਣਾ ਸੀਗਾ,
ਕਰਨ ਤੁਸੀਂ ਹੁਣ ਪੰਜਾਬ 'ਚ ਘੁੰਮ ਰਹੇ ਹੋ ਲਗਾਤਾਰ, ਕਾਫੀ ਟਾਈਮ ਹੋ ਗਿਆ ਤੁਹਾਨੂੰ ਆਇਆਂ ਨੂੰ। ਆਪਣੀ ਮੁਲਾਕਾਤ ਪਹਿਲਾਂ ਹੋਣੀ ਸੀ, ਸੰਘਰਸ਼ ਚੱਲ ਪਿਆ ਵਿੱਚ ਜੀ, ਬਿਲਕੁਲ ਬਾਈ, ਟੂਰਨਾਮੈਂਟ ਅੱਜ ਸੀਗਾ, ਤੇ ਕਿਵੇਂ ਦੇਖ ਰਹੇ ਹੋ ਪੰਜਾਬ 'ਚ ਕੀ ਮਾਹੌਲ ਦੇਖ ਰਹੇ ਹੋਗੇ? ਮਤਲਬ ਪੰਜਾਬ ਬਦਲਿਆ ਹੈਗਾ, ਪੰਜਾਬ ਦੇ ਅੰਦਰ ਬਦਲਿਆ ਹੋਇਆ ਮਾਹੌਲ ਨਜ਼ਰ ਆ ਰਿਹਾ, ਪੰਜਾਬ ਦਾ ਯੂਥ, ਪੰਜਾਬ, ਪੰਜਾਬੀਅਤ ਤੁਹਾਨੂੰ ਬਦਲੀ ਨਜ਼ਰ ਆ ਰਹੀ ਹੈ? ਬਿਲਕੁਲ ਬਾਈ, ਬਦਲੀ ਨਜ਼ਰ ਆ ਰਹੀ ਹੈ। ਦੇਖੋ ਆਪਣੇ ਲੋਕਾਂ ਦਾ ਜੋਸ਼ ਜਿਹੜਾ, ਉਹ ਤਾਂ ਓਬਵੀਅਸ ਤੁਹਾਨੂੰ ਪਤਾ ਵੀ ਕਹਿੰਦੇ ਨੇ ਪੰਜਾਬੀਆਂ ਦਾ ਲਹੂ ਬਹੁਤ ਗਰਮ ਹੈ ਅਤੇ ਇੱਦਾਂ ਉੱਦਾਂ ਗੱਲਾਂ ਆਪਾਂ ਸਾਰੀਆਂ ਸੁਣਦੇ ਹਾਂ, ਹੈ ਨਾ, ਅਤੇ ਉਹ ਚੀਜ਼ਾਂ ਅੱਜ ਦੇਖਣ ਨੂੰ ਮਿਲ ਰਹੀਆਂ। ਮੈਂ ਤਾਂ ਸਗੋਂ ਇੱਕ ਦਿਨ ਅੱਗੇ ਵੀ ਗੱਲ ਕਰਦਾ ਸੀ ਵੀ ਆਪਾਂ ਲੱਕੀ, ਆਪਾਂ ਨੂੰ ਚੀਜ਼ਾਂ ਵਿਟਨੈਸ ਕਰਨ ਦਾ ਮੌਕਾ ਮਿਲ ਰਿਹਾ, ਕਿਉਂਕਿ ਜਿਹੜੇ ਕਹਿੰਦੇ ਨਹੀਂ ਹੁੰਦੇ ਵੀ ਕਿਸੇ ਚੀਜ਼ ਤੋਂ ਕਈ ਵਾਰ ਤੁਹਾਨੂੰ ਉਮੀਦ ਨਹੀਂ ਹੁੰਦੀ ਅਤੇ ਉਹ ਚੀਜ਼ ਹੋ ਗਈ। ਮੇ ਬੀ ਜਿਹੜੇ ਲੋਕਾਂ ਨੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਵੀ ਸ਼ਾਇਦ ਉਮੀਦ ਨਹੀਂ ਸੀ ਵੀ ਆਹ ਕੁਛ ਹੋ ਜੂਗਾ, ਵੀ ਧਰਨਾ ਲੱਗੂਗਾ। ਚਲੋ ਧਰਨਾ ਆਪਾਂ ਕਹਿ ਦਿੰਦੇ, ਜਦੋਂ ਆਪਾਂ ਧਰਨੇ ਦੀ ਗੱਲ ਕਰਦੇ ਹਾਂ ਤਾਂ ਆਪਣੇ ਮਨ 'ਚ ਇੱਕ ਤਸਵੀਰ ਬਣ ਜਾਂਦੀ ਵੀ ਧਰਨਾ ਬਸ ਲੋਕ ਬੈਠੇ ਆ ਅਤੇ ਉੱਥੇ ਬੈਠੇ ਆ, ਭਾਸ਼ਣ ਹੋ ਰਹੇ ਨੇ, ਭਾਸ਼ਣ ਹੋ ਰਹੇ ਨੇ, ਭੁੱਖ ਹੜਤਾਲ ਚੱਲ ਰਹੀ ਹੈ। ਅਮਦੋਜ ਮਾਨ ਨੇ ਕਿਹਾ ਕਿ ਪੰਜਾਬੀਅਤ ਦਾ ਕਿਰਦਾਰ, ਕਿਰਦਾਰ ਦੀ ਨੁਮਾਇਸ਼, ਉਹਨਾਂ ਦਾ ਇੱਕ ਸ਼ਬਦ ਸੀ ਪੰਜਾਬੀਅਤ ਦੇ ਕਿਰਦਾਰ ਦੀ ਨੁਮਾਇਸ਼। ਬਿਲਕੁਲ ਬਾਈ ਜੀ, ਜਿਵੇਂ ਲੰਗਰ ਦੀ ਐਕਸਟੈਂਸ਼ਨ। ਸਹੀ ਗੱਲ ਆ, ਹਾਂਜੀ ਹਾਂਜੀ ਹਾਂਜੀ, ਅਤੇ ਇਹੀ ਚੀਜ਼ਾਂ ਵੀ ਹਾਂ ਬਦਲਾਓ ਜ਼ਰੂਰ ਬਾਈ ਦੇਖਣ ਵਾਲੇ ਵੀ, ਇਹ ਚੀਜ਼ਾਂ ਦੀ ਕਿਸੇ ਨੂੰ ਆਸ ਨਹੀਂ ਸੀ ਵੀ ਇੱਦਾਂ ਵੀ ਹੋ ਜਾਂਦਾ ਹੁੰਦਾ ਧਰਨਾ ਜੋ ਵੀ ਹੁੰਦਾ, ਹੈ ਨਾ। ਅਤੇ ਇੱਕ ਚੀਜ਼ ਸੀ ਕੱਲ੍ਹ ਜਦੋਂ ਅਸੀਂ ਉੱਥੇ ਸੀਗੇ ਅਤੇ ਉੱਥੇ ਇੱਕ ਚੀਜ਼ ਬਾਈ ਉਹਨਾਂ ਨੇ ਦੱਸੀ ਸਾਨੂੰ ਵੀ ਇੱਥੇ ਹੁਣ ਇਹ ਮਾਹੌਲ ਹੋ ਗਿਆ ਵੀ ਜਿਹੜੇ ਜਿਹੜੇ ਏਰੀਆਜ਼ ਨੇ ਜਿੱਦਾਂ KFC ਕੋਲ ਇੱਕ ਏਰੀਆ ਤਾਂ ਉਹ ਤੋਂ ਲੰਘ ਕੇ ਆ ਵੀ ਉਹਨਾਂ ਦੇ ਉਹਨਾਂ ਨੇ ਨਾਮ ਰੱਖ ਤੇ ਵੀ ਆਹ ਨਗਰ ਹੈ, ਆਹ ਨਗਰ ਹੈ, ਵੀ ਲੋਕਾਂ ਨੂੰ ਈਜ਼ੀ ਹੋ ਜਾਵੇ ਜੇ ਕਿਸੇ ਦਾ ਇੱਧਰੋਂ ਫੋਨ ਆਉਂਦਾ ਵੀ ਬਾਈ ਮੈਂ ਇੱਧਰਲੀ ਕਲੋਨੀ 'ਚ ਫਿਰ ਰਿਹਾ, ਮੈਂ ਕੋਈ ਕਿਤੇ ਕਲੋਨੀ 'ਚ ਫਿਰ ਰਿਹਾ, ਮੈਂ ਇੱਥੇ। ਬਾਬਾ ਬੰਦਾ ਸਿੰਘ ਬੰਦਾ ਸਿੰਘ ਉਹ ਚੀਜ਼ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਯਾਰ ਤਾਂ ਸ਼ਹਿਰ ਹੀ ਵਸਾਤਾ ਅਤੇ ਬੈਠੇ ਵੀ ਕਿੱਥੇ, ਨੈਸ਼ਨਲ ਹਾਈਵੇ 1 ਦੇ ਉੱਤੇ ਬੈਠੇ ਹਾਂ ਬਾਈ, ਬਹੁਤ ਵੱਡੀ ਗੱਲ ਆ ਵੀਰੇ। ਕਰਨ, ਇਤਿਹਾਸ, ਜਦੋਂ ਆਪਾਂ ਇਤਿਹਾਸ ਕਹਿੰਦੇ ਅੱਗੇ ਕਿ ਜੇ ਇਤਿਹਾਸ ਕੋਲ ਆਪ ਨਾ ਜਾਓ, ਇਤਿਹਾਸ ਤੁਹਾਨੂੰ ਆਪਣੇ ਕੋਲ ਲਿਖਾਉਂਦਾ। ਬਿਲਕੁਲ ਬਾਈ, ਤੁਸੀਂ ਇਤਿਹਾਸ ਨੂੰ ਪੜ੍ਹਦੇ ਸੀ ਜਾਂ ਤੁਹਾਨੂੰ ਵੀ ਇਤਿਹਾਸ ਆਪਣੇ ਕੋਲ ਲੈ ਕੇ ਆਹ ਪੰਜਾਬ ਹੈਗਾ, ਜਾਂ ਤੁਸੀਂ ਹਿਸਟਰੀ ਦੀਆਂ ਕਿਤਾਬਾਂ ਜਾਂ ਇਤਿਹਾਸ ਨੂੰ ਪੰਜਾਬ ਦੇ ਨੂੰ ਮੋਟਾ ਮੋਟਾ ਪੜ੍ਹਦੇ ਰਹੇ ਹੋ, ਜਾਣਦੇ ਰਹੇ ਹੋ? ਦੇਖੋ ਬਾਈ, ਮਾੜਾ ਮਾੜਾ ਮੈਂ ਜਾਣੂ ਇਸ ਚੀਜ਼ ਦੇ ਨਾਲ, ਮੈਂ ਨਹੀਂ ਕਹੂੰਗਾ ਮੈਂ ਬਹੁਤ ਜ਼ਿਆਦਾ ਬੁੱਕਾਂ ਪੜ੍ਹਦਾ, ਬੁੱਕਸ ਮੈਂ ਬਹੁਤ ਘੱਟ ਪੜ੍ਹਦਾ, ਪਰ ਮੈਂ ਜ਼ਰੂਰ ਆਪਣੇ ਆਪ ਨੂੰ ਇਹ ਦਿਓ, ਮੈਂ ਤੁਹਾਨੂੰ ਵੀ ਕਹਿਣਾ ਸੀ ਮੈਨੂੰ ਦੋ ਤਿੰਨ ਬੁੱਕਾਂ ਸੁਜੈਸਟ ਕਰਿਓ ਜ਼ਰੂਰ, ਬਿਕਾਜ਼ ਮੈਂ ਇਹ ਤੋਂ ਬਾਅਦ ਜ਼ਰੂਰ ਹਾਂ ਧਿਆਨ ਦੂੰਗਾ ਚੀਜ਼ਾਂ ਦੇ ਉੱਤੇ। ਪਰ ਸਾਡੇ ਕੋਲ ਦੇਖੋ ਇੰਨੀਆਂ ਪਈਆਂ ਨੇ, ਹਾਂਜੀ ਹਾਂਜੀ ਬਿਲਕੁਲ, ਮੈਂ ਦੇਖ ਲਈਆਂ ਇੱਕ ਦੋ ਤਾਂ ਮੈਂ ਲੈ ਜਾਊਂਗਾ, ਲੈ ਜਾਓ, ਅਤੇ ਇਹ ਚੀਜ਼ਾਂ ਨਾਲ ਮੈਂ ਜਾਣੂੰਗਾ। ਪਰ ਮੈਂ ਇਹ ਚੀਜ਼, ਇਹਦੇ ਬਾਰੇ ਵੀ ਅਸੀਂ ਗੱਲ ਕਰ ਰਹੇ ਸੀ ਉਦਣ ਬੈਠੇ ਉੱਥੇ, ਵੀ ਜਿਹੜੀ ਆਹ ਚੀਜ਼ ਦੇ ਵਿੱਚ ਆਪਾਂ ਬੈਠੇ ਹਾਂ, ਜਿਸ ਤੰਬੂ ਦੇ ਵਿੱਚ ਬੈਠੇ ਹਾਂ, ਪ੍ਰਸ਼ਾਦਾ ਛੱਕ ਰਹੇ ਨੇ, ਸਾਰਾ ਕੁਛ ਹੋ ਰਿਹਾ, ਵੀ ਅੱਜ ਤੋਂ ਪਤਾ ਨਹੀਂ ਕਿੰਨੇ ਚਿਰ ਬਾਅਦ ਇਹ ਬੁੱਕਾਂ ਦੇ ਵਿੱਚ ਲਿਖੀਆਂ ਜਾਣੀਆਂ ਨੇ ਗੱਲਾਂ, ਵੀ ਤਾਂ ਆਪਣੇ ਜਵਾਕਾਂ ਨੇ ਪੜ੍ਹਨ, ਅਤੇ ਮੈਂ ਹਾਂ ਉਹਨਾਂ ਨੂੰ ਮਾਣ ਨਾਲ ਕਹਿ ਸਕਦਾ ਵੀ ਪੁੱਤ ਮੈਂ ਉੱਥੇ ਸੀਗਾ, ਇੰਨੀ ਤਰੀਕ ਨੂੰ ਮੈਂ ਬੈਠਾ ਸੀ, ਵੀ ਆਹ ਬੁੱਕ ਮੈਂ ਵੀ ਮੈਂ ਦੇਖੀ ਹੋਈ ਆ, ਅਤੇ ਮੈਨੂੰ ਪਤਾ ਵੀ ਇਹ ਚੀਜ਼ ਦੇ ਉੱਤੇ ਤਾਂ ਬੁੱਕਾਂ ਲਿਖੀਆਂ ਜਾਣੀਆਂ, ਇਤਿਹਾਸ ਦੇ ਵਿੱਚ ਲਿਖਿਆ ਜਾਣਾ। ਪਿਛਲੇ ਇਤਿਹਾਸ ਦਾ ਮੈਨੂੰ ਪਤਾ ਮਾੜਾ ਮੋਟਾ, ਪਰ ਜਿਹੜਾ ਆਹ ਇਤਿਹਾਸ ਤੁਸੀਂ ਗੱਲ ਕੀ ਵੀ ਮੈਨੂੰ ਕੋਲ ਲੈ ਗਿਆ, ਹੈ ਨਾ, ਵੀ ਵਿੱਚ ਬੈਠਾ ਸੀਗਾ ਮੈਂ ਉਸ ਚੀਜ਼ ਦੇ, ਅਤੇ ਮੈਂ ਇਹ ਚੀਜ਼ ਨੂੰ ਹੁਣ ਐਕਸਪਲੇਨ ਨਹੀਂ ਕਰ ਸਕਦੀ ਮੈਂ ਫੀਲ ਕਿੱਦਾਂ, ਜਿਹਨੂੰ ਇਤਿਹਾਸ ਤੁਹਾਡੇ ਸਾਹਮਣੇ ਅੱਖਾਂ ਦੇ ਆ ਕੇ, ਬਸ ਬਾਈ ਹਾਂ, ਚੀਜ਼ਾਂ ਹੋ ਰਹੀਆਂ ਨੇ ਯਾਰ, ਨਿਹੰਗ ਸਿੰਘ ਹੋਣੀ ਸਾਰੇ ਜਾ ਰਹੇ ਨੇ ਘੋੜਿਆਂ ਦੇ ਉੱਤੇ, ਉਹ ਚੀਜ਼ਾਂ ਸਾਰੀਆਂ ਮੂਵੀ ਲੱਗ ਰਹੀ ਹੈ ਇੱਕ ਤੁਹਾਡੇ ਸਾਹਮਣੇ, ਸਮਝਦੇ ਹੋ, ਵੱਖ ਵੱਖ ਕੈਰੇਕਟਰ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਕੋਈ ਬਾਬਾ ਦੀ ਜਾਈ ਜਾਂਦੇ ਨੇ, ਕੋਈ ਧੂਣੀ ਸੇਕ ਰਿਹਾ, ਕਿਤੇ ਉੱਥੇ ਹੀ ਪਾਠ ਚੱਲ ਰਿਹਾ, ਉੱਥੇ ਸਾਰਾ ਕੁਛ, ਉੱਥੇ ਮੁੰਡੇ ਫਨ ਵੀ ਕਰ ਰਹੇ ਨੇ, ਉੱਥੇ ਭੰਗੜਾ ਵੀ ਪੈ ਰਿਹਾ, ਸਾਰਾ ਕੁਛ ਹੋ ਰਿਹਾ, ਫਨ ਹੋ ਰਿਹਾ, ਹੈ ਨਾ, ਜਿਵੇਂ ਵੀ ਉਦਾਸੀ ਹੈਗੀ ਸਾਰਿਆਂ ਦੇ ਦਿਲਾਂ ਦੇ ਵਿੱਚ, ਪਰ ਉਹ ਚੀਜ਼ ਨੂੰ ਆਪਣੇ ਆਪ ਨੂੰ ਸਟਰੋਂਗ ਦਿਖਾਉਣ ਦੇ ਲਈ ਸਾਰਾ ਕੋਈ ਵੀ ਬੰਦਾ ਸ਼ੋਅ ਨਹੀਂ ਕਰ ਰਿਹਾ ਵੀ ਹਾਂ ਅਸੀਂ ਤਕੜੇ ਹਾਂ, ਪਰ ਓਬਵੀਅਸਲੀ ਦੇਖੋ ਪੰਜਾਬੀਆਂ, ਜੇ ਆਪਾਂ ਆਪਣਾ ਲਹੂ ਤੱਤਾ ਅਤੇ ਆਪਣਾ ਲਹੂ, ਆਪਾਂ ਇਮੋਸ਼ਨਲ ਵੀ ਬਹੁਤ ਹੈ ਬਾਈ, ਹੈ ਨਾ, ਅਤੇ ਇਹ ਆਪਣਾ ਇੱਕ ਇੱਕ ਮੈਨੂੰ ਲੱਗਦਾ ਹੁੰਦਾ ਵੀ ਕਈ ਬੰਦਿਆਂ ਦੀ ਆਪਣੀ ਕਮਜ਼ੋਰੀ ਹੁੰਦੀ ਵੀ ਆਪਾਂ ਵੀਕ ਪੁਆਇੰਟ ਜਿਹੜਾ ਹੁੰਦਾ ਵੀ ਤਰਸ ਕਰ ਲੈਂਦੇ ਆਪਾਂ ਕਈ ਵਾਰੀ ਮੂਹਰਲੇ ਬੰਦੇ, ਅਤੇ ਅੱਜ ਜਿਹੜੀ 21ਵੀਂ ਸਦੀ ਹੈ ਕਹਿੰਦੇ ਵੀ ਤਰਸ ਤੁਰਸ ਵਾਲੀ ਚੀਜ਼ ਤਾਂ ਐਗਜ਼ਿਸਟ ਹੀ ਨਹੀਂ ਨਾ ਕਰਦੀ। ਕਰਨ, ਜਿਹੜਾ ਜਿਵੇਂ ਅਕਸਰ ਤੁਸੀਂ, ਅਸੀਂ ਜਦੋਂ ਤੁਹਾਨੂੰ ਸੁਣਦੇ ਹਾਂ, ਤੁਸੀਂ ਆਪਣੇ ਫਾਦਰ ਸਾਹਿਬ ਦਾ ਲਗਾਤਾਰ ਨਾਲ ਲੈਣ, ਆਪਣੀ ਸਟਰਗਲ ਦੇ ਬਾਰੇ ਜ਼ਰੂਰ ਤੁਸੀਂ ਜ਼ਿਕਰ ਕਰਦੇ ਹੋ, ਮੈਂ ਜ਼ਰੂਰ ਅੱਜ ਕਿਉਂਕਿ ਆਪਣੀ ਮੁਲਾਕਾਤ ਹੋਈ ਹੈਗੀ, ਕਿਸ ਤਰ੍ਹਾਂ ਦਾ ਉਹ ਸਾਰਾ ਜਿਹਦੇ ਤੁਸੀਂ ਬਹੁਤ ਇਮੋਸ਼ਨਲ ਹੋ ਜਾਂਦੇ ਹੋ ਜਦੋਂ ਇਹ ਗੱਲ ਕਰਦੇ ਹੋ। ਬਿਲਕੁਲ ਬਾਈ ਜੀ, ਫਾਦਰ ਸਾਹਿਬ ਦੀ ਬਾਈ ਹੁਣ ਮੈਂ ਬਹੁਤ ਚੀਜ਼ਾਂ ਨੇ, ਹੁਣ ਇਹ ਇੱਦਾਂ ਹੁੰਦਾ ਵੀ ਜਦੋਂ ਗੱਲ ਕਰਨ ਲੱਗ ਜਾਂਦੇ ਆ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਨੇ, ਹੈ ਨਾ, ਕੋਈ ਇੱਦਾਂ ਤਾਂ ਹੈ ਨਹੀਂ ਗਾ। ਮੇਰੀ ਮੈਂ ਗੱਲ ਕਰਦਾ, ਮੇਰੀ ਨਾ ਪਿਕਚਰ ਮੈਮਰੀ ਜਿਹੜੀ ਹੁੰਦੀ ਇੱਕ ਬੰਦੇ ਦੀ, ਉਹ ਬਹੁਤ ਸ਼ਾਰਪ ਹੈ, ਜਿੱਦਾਂ ਮੈਨੂੰ ਨਾਮ ਹਲੇ ਘੱਟ ਯਾਦ ਰਹਿੰਦੇ ਆ ਜਾਂ ਮੈਨੂੰ ਸਿਚੁਏਸ਼ਨ ਯਾਦ ਰਹਿ ਜਾਂਦੀ ਹੈ, ਜਿੱਦਾਂ ਆਪਾਂ ਜਿੱਥੇ ਮਿਲਿਆ, ਮੈਨੂੰ ਫੋਟੋ ਯਾਦ ਰਹਿ ਜਾਂਦੀ ਉਸ ਸੀਨ ਦੀ, ਸੋ ਫੋਟੋਆਂ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ ਨੇ ਬਾਈ, ਇਕੱਲੀ ਇਕੱਲੀ ਚੀਜ਼ ਯਾਦ ਰਹਿੰਦੀ ਹੈ ਮੈਨੂੰ, ਹਾਲਾਂਕਿ ਮੈਂ ਖੁਸ਼ ਹਾਂ ਵੀ ਮੈਨੂੰ ਚੀਜ਼ਾਂ ਯਾਦ ਨੇ,
ਉਹਦੇ ਚ ਵੀ ਹੁੰਦਾ ਗਾ ਕਿ ਉਤਰਾਅ ਚੜਾਅ ਜਿਵੇਂ ਆਪਾਂ ਜ਼ਿਕਰ ਕੀਤਾ ਸੀ ਹਨਾ, ਅੰਤਮ ਸੱਚ ਕੋਈ ਨਹੀਂ ਹੁੰਦਾ, ਬਿਲਕੁਲ ਨਹੀਂ, ਬੰਦਾ ਹਮੇਸ਼ਾ ਬਿਹਤਰ ਸੱਚ ਦੀ ਭਾਲ ਚ ਹੁੰਦਾ, ਦੁਨੀਆਂ ਦੇ ਉੱਤੇ ਕੋਈ ਅੰਤਮ ਸੱਚ ਨਹੀਂ ਹੈਗਾ, ਬੰਦਾ ਮੰਨ ਲੈਂਦਾ ਕਿ ਸ਼ਾਇਦ ਇਹੀ ਅੰਤਮ ਸੱਚ ਹੈ। ਤਾਂ ਮੈਂ ਕਹਿ ਰਿਹਾ ਕਿ ਉਹ ਸੰਘਰਸ਼ ਇੱਥੇ ਆ ਕੇ ਕਿਵੇਂ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਵੀ ਉਹ ਸਟਰਗਲ ਦਾ ਦੌਰ ਆਪਣੀ ਜ਼ਿੰਦਗੀ 'ਚ ਦੇਖਿਆ ਹੋਇਆ, ਸੰਘਰਸ਼ ਹਮੇਸ਼ਾ ਹੁੰਦਾ ਜ਼ਿੰਦਗੀ 'ਚ। ਹਾਂਜੀ ਬਾਈ, ਸਟਰਗਲ ਤਾਂ ਕਿਸੇ ਵੀ ਚੀਜ਼ 'ਚ ਆ ਸਕਦਾ, ਕੁਛ ਵੀ ਹੋ ਸਕਦਾ, ਜਿਵੇਂ ਆਪਾਂ ਉਤਰਾਅ ਚੜਾਅ ਆਉਂਦੇ ਨੇ, ਆਉਂਦੇ ਰਹਿੰਦੇ ਆ। ਹਾਂਜੀ ਦੇਖੋ, ਹੁਣ ਵੀ ਕਿੰਨਾ ਚਿਰ ਹੋ ਗਿਆ ਬਾਈ ਧਰਨਾ ਚੱਲੇ ਨੂੰ, ਹੁਣ ਮੈਨੂੰ ਲੱਗਦਾ 65 ਦਿਨ ਹੋ ਗਏ ਹੋਣਗੇ ਜਦੋਂ ਪ੍ਰੋਪਰ ਲੋਕ ਉੱਥੇ ਆ ਕੇ ਬੈਠੇ, ਉੱਦਾਂ ਤਾਂ ਜੂਨ ਦੇ ਨਿਕਲੇ ਹੋਏ ਲੋਕ, ਪਰ ਵੀ ਇਹੀ ਚੀਜ਼ ਆ ਵੀ ਉਹ ਚੀਜ਼ ਦੇ ਵਿੱਚ ਵਿੱਚ ਉਹਨਾਂ ਨੂੰ ਦੇਖਣ ਨੂੰ, ਜਿਹੜੇ ਲੋਕ ਉੱਥੇ ਬੈਠੇ ਆ ਨਾ ਬਾਈ, ਉਹ ਮੈਨੂੰ ਪਤਾ ਡੇਲੀ ਬੇਸਿਸ 'ਤੇ ਕੀ ਚੀਜ਼ਾਂ ਫੇਸ ਕਰ ਰਹੇ ਨੇ, ਕਿਉਂਕਿ ਜਿਹੜੇ ਮੈਨੂੰ ਤਰਸ ਆਉਂਦਾ ਹੁੰਦਾ ਬਾਈ, ਜਿਹੜੇ ਆਮ ਬੰਦੇ ਉੱਥੇ ਬੈਠੇ ਆ ਨਾ, ਜਿਨ੍ਹਾਂ ਨੂੰ ਨਾ ਤਾਂ ਪੂਰੀ ਤਰ੍ਹਾਂ MSP ਬਿੱਲਸ ਬਾਰੇ ਪਤਾ ਵੀ ਇਹਦੇ ਨਾਲ ਕੀ ਹੋ ਸਕਦਾ ਕੀ ਨਹੀਂ, ਬਸ ਉਹ ਉੱਥੇ ਨੇ ਆਪਣੇ ਬਜ਼ੁਰਗ, ਕਿਉਂਕਿ ਉਹਨਾਂ ਨੂੰ ਪਤਾ ਵੀ ਆਪਣੇ ਨਾਲ ਧੱਕਾ ਹੋ ਰਿਹਾ, ਮੇਨ ਸ਼ਬਦਾਂ ਦੇ ਵਿੱਚ ਵੀ ਗਲਤ ਹੋ ਰਿਹਾ ਆਪਣੇ ਨਾਲ ਬਸ, ਹੈ ਨਾ। ਅਤੇ ਜਿਹੜੇ ਚੀਜ਼ਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅੱਜ ਅਸੀਂ ਇੱਥੇ ਜਾਣਾ ਜਾਂ ਅੱਜ ਅਸੀਂ ਇਹ ਕਰਨਾ, ਅਤੇ ਮੂਹਰਿਓਂ ਥੋੜ੍ਹੇ ਲੋਕ ਜਿਹੜੇ ਆਪਣੇ ਹੀ ਡਿਸੀਜ਼ਨ ਬਣਾ ਕੇ ਅਤੇ ਆਪਣੀ ਡਿਸੀਜ਼ਨ ਲੈ ਕੇ ਆਪਣੇ ਫਾਇਦੇ ਨੂੰ ਕਰ ਲੈਂਦੇ ਨੇ ਨਾ, ਉਹ ਚੀਜ਼ਾਂ ਦੇ ਵਿੱਚ ਉਹ ਲੋਕ ਜਿਹੜੇ ਮਾਰੇ ਜਾਂਦੇ ਆ ਸਭ ਤੋਂ ਜ਼ਿਆਦਾ, ਜਿਨ੍ਹਾਂ ਬਾਰੇ ਮੈਨੂੰ ਬਹੁਤ ਜ਼ਿਆਦਾ ਸੈਡ ਫੀਲ ਹੁੰਦਾ, ਕਿਉਂਕਿ ਉਹ ਆਪਣਾ ਸਾਰਾ ਘਰ ਬਾਰ ਛੱਡੀ ਬੈਠੇ ਆ ਬਾਈ, ਸਾਰਾ ਕੁਛ ਕਰੀ ਬੈਠੇ, ਸਾਰਾ ਪੰਜਾਬ ਹੀ ਬੈਠਾ ਉੱਤੇ, ਵੀ ਮੈਂ ਉਹ ਬੰਦੇ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਮਾੜਾ ਜਿਹਾ ਉਹਨਾਂ ਬਾਰੇ ਯਾਰ ਸੋਚਿਆ ਕਰੋ, ਵੀ ਉਹਨਾਂ ਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ ਤੁਸੀਂ ਕੀ ਕਰ ਰਹੇ ਹੋ, ਉਹਨਾਂ ਨੂੰ ਥੋੜ੍ਹੀ ਪਤਾ ਵੀ ਤੁਸੀਂ ਅੱਗੇ ਅੱਗੇ ਟਿਕਟਾਂ ਲੈਣੀਆਂ ਨੇ ਜਾਂ ਤੁਸੀਂ ਕੀ ਕਰਨਾ, ਤੁਸੀਂ ਕਿਹੜੀ ਚੀਜ਼ ਲਈ ਇਹ ਕੰਮ ਕਰ ਰਹੇ ਹੋ। ਵੀ ਆਪਣਾ ਤਾਂ ਮੁੱਦਾ ਹੀ ਇੱਕ ਹੈ ਬਾਈ ਜੀ, ਵੀ ਆਪਾਂ ਆਪਣੇ ਹੱਕ ਲੈ ਕੇ ਪਿੰਡ ਮੋੜਨਾ ਬਸ, ਵੀ ਆਪਾਂ ਆਪਣਾ, ਸਾਨੂੰ ਉਹਨਾਂ ਤੋਂ ਕੁਛ ਨਹੀਂ ਚਾਹੀਦਾ, ਸਾਡੇ ਕੋਲ ਜੋ ਹੈਗਾ ਸਾਨੂੰ ਰਹਿਣ ਦਿਉ, ਅਤੇ ਵੀ ਆਪਣਾ ਆਪਣਾ ਫਾਇਦਾ ਲਾਭ ਨਾ ਇਸ ਚੀਜ਼ ਦੇ ਵਿੱਚੋਂ ਬਾਈ ਲੱਭੋ, ਹੱਥ ਜੋੜ ਕੇ ਬੇਨਤੀ ਹੈ ਵੀ ਸਿਰਫ ਇੱਕ ਦੂਜੇ ਲਈ ਕਰੋ ਯਾਰ, ਆਪਣੇ ਲਈ ਨਾ ਕਰੋ ਬਾਈ ਯਾਰ, ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਬਾਕੀ ਜਿਹੜੀ ਸੰਘਰਸ਼ ਦੀ ਗੱਲ ਹੈ, ਹੋਣਾ ਰਹਿਣਾ, ਨੈਵਰ ਗਿਵ ਅਪ, ਆਪਣਾ ਜਿੱਤ ਦਾ ਬਾਈ ਪੱਕੀ ਹੈ, ਇੰਨਾ ਕੁਛ ਕਰ ਲਿਆ, ਇੰਨਾ ਕੁਛ ਤਾਂ ਕਦੇ ਵੀ ਨਹੀਂ ਕਿਸੇ ਨੇ ਕੀਤਾ ਨਾ, ਇਹ ਚੀਜ਼ਾਂ ਸੋਚ ਕੇ ਸਾਡਾ ਮਨ ਭਰਿਆ ਆਉਂਦਾ, ਪਰ ਕੀ ਕਰੀਏ ਬਾਈ, ਹੁਣ ਗਲਤ ਹੋ ਰਿਹਾ ਜੋ ਵੀ ਹੋ ਰਿਹਾ, ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਵੀ ਸਹੀ ਹੋ ਜਾਵੇ ਸਾਰਾ ਕੁਛ, ਪਰ ਆਪਾਂ ਹੀ ਕਰ ਸਕਦੇ ਇਹਨੂੰ ਸਹੀ, ਸਾਰੇ ਜਣੇ ਬਾਈ ਇੱਕ ਹੀ 'ਚ ਰਿਹੋ ਹੈ ਨਾ, ਸਾਰੇ ਜਣੇ ਬਿਲਕੁਲ, ਬਸ ਯੂਨਿਟੀ ਹੀ ਸਾਰਾ ਕੁਛ ਹੈ ਬਾਈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਅਤੇ ਦਿਲ ਨਹੀਂ ਛੱਡਣਾ ਕੁਛ ਵੀ ਹੁੰਦਾ ਹੈ ਨਾ, ਆਪਾਂ ਸਾਰਿਆਂ ਨੇ ਦਿਲ ਨਹੀਂ ਵਛੜਨਾ, ਵੀ ਗਿਵ ਅਪ ਨਹੀਂ ਕਰਨਾ, ਉਹੀ ਉਤਾਰ ਚੜਾ ਤਾਂ ਆਉਂਦੇ ਰਹਿਣੇ ਅੱਗੇ ਵੀ ਅਤੇ ਹੁਣ ਵੀ ਆਈ ਨੇ, ਬਿਲਕੁਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ, ਪਰ ਮਾਨੀ ਪੰਜਾਬ ਦੀ ਧਰਤੀ ਨੂੰ ਤਾਂ ਕਹੀ ਚੜ੍ਹਦੀ ਕਲਾ ਦੀ ਧਰਤੀ, ਬਸ ਢਹਿੰਦੀ ਕਲਾ ਦੀ ਧਰਤੀ ਨੇ, ਚੜ੍ਹਦੀ ਕਲਾ ਦੀ ਧਰਤੀ ਦਾ ਇਤਿਹਾਸ ਹਜ਼ਾਰਾਂ ਸਾਲਾਂ ਦਾ ਚੱਕ ਕੇ ਦੇਖ ਲਓ, ਚੜ੍ਹਦੀ ਕਲਾ ਦੀ ਧਰਤੀ ਕਿਹਾ ਗਿਆ। ਸਹੀ ਗੱਲ ਹੈ ਬਾਈ, ਤੁਸੀਂ ਆਪਣੇ ਪਿੰਡ ਕਰਨ ਗਏ ਹੋ ਇਹਨਾਂ ਦਿਨਾਂ ਦੇ ਅੰਦਰ, ਤੁਹਾਡਾ ਪਿੰਡ ਦੇ ਨਾਲ ਰਾਬਤਾ ਹੈ, ਤੁਹਾਡੇ ਪਿੰਡ 'ਚ ਕੀ ਹੋ ਰਿਹਾ ਹੈਗਾ, ਪਿੰਡ 'ਚੋਂ ਕਿੰਨੇ ਕਿਸਾਨ ਆਏ ਨੇ? ਬਿਲਕੁਲ ਬਾਈ ਜੀ, ਗਿਆ ਮੇਰੇ ਚਾਚਾ ਜੀ ਖੁਦ ਜਾ ਕੇ, ਉਹਨਾਂ ਨੂੰ ਸਿਹਤ ਥੋੜ੍ਹੀ ਜਿਹੀ ਖਰਾਬ ਹੋ ਜਾਂਦੀ ਹੈ, ਪਰ ਚਾਚੇ ਦਾ ਮੁੰਡਾ ਉੱਥੇ ਉਦੋਂ ਦਾ, ਅਤੇ ਬਾਕੀ ਵੀ ਪਿੰਡ ਦੇ ਜਿੰਨੇ ਵੀ ਮੁੰਡੇ ਜਾਂਦੇ ਰਹਿੰਦੇ, ਅਸੀਂ ਇੱਕ ਦਿਨ ਹੋਰ ਗੱਲ ਕਰ ਰਹੇ ਸੀਗੇ, ਕਿਉਂਕਿ ਕਈ ਲੋਕ ਨਾ ਆਪਣੇ ਆਪਣੇ ਜਿਹੜੇ ਵਿਚਾਰੇ, ਹੁਣ ਸਾਡਾ ਪਿੰਡ ਹੈਗਾ ਬਹੁਤ ਛੋਟਾ ਬਾਈ, ਮੈਨੂੰ ਲੱਗਦਾ 7-7.5 ਸੌ ਵੋਟ ਹੋਣੀ ਜਦੋਂ ਮੈਂ ਸੀਗਾ, ਹੁਣ ਸ਼ਾਇਦ ਵੱਧ ਗਈ ਹੋਵੇ ਥੋੜ੍ਹੀ ਜੀ, ਅਤੇ ਸਾਧਨ ਬਹੁਤ ਘੱਟ ਬਣਦੇ ਆ ਪਿੰਡਾਂ 'ਚ, ਉਹਨੇ ਕਈ ਬੰਦਿਆਂ ਕੋਲ, ਹੁਣ ਜਿਹੜੇ ਜਾਣਾ ਚਾਹੁੰਦੇ ਉਹਨਾਂ ਕੋਲ ਵਿਚਾਰੇ ਕੋਲ ਟਰੈਕਟਰ ਹੈ ਨੀਗਾ, ਸਮਝਦੇ ਹੋ, ਕਈ ਬੰਦੇ ਕੋਲ ਤਾਂ ਕਹਿ ਦਿਓ ਵੀ ਬਿੱਗਾ ਵੀ ਜ਼ਮੀਨ ਦਾ ਨਹੀਂ ਹੈਗਾ, ਪਰ ਉਹ ਚੀਜ਼ ਦਾ ਹਿੱਸਾ ਬਣਨ ਨੂੰ ਫਿਰਦਾ, ਚਾਹੇ ਉਹ ਕਿਸਾਨੀ ਨਹੀਂ ਕਰਦਾ, ਤਾਂ ਉਹਨਾਂ ਕੋਲ ਸਾਧਨ ਨਹੀਂ ਹੈਗਾ, ਅਸੀਂ ਵੀ ਇਹ ਫਿਗਰ ਆਊਟ ਕਰ ਰਹੇ ਹਾਂ ਵੀ ਹੁਣ ਕਿੱਦਾਂ ਵੱਧ ਤੋਂ ਵੱਧ ਆਪਣੇ ਪਿੰਡੋਂ ਵੀ ਅਤੇ ਨਾਲ ਦੇ ਵੀ ਜਿਹੜੇ ਪਿੰਡ ਨੇ ਵੀ ਉਹਨਾਂ 'ਚੋਂ ਵੀ ਲੋਕ ਜਿਨ੍ਹਾਂ ਨੂੰ ਲੋੜ ਹੈ, ਤਾਂ ਜਿਹੜੇ ਸੱਚੀ ਦਿਲੋਂ ਵੀ ਜਾਣਾ ਚਾਹੁੰਦੇ ਆ, ਅਤੇ ਜਿਹਨਾਂ ਨੂੰ ਅਸੀਂ ਵੀ ਕਹਿ ਰਹੇ ਹਾਂ ਵੀ ਚਲੋ ਅਸੀਂ ਵੀ ਨਾਲ ਜਾ ਕੇ ਬੈਠਾਂਗੇ, ਮੇਰੇ ਪਿੰਡ ਦੀਆਂ ਟਰਾਲੀਆਂ ਉੱਥੇ ਲੱਗਣੀਆਂ, ਮੈਂ ਵੀ ਵਿੱਚ ਜ਼ਰੂਰ ਬਾਈ ਜਿੰਨਾ ਹੋ ਸਕਿਆ ਯੋਗਦਾਨ ਪਾਉਂਦੇ ਰਹੇ ਹਾਂ ਅਤੇ ਪਾਉਂਦੇ ਰਹਾਂਗੇ ਵੀ ਬਾਈ, ਜਦੋਂ ਤੱਕ ਜਿੱਤ ਹਾਸਲ ਨਹੀਂ ਹੁੰਦੀ। ਬਿਲਕੁਲ ਹਾਂਜੀ, ਕਰਨ ਕਿਵੇਂ ਦੇਖਦੇ ਹੋ ਜਦੋਂ ਬੰਦਾ 15-16 ਸਾਲ ਦਾ ਹੁੰਦਾ, ਜੋ ਤੁਸੀਂ ਇੱਥੇ ਸੀ, ਜਦੋਂ ਉੱਥੇ ਗਏ, ਉਸ ਤੋਂ ਬਾਅਦ ਇੱਕ ਫੇਜ਼ ਆ ਜਿਹਦੇ 'ਚ ਤੁਹਾਨੂੰ ਇੱਕ ਮਹਿਮਾ ਮਿਲਦੀ ਆ ਪੂਰੀ ਦੁਨੀਆ ਦੇ ਅੰਦਰ, ਮਤਲਬ ਸਾਰੀ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ, ਆਪਣੀ ਹੀ ਜਰਨੀ ਨੂੰ ਤੁਸੀਂ ਕਿਵੇਂ ਦੇਖਦੇ ਹੋ, ਡੈਸਟੀਨੀ ਆ ਉਹ ਕੀ ਹੈਗਾ? ਬਾਈ ਜੀ, ਬਹੁਤ ਔਖਾ ਸਵਾਲ ਆ, ਕਿਉਂਕਿ ਮੈਂ ਨਾ, ਮੈਨੂੰ ਵੀਰੇ ਹੋਣੀ ਸਾਰੇ ਜਿਹੜੇ ਮੇਰੇ ਨਾਲ ਰਹਿੰਦੇ ਸਾਰੇ ਕਹਿੰਦੇ ਹੁੰਦੇ ਸੀਗੇ ਵੀ ਅੱਜ ਤੋਂ ਮੇਰੇ ਹਿਸਾਬ ਨਾਲ 8-9 ਮਹੀਨੇ ਪਹਿਲਾਂ ਦੀ ਗੱਲ ਹੋਣੀ ਹੈ ਵੀ ਕਰਨ ਤੂੰ ਵਧੀਆ ਕਰ ਗਿਆ ਵੀਰੇ, ਵੀ ਸ਼ਾਇਦ ਤੈਨੂੰ ਇਹ ਚੀਜ਼ ਦਾ ਨਾ ਪਤਾ ਹੋਵੇ ਵੀ ਅਸੀਂ ਤੇਰੇ 'ਤੇ ਪ੍ਰਾਊਡ ਹੈ, ਸਿਰਫ ਹੁਣ ਇੰਨੀ ਗੱਲ ਦੱਸੀ ਮੇਰੇ ਘਰਦੇ ਨੇ, ਤਾਂ ਮੈਨੂੰ ਇਹ ਗੱਲ ਕਹੀ, ਮੇਰਾ ਸੱਚੀ ਮਤਲਬ ਰੋ ਪਿਆ ਸੀਗਾ, ਕਿਉਂਕਿ ਬੰਦਾ ਜਦੋਂ ਆਪ ਕਰੀ ਜਾਂਦਾ ਹੁੰਦਾ, ਕਰੀ ਜਾਂਦਾ ਹੁੰਦਾ, ਮੋਸਟਲੀ ਮੈਨੂੰ ਜੋ ਮੈਂ ਆਪਦੀ ਗੱਲ ਦੱਸਦਾ, ਹੋਰ ਤਾਂ ਕਿਤੇ ਪਤਾ ਨਹੀਂ, ਮੈਨੂੰ ਫੀਲ ਨਹੀਂ ਸੀ ਹੁੰਦਾ ਵੀ ਮੈਂ ਕੀ ਕਰ ਰਿਹਾ ਕੀ ਕਰ ਰਿਹਾ, ਵੀ ਮੇਰਾ ਨਾਮ ਬਣ ਗਿਆ ਜਾਂ ਆਹ ਹੋ ਗਿਆ ਹੋ ਗਿਆ, ਬਹੁਤ ਚੀਜ਼ਾਂ ਬਹੁਤ ਜਿੱਦਾਂ ਸੁਪਨਾ ਹੀ ਲੱਗ ਰਿਹਾ ਸੀ ਇੱਕ ਤਰ੍ਹਾਂ ਦਾ, ਵੀ ਡ੍ਰੀਮਸ ਨਹੀਂ ਹੁੰਦਾ ਜਿੱਦਾਂ ਵੀ ਸੱਚੀ ਹੋ ਰਿਹਾ ਯਾਰ, ਵੀ ਊਂ ਕਰੀ ਜਾਂਦੇ ਹੋ ਜਿੱਦਾਂ ਯਾਰ
ਘੱਟੋ ਘੱਟ ਨਹੀਂ ਤਾਂ 2-3 ਸਾਲ ਤਾਂ ਰੱਬ ਦਿੰਦਾ ਹੀ ਹੈ ਬੰਦੇ ਨੂੰ। ਜੇ ਤੁਸੀਂ ਉਹ ਗਵਾ ਲਏ ਤਾਂ ਤੁਸੀਂ ਗਵਾ ਲਏ ਸੀ, ਤੁਸੀਂ ਬਣ ਗਏ ਤਾਂ ਬਣ ਗਏ। ਉਹ ਕੁਛ ਨਹੀਂ ਪਤਾ, ਉਹ 20 ਸਾਲ ਤੋਂ ਪਹਿਲਾਂ ਵੀ ਆ ਸਕਦੇ ਆ, 25 ਸਾਲ ਤੋਂ ਬਾਅਦ ਵੀ ਆ ਸਕਦੇ ਆ, 50 ਸਾਲ 'ਤੇ ਵੀ ਆ ਸਕਦੇ ਆ। ਪਰ ਟਾਈਮ ਸਾਂਭਣ ਦਾ ਟਾਈਮ ਹੁੰਦਾ ਵੀ ਉਹ ਤੁਸੀਂ ਕਿੱਦਾਂ ਉਹਨੂੰ ਟਾਈਮ ਨੂੰ ਸਾਂਭਣਾ। ਅਤੇ ਇਹੀ ਸੀਗਾ ਵੀ ਜਿਹੜੀ ਗਰੋਥ ਹੈ ਉਹ ਸਹੀ ਹੋਈ ਆ ਬਾਈ, ਅਤੇ ਅੱਗੇ ਵੀ ਕਰਦੇ ਰਹਾਂਗੇ ਬਸ। ਕੀ ਲੱਗਦਾ ਕਰਨ ਇਹਦੇ ਲਈ ਕੋਈ, ਜੇ ਮੈਂ ਪੁੱਛਾਂ ਕੋਈ ਇਹਦੇ ਲਈ ਫਾਰਮੂਲਾ ਹੁੰਦਾ, ਕੋਈ ਇਹਦੇ ਲਈ ਕੀ ਹੁੰਦਾ, ਇਹ ਕਿਹੜੀ ਗੱਲ ਹੁੰਦੀ ਹੈ ਜਿਹੜੀ ਬੰਦੇ ਨੂੰ ਇੱਕ ਆਮ ਬੰਦਿਆਂ 'ਚੋਂ ਲਿਆ ਕੇ ਖਾਸ ਥਾਂ 'ਤੇ ਖੜਾ ਕਰ ਦਿੰਦੀ ਹੈ? ਫਾਰਮੂਲਾ ਬਾਈ ਕੀ ਆ, ਮਿਹਨਤ, ਬਸ ਮਿਹਨਤ ਹੀ ਹੈ ਕਿਸੇ ਵੀ ਚੀਜ਼ ਦੇ ਵਿੱਚ, ਕਿਉਂਕਿ ਉਹਨਾਂ ਨੂੰ ਆਪਾਂ ਕਹਿੰਦਾ ਮਿਹਨਤ ਤੋਂ ਉਹਨਾਂ ਦਿਮਾਗ 'ਚ ਆ ਜਾਂਦਾ ਵੀ ਸਵੇਰ ਉੱਠ ਕੇ ਭੱਜਣ ਜਾਣਾ ਪਊ, ਯਾਰ ਗਾਉਣ ਵਾਲਾ ਬਣਨਾ, ਪਹਿਲਾਂ ਸਰੀਰ ਬਣਾ ਲਓ। ਇਹ ਚੀਜ਼ਾਂ ਨਹੀਂ ਹੁੰਦੀਆਂ ਬਾਈ। ਸਭ ਤੋਂ ਪਹਿਲਾਂ ਤਾਂ ਚੀਜ਼ ਜਿਹੜੀ ਮੈਨੂੰ ਲੱਗਦਾ ਵੀ ਹੋਣੀ ਚਾਹੀਦੀ, ਤੁਸੀਂ ਆਪਣੇ ਆਪ ਨੂੰ ਦੇਖੋ ਵੀ ਤੁਹਾਡੇ 'ਚ ਕੀ ਖਾਸ ਹੈ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ 'ਚ ਆਹ ਗੁਣ ਹੈਗਾ, ਫਿਰ ਉਹਨੂੰ ਤਰਾਸ਼ੋ, ਕਿਉਂਕਿ ਰਾਤੋ ਰਾਤ ਬਾਈ ਕੋਈ ਨਹੀਂ ਬਣਦਾ ਹੁੰਦਾ। ਲੋਕ ਕਹਿੰਦੇ ਨਹੀਂ ਵੀ ਯਾਰ ਚੜ੍ਹਾਈ ਹੋ ਗਈ, ਆਹ ਗਾਣਾ ਇਸ ਚੜ੍ਹਾਈ ਹੋ ਗਈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਤੋਂ ਪਹਿਲਾਂ 6 ਸਾਲ ਦਾ ਲੱਗਿਆ ਹੋਇਆ, ਉਦੋਂ ਵੀ ਬਹੁਤ ਗਾਣੇ ਆਏ ਨੇ, ਫਿਰ ਉਹ ਗਾਣੇ ਬਾਅਦ 'ਚੋਂ ਨੋਟਿਸ ਹੋਣ ਲੱਗ ਜਾਂਦੇ ਨੇ। ਜਾਂ ਕੋਈ ਵੀ ਕੰਮ ਹੈ, ਚਾਹੇ ਕੁਛ ਵੀ ਤੁਹਾਡਾ ਵੀ ਪੱਤਰਕਾਰੀ ਦਾ ਕੰਮ ਹੈ, ਤੁਹਾਨੂੰ ਵੀ ਪਤਾ ਹੋਊਗਾ ਨਾ ਸਾਰਾ ਕੁਛ। ਇਹੀ ਹੈ ਵੀ ਮਿਹਨਤ ਕਰੀ ਜਾਓ ਕਰੀ ਜਾਓ ਕਰੀ ਜਾਓ, ਇੱਕ ਦਿਨ ਤੁਹਾਡਾ ਟਾਈਮ ਆਉਂਦਾ ਹੀ ਆਉਂਦਾ ਬਾਈ। ਬਸ ਗਿਵ ਅਪ ਨਾ ਕਰੇ ਬੰਦਾ, ਓਨਲੀ ਇਫ ਯੂ ਨੋ ਵੀ ਤੁਹਾਨੂੰ ਜੇ ਪਤਾ ਹੈ ਵੀ ਤੁਹਾਡੇ 'ਚ ਗੁਣ ਹੈਗਾ ਤਾਂ ਤੁਸੀਂ ਕਰ ਸਕਦੇ ਹੋ। ਵੀ ਕਿਉਂਕਿ ਅੱਜ ਕੱਲ੍ਹ ਇਹ ਵੀ ਰਿਵਾਜ਼ ਬਹੁਤ ਚੱਲੇ, ਤੁਸੀਂ ਕਿਸ ਚੀਜ਼ 'ਚ ਗੁੱਡ ਵੀ ਨਹੀਂ ਹੈਗੇ, ਜਿਵੇਂ ਹੁਣ ਤੁਹਾਨੂੰ ਗਾਉਣ ਦੀ ਗੱਲ ਦੱਸਦਾ ਮੈਂ। ਆਪਾਂ ਕਿਹਾ ਜਾਂਦਾ ਅੱਜ ਕੱਲ੍ਹ ਵੀ ਜਿਹੜੇ ਗਾਉਣ ਵਾਲੇ ਨਹੀਂ ਉਹ ਗਾਉਣ ਵਾਲੇ ਬਣ ਗਏ, ਬਾਈ ਲੀਡਰ ਬਣ ਗਏ, ਜਿਹੜੇ ਪੱਤਰਕਾਰ ਨਹੀਂ ਉਹ ਪੱਤਰਕਾਰ। ਬਿਲਕੁਲ ਸਹੀ ਗੱਲ ਆ ਬਾਈ, ਕਿਹਾ ਜਾਂਦਾ ਬਹੁਤ ਜ਼ਿਆਦਾ। ਮੈਂ ਤੁਹਾਨੂੰ ਆਪਦੀ ਗੱਲ ਦੱਸਦਾ, ਜਦੋਂ ਮੈਂ ਪਹਿਲਾਂ ਮੈਂ ਜਦੋਂ ਲਿਖਣ ਲਿਖਣ ਲੱਗਿਆ ਸੀਗਾ ਨਵਾਂ ਨਵਾਂ, ਮੈਂ ਉਦੋਂ ਆਪਦੇ ਗਾਣੇ ਬਾਹਰ ਦਿੰਦਾ ਹੁੰਦਾ ਸੀਗਾ, ਜਿੱਦਾਂ ਵੇਚਦਾ ਹੁੰਦਾ ਸੀਗਾ। ਥੋੜ੍ਹਾ ਬਹੁਤਾ ਸਹੀ ਹੋ ਗਿਆ ਅਤੇ ਮੈਂ ਵਧੀਆ ਗਾਣੇ ਹੋਰ ਦੇਣ ਲੱਗ ਗਿਆ ਬਾਹਰ, ਅਤੇ ਉਦੋਂ ਮੇਰੇ ਕੋਲ ਇੱਦਾਂ ਇੱਦਾਂ ਦੇ ਕਲਾਇੰਟ ਆਉਣੇ ਵੀ ਜਮਾਂ ਹੀ ਸਤਿ ਸ਼੍ਰੀ ਅਕਾਲ ਜੀ, ਸਾਡਾ ਕੰਮ ਵੀ ਨਹੀਂ ਗਾਉਣਾ ਆਉਂਦਾ। ਅਤੇ ਮੈਂ ਯਾਰ ਸੋਚਣਾ ਵੀ ਕਿਉਂ ਕਰੀ ਜਾਂਦੇ ਹੋ, ਵੀ ਤੁਹਾਨੂੰ ਪਤਾ ਮੈਂ ਦੱਸ ਰਿਹਾ ਵੀ ਸਕੋਪ ਹੀ ਨਹੀਂ ਹੈਗਾ ਇਸ ਚੀਜ਼ 'ਚ, ਯਾਰ ਤੁਹਾਨੂੰ ਕਿੱਦਾਂ ਲੋਕ ਸਲਾਉਣਗੇ ਬਾਈ। ਵੀ ਕੋਈ ਹੋਰ ਕੰਮ 'ਤੇ ਕਿਤੇ ਇਨਵੈਸਟ ਕਰ ਲਓ ਪੈਸੇ, ਤੁਸੀਂ ਇੰਨੇ ਲਾਉਣ ਲੱਗੇ ਹੋ। ਆਪਾਂ ਆਪ ਕਹੀਦਾ ਸੀ ਬਾਈ ਸ਼ੌਂਕ ਹੈ, ਠੀਕ ਆ ਬਾਈ ਸ਼ੌਂਕ ਪੂਰਾ ਹੋ ਗਿਆ, ਫਿਰ ਉਹ ਤੋਂ ਬਾਅਦ ਅੱਗੇ ਕੀ ਕਰੋਗੇ। ਮੋਸਟਲੀ ਗੱਲ ਇੱਦਾਂ ਹੁੰਦੀ ਵੀ ਜਿਹੜੇ ਨਾਲ ਦੇ ਬੰਦੇ ਆ, ਤੁਹਾਡਾ ਸਰਕਲ ਹੋਣਾ ਚਾਹੀਦਾ ਤੁਹਾਨੂੰ ਦੱਸਣ ਵਾਲਾ ਵੀ ਬਾਈ ਦੇਖੋ ਆਹ ਚੀਜ਼ ਤੂੰ ਕੀਤੀ ਹੈ ਇਹ ਸਹੀ ਹੈ, ਜੇ ਨਹੀਂ ਸਹੀ ਹੈਗੀ ਤੁਹਾਨੂੰ ਦੱਸਣਾ ਚਾਹੀਦਾ ਵੀ ਬਾਈ ਨਹੀਂ ਯਾਰ ਫਿੱਟ ਨਹੀਂ ਆ ਰਿਹਾ ਤੇਰਾ ਕੰਮ, ਕੁਛ ਹੋਰ ਦੇਖ ਲਾ। ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਪਰ ਇਹ ਹੋਣੀ ਚਾਹੀਦੀ ਹੈ। ਤੁਸੀਂ ਇੱਕ ਸ਼ਬਦ ਵਰਤਿਆ ਸੀ ਕੰਪਨੀ ਮੈਟਰ ਕਰਦੀ ਹੈ ਗਾਣੇ 'ਚ ਬੋਲਿਆ, ਬਿਲਕੁਲ ਕੰਪਨੀ ਮੈਟਰ ਕਰਦੀ ਹੈ, ਕੰਪਨੀ ਮੈਟਰ ਕਰਦੀ ਹੈ ਬੰਦਾ, ਮਤਲਬ ਇੰਟੈਲੈਕਚੁਅਲ ਬੰਦਿਆਂ ਦੀ ਜਾਂ ਸਿਆਣੇ ਬੰਦਿਆਂ ਦੀ, ਜਿਹੜੇ ਵੀ ਬੰਦੇ ਨੇ। ਕਹਿੰਦੇ ਬੰਦੇ ਦਾ ਸਲਾਹਕਾਰ ਮਾੜਾ ਹੋਵੇ ਬੰਦਾ ਮਾੜਾ ਹੋ ਜਾਂਦਾ, ਬੰਦੇ ਦਾ ਸਲਾਹਕਾਰ ਚੰਗਾ ਉਹ ਚੰਗਾ ਹੋ ਜਾਂਦਾ। ਬਿਲਕੁਲ ਬਾਈ, ਅਨਲੈਸ ਬੰਦੇ ਦੀ ਆਪਦੀ ਸੋਚਣ ਸ਼ਕਤੀ ਬਹੁਤ ਆ, ਵੀ ਸਲਾਹਾਂ ਸਾਰੇ ਤੋਂ ਲੈਂਦਾ ਕਰਦਾ ਆਪਦੀ ਆ, ਉਹ ਗੱਲ ਹੋਰ ਹੈ। ਪਰ ਜੇ ਤੁਸੀਂ ਸਲਾਹਾਂ ਲੈ ਕੰਪਨੀ ਮੈਟਰ, ਤੁਹਾਨੂੰ ਲੱਗਦਾ ਕਰਦੀ ਹੈ ਵੀ ਕੰਪਨੀ ਕਿੰਨਾ ਲੋਕਾਂ ਦੀ ਹੈ ਤੁਹਾਡੀ? ਮੇਰੇ ਹਿਸਾਬ ਨਾਲ ਤਾਂ ਬਾਈ ਬਿਲਕੁਲ ਕਰਦੀ ਹੈ ਕੰਪਨੀ ਮੈਟਰ ਜੀ। ਜਿਹੜੀ ਚੀਜ਼ਾਂ ਤੁਸੀਂ ਰਹਿਣਾ ਬਾਈ, ਜਿੱਦਾਂ ਦਾ ਰਹਿਣਾ, ਕਹਿੰਦੇ ਨਹੀਂ ਹੁੰਦੇ ਆਪਾਂ ਕਿੰਨੇ ਛੋਟੇ ਹੁੰਦੇ ਨੇ ਸਾਰਿਆਂ ਨੇ ਕਹਾਵਤ ਸੁਣੀ ਸੀ ਵੀ ਗਲੇ ਹੋਇਆ ਗਲੇ ਹੋਏ ਸੇਬਾਂ 'ਚ ਗਲੇ ਹੋਏ ਸੇਬ ਰੱਖਤਾ ਇੱਕ, ਵੀ ਸਾਰੇ ਗਲ ਗਏ। ਇੱਦਾਂ ਦੀਆਂ ਚੀਜ਼ਾਂ ਵੀ ਇਹ ਹੁੰਦੀਆਂ ਨੇ ਬਾਈ, ਬਿਲਕੁਲ ਸਹੀ ਸਹੀ ਹੁੰਦੀਆਂ ਨੇ ਯਾਰ। ਕਰਨ ਐਕਸਪੀਰੀਅੰਸ 'ਚੋਂ, ਆਪਣੇ ਐਕਸਪੀਰੀਅੰਸ 'ਚੋਂ ਲਿਖਦਾ ਸਭ ਕੁਛ, ਜਾਂ ਐਕਸਪੀਰੀਅੰਸ ਜਿਵੇਂ ਇੱਕ ਨਾਵਲ, ਇੱਕ ਨਾਵਲਕਾਰ ਆ, ਇੱਕ ਕਹਾਣੀਕਾਰ ਆ, ਕੋਈ ਫਿਲਮ ਲਿਖ ਰਿਹਾ ਹੈਗਾ, ਉਹਦੇ ਆਪਣੇ ਵੀ ਐਕਸਪੀਰੀਅੰਸ ਹੁੰਦੇ ਹੋਣਗੇ। ਪਰ ਜਿਵੇਂ ਮੰਨ ਲਓ ਜਸਵੰਤ ਕੰਵਲ ਨੇ, ਪੰਜਾਬੀ ਦੇ ਵੱਡੇ ਨਾਵਲਕਾਰ, ਦਿਆਲ ਸਿੰਘ ਪੰਜਾਬੀ ਦੇ ਵੱਡੇ ਨਾਵਲਕਾਰ ਨੇ, ਜਦੋਂ ਉਹਨਾਂ ਨਾਲ ਗੱਲਾਂ ਕਰੀ ਦੀ ਸੀ ਵੀ ਇਮੈਜੀਨੇਸ਼ਨ ਵੀ ਹੁੰਦੀ ਹੈ, ਰਿਐਲਿਟੀ ਵੀ ਹੁੰਦੀ ਹੈ, ਆਪਣਾ ਐਕਸਪੀਰੀਅੰਸ ਵੀ ਹੁੰਦਾ। ਤੁਹਾਡੇ ਗਾਣੇ ਸਿਰਫ ਤੁਹਾਡਾ ਐਕਸਪੀਰੀਅੰਸ ਆ ਜਾਂ? ਨਹੀਂ ਬਾਈ, ਮੇਰੇ ਗਾਣੇ 'ਚ 50% ਇਮੈਜੀਨੇਸ਼ਨ ਆ, ਅਤੇ 20% ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਆਲੇ ਦੁਆਲੇ ਜਿਹੜਾ ਮੇਰੇ ਚੱਲ ਰਿਹਾ, ਅਤੇ 30% ਮੈਂ ਆਪਦੇ ਲਈ ਵੀ ਜਿਹੜਾ ਲਿਖ ਲੈਂਦਾ। ਪਰ ਜਿਹੜੇ ਮੇਰੇ ਆਪਦੇ ਲਿਖੇ ਗਾਣੇ ਨੇ, ਮੈਂ ਮੋਸਟਲੀ ਹਾਲ ਤੱਕ ਰਿਕਾਰਡ ਨਹੀਂ ਕੀਤੇ ਹੈਗੇ। ਉਹ ਜਿਹੜੇ ਮੈਂ ਆਪਦੇ ਲਈ ਲਿਖੇ ਹੋਏ ਨੇ ਗਾਣੇ, ਉਹ ਸਿਰਫ ਮੈਂ ਕਿਸੇ ਨੂੰ ਸੁਣਾਉਣ ਨਹੀਂ ਲਿਖੇ, ਉਹ ਸਿਰਫ ਮੇਰੇ ਲਈ ਨੇ, ਵੀ ਮੈਨੂੰ ਵਧੀਆ ਲੱਗਦੇ ਆ ਪੜ੍ਹ ਕੇ, ਕਿਉਂਕਿ ਉਹ ਗੱਲਾਂ ਹੀ ਨੇ ਉਹਦੇ ਵਿੱਚ, ਹੈ ਨਾ। ਅਤੇ ਉਹ ਮੈਨੂੰ ਵਧੀਆ ਵੀ ਨਹੀਂ ਲੱਗਦਾ ਜੇ ਮੈਂ ਕਿਸੇ ਨੂੰ ਸੁਣਾਵਾਂ, ਕਿਉਂਕਿ ਉਹ ਮੇਰੀ ਆਪਦੀਆਂ ਗੱਲਾਂ, ਮੈਨੂੰ ਇੱਦਾਂ ਹੀ ਲੱਗਦਾ ਹੁੰਦਾ ਵੀ ਸ਼ਾਇਦ ਕੋਈ ਹੋਰ ਸਮਝ ਨਾ ਪਾਵੇ। ਪਰ ਜਿਹੜੀਆਂ ਮੋਸਟਲੀ ਗੱਲਾਂ ਹੁੰਦੀਆਂ ਨੇ ਬਈ, ਆਲੇ ਦੁਆਲੇ ਦਾ ਮਾਹੌਲ, ਕਿਉਂਕਿ ਜੇ ਆਪਾਂ ਗੀਤਕਾਰੀ ਨੂੰ ਐਜ਼ ਏ ਬਿਜ਼ਨਸ ਲੈਂਦੇ ਹਾਂ, ਤਾਂ ਤੁਹਾਨੂੰ ਉਹੀ ਚੀਜ਼ਾਂ ਲਿਖਣੀਆਂ ਪੈਣੀਆਂ ਨੇ ਜਿਹੜੀਆਂ ਲੋਕਾਂ 'ਚ ਹੋ ਰਹੀਆਂ ਬਾਈ, ਕਿਉਂਕਿ ਅਦਰਵਾਈਜ਼ ਉਹਨਾਂ ਨੂੰ ਉਹ ਗਾਣਾ ਵਧੀਆ ਨਹੀਂ ਲੱਗੂ। ਕਿਉਂਕਿ ਮੈਂ ਤਾਂ ਪੁੱਛਿਆ ਹੈਗਾ, ਜਦੋਂ ਕੋਈ ਤੁਹਾਨੂੰ ਸੁਣਦਾ, ਹਾਂਜੀ, ਚਾਹੇ ਤੁਸੀਂ ਕਿਸੇ ਕੁੜੀ ਬਾਰੇ ਲਿਖ ਰਹੇ ਹੋ, ਚਾਹੇ ਤੁਸੀਂ ਬਹੁਤ ਸਾਰੇ ਗਾਣੇ ਵਾਇਲੈਂਸ ਦੇ ਉੱਤੇ ਵੀ, ਜਾਂ ਵਾਇਲੈਂਸ ਨਾ ਕਹਾਂ, ਇੱਕ ਸਾਰਾ ਸਾਰਾ ਕੁਛ ਬੰਦੇ ਨੂੰ ਲੱਗਦਾ ਕਰਨ ਔਜਲਾ ਹੀ ਆ, ਕਰਨ ਔਜਲੇ ਨਾਲ ਜੇ ਕੁੜੀ ਬਾਰੇ ਲਿਖ ਰਹੇ ਹੋ, ਸ਼ਾਇਦ ਐਂ ਹੋ ਗਿਆ ਹੋਊਗਾ, ਸ਼ਾਇਦ ਐਂ, ਮਤਲਬ ਗਾਇਕਾਂ ਨੂੰ ਲੋਕ ਐਂ ਦੇਖਦੇ। ਹਾਂਜੀ ਹਾਂਜੀ ਬਿਲਕੁਲ ਬਾਈ, ਇਮੇਜ ਬਣਾ ਲਓ। ਨਹੀਂ ਬਾਈ, ਇੱਦਾਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਅੱਗੇ ਵੀ ਇੱਕ ਇੰਟਰਵਿਊ 'ਚ ਕਿਹਾ ਸੀਗਾ ਵੀ ਬਾਈ, ਜਦੋਂ ਅਸੀਂ ਇੱਦਾਂ ਦੇ ਗਾਣੇ ਕਰਦੇ ਹਾਂ ਤਾਂ ਇਹ ਨਾ ਹੋ ਚੁੱਕਰ
ਇੱਦਾਂ ਨਹੀਂ ਹੈ ਕਿ ਵੀ ਅਸੀਂ ਬਦਮਾਸ਼ ਹਾਂ ਜਾਂ ਅਸੀਂ ਬਹੁਤ ਸਾਡੀ ਚੜ੍ਹਾਈ ਹੈ ਵੀ ਅਸੀਂ ਗੁੰਡੇ ਹਾਂ ਅਤੇ ਅਸੀਂ ਬਸ ਇੱਕ ਫੋਨ ਕਰੀਦਾ ਅਤੇ ਕੰਮ ਹੋ ਜਾਂਦਾ, ਸਾਨੂੰ ਵੀ ਤੁਹਾਡੇ ਵਾਂਗੂ ਗੇੜੇ ਕੱਢਣੇ ਪੈਂਦੇ ਆ ਬਾਈ ਕੋਈ ਇੱਡਾ ਚ। ਅਸਲ 'ਚ ਇਹ ਸਵਾਲ ਤਾਂ ਵੀ ਪੈਦਾ ਹੁੰਦਾ ਕਿ ਜਦੋਂ ਦੁਨੀਆਂ 'ਚ ਆਲੇ ਦੁਆਲੇ ਬਹੁਤ ਕੁਛ ਹੋ ਰਿਹਾ ਹੈਗਾ, ਦੁਨੀਆਂ 'ਚ ਗਰੀਬ ਤੋਂ ਗਰੀਬ ਲੋਕ ਨੇ, ਅਮੀਰ ਤੋਂ ਅਮੀਰ ਲੋਕ ਨੇ, ਕੀ ਉਹ ਆਲੇ ਦੁਆਲੇ ਦੀ ਕਲਾਸ ਹੁੰਦੀ ਹੈ ਜਿਹੜੀ ਉਹਦੇ 'ਤੇ ਫੋਕਸ ਰਹਿੰਦਾ ਜਾਂ ਦੁਨੀਆਂ 'ਚ ਤਾਂ ਬਹੁਤ ਕੁਛ ਹੋ ਰਿਹਾ ਹੈਗਾ ਦੁਨੀਆਂ ਦੇ ਅੰਦਰ? ਅਤੇ ਮੰਨ ਲਓ ਜੇ ਤੁਸੀਂ ਪਿੱਛੇ ਜਾਓਗੇ ਅਫਗਾਨਿਸਤਾਨ ਅਮੈਰੀਕਾ ਦੇ ਅੰਦਰ ਕਿਵੇਂ ਐਂਟਰ ਕਰਦਾ ਹੈਗਾ, ਇਰਾਕ ਵਾਰ ਆ, ਹੋਰ ਜਦੋਂ ਮਰਜ਼ੀ ਚੱਲ ਲਓ। ਮੈਂ ਉਹੀ ਕਹਿ ਰਿਹਾ ਕਿ ਉਹ ਗਾਣਿਆਂ ਦੇ ਅੰਦਰ ਜਿਹੜੀ ਤੁਹਾਡੀ ਰਿਫਲੈਕਸ਼ਨ ਆ ਉਹਦਾ ਘੇਰਾ ਸੀਮਤ ਹੁੰਦਾ ਜਾਂ ਤੁਹਾਨੂੰ ਲੱਗਦਾ ਹੈਗਾ ਕਿ ਆਡੀਅੰਸ ਇਸ ਗੱਲ ਦੀ ਹੈ? ਆਡੀਅੰਸ ਵੀ ਇਸ ਗੱਲ ਦੀ ਹੈ ਬਾਈ, ਦੇਖੋ ਲਿਖਣਾ ਹੁਣ ਜਦੋਂ ਮੈਂ ਪਿਛਲੇ ਸਾਲ ਡੇਢ ਸਾਲ ਤੋਂ ਜੋ ਲਿਖ ਰਿਹਾ, ਮੈਨੂੰ ਇਹ ਲੱਗਦਾ ਵੀ ਮੈਂ ਓਬਵੀਅਸਲੀ ਜਿਹੜੀ ਚੀਜ਼ ਤੁਸੀਂ ਕਰਨ ਲੱਗਦੇ ਜੀ ਉਹਦੀ ਸਮਝ ਆ ਜਾਂਦੀ ਹੈ ਤੁਹਾਨੂੰ, ਟਾਈਮ ਪੈ ਕੇ ਅੱਜ ਵਿੱਚ ਆਏ ਥੋੜ੍ਹੀ ਬਹੁਤੀ ਤਾਂ ਆ ਜਾਂਦੀ ਹੈ, ਪਰ ਟਰੈਕ ਹੀ ਹੋਣਾ। ਹਾਂ, ਪਰ ਬੰਦਾ ਜਦੋਂ ਐਂ ਕਹਿਣ ਲੱਗ ਜਾਂਦਾ ਮੈਨੂੰ ਪੂਰੀ ਸਮਝ ਆ ਗਈ ਤਾਂ ਉਦੋਂ ਬੰਦਾ ਮੇਰੇ ਹਿਸਾਬ ਨਾਲ ਵੀ ਥੋੜ੍ਹਾ ਜਿਹਾ ਡਿੱਗ ਜਾਂਦਾ, ਕਿਉਂਕਿ ਓਵਰ ਕੌਨਫੀਡੈਂਸ ਜ਼ਿਆਦਾ ਵਧੀਆ ਨਹੀਂ ਹੁੰਦਾ, ਓਬਵੀਅਸਲੀ ਗੱਲ ਆ, ਹੈ ਨਾ? ਅਤੇ ਜੋ ਵੀ ਹੈ ਬਾਈ, ਇਹ ਲਿਖਣ ਲਿਖਣ ਵਾਲਾ ਹਿਸਾਬ ਕਿਤਾਬ ਇੱਦਾਂ ਵੀ ਕੁਛ ਪਤਾ ਨਹੀਂ ਲੱਗਦਾ ਯਾਰ ਕਦੋਂ ਕੀ ਲਿਖ ਦੇਈਦਾ, ਪਰ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਵੀ ਚੀਜ਼ ਲਿਖ ਕੇ ਤੁਹਾਨੂੰ ਆਪ ਨੂੰ ਵਧੀਆ ਲੱਗਦੀ ਤੁਸੀਂ ਛੱਡ ਦਿੰਦੇ ਹੋ ਅਤੇ ਉਹ 'ਤੇ ਸਵਾਲ ਪੈਦਾ ਹੁੰਦੇ ਆ ਕਈ ਗਾਣੇ ਦੇ ਉੱਤੇ, ਇੱਦਾਂ ਵੀ ਹੁੰਦਾ। ਮੇਰਾ ਪਿੱਛੇ ਜਿਹੇ ਗਾਣਾ ਆਇਆ ਸੀਗਾ ਫੈਕਟਸ, ਉਹਦੇ 'ਚ ਮੈਂ ਗੱਲਾਂ ਕੀਤੀਆਂ ਸੀਗੀਆਂ ਇੱਕ ਦੋ ਵੀ, ਮਾਤਾ ਕਿੱਥੇ ਆ ਜੇ ਗਊ ਆ ਮਾਤਾ, ਹੈ ਨਾ, ਜਿਹਨੇ ਆ ਜੰਮਿਆ ਉਹਨੂੰ ਪੁਲਾਤਾ, ਮਾਂ ਦੀ ਨਹੀਂ ਪੂਜਾ ਗਊ ਦੀ ਹੁੰਦੀ, ਲੋਕਾਂ ਨੇ ਯੂਰਿਨ ਵੀ ਵੇਖਣਾ ਲਾਤਾ। ਸੋ ਇਹ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਚੀਜ਼ਾਂ, ਹਾਂਜੀ ਵੀ ਦੇ ਵੀ ਬਾਈ ਹੋ ਰਹੀਆਂ ਨੇ ਇਹ, ਮੈਂ ਤਾਂ ਹੋਈਆਂ ਹੋਈਆਂ ਚੀਜ਼ਾਂ ਕਹਿ ਰਿਹਾ, ਹੈ ਨਾ, ਤੁਹਾਨੂੰ ਸਹੀ ਵੀ ਲੱਗਦਾ ਤਾਂ ਸਹੀ ਆ, ਤੁਹਾਨੂੰ ਲੱਗਦਾ ਮੈਨੂੰ ਲੱਗਦਾ ਵੀ ਉਹ ਚੀਜ਼ ਨਹੀਂ ਸਹੀ ਹੋਣੀ ਚਾਹੀਦੀ, ਤਾਂ ਮੈਂ ਕਹਿਤਾ ਵੀ ਇਹਦੇ 'ਚ ਕੁਛ ਇੱਦਾਂ ਦੀ ਮੁੱਦੇ ਵਾਲੀ ਗੱਲ ਤਾਂ ਨਹੀਂ ਹੋਣੀ ਚਾਹੀਦੀ ਹੈਗੀ, ਤੁਹਾਨੂੰ ਲੱਗਦਾ ਵੀ ਇਹ ਚੀਜ਼ ਗਲਤ, ਚਲੋ ਮੈਂ ਕਿਹਾ ਵੀ ਬਾਈ ਤੁਹਾਨੂੰ ਲੱਗਦਾ ਗਲਤ ਹੈ, ਚਲੋ ਸਹੀ ਹੈ ਜੀ, ਠੀਕ ਹੈ, ਹੈ ਨਾ, ਵੀ ਜੇ ਕੋਈ ਆਕੜ ਵਾਲੀ ਗੱਲ ਤਾਂ ਇਹ ਨਹੀਂ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਠੋਕ ਦਾਂਗੇ, ਵੀ ਇੱਦਾਂ ਦੀਆਂ ਚੀਜ਼ਾਂ ਨਾ ਯਾਰ ਵਰਤਿਆ ਕਰੋ, ਵੀ ਕੋਈ ਗੱਲ ਨਹੀਂ ਹੈਗਾ, ਜੇ ਤੁਹਾਨੂੰ ਵਧੀਆ ਨਹੀਂ ਲੱਗਿਆ ਹੈਗਾ ਤਾਂ ਕੋਈ ਗੱਲ ਨਹੀਂ, ਵੀ ਅਗਲੀ ਵਾਰੀ ਅਸੀਂ ਫਿਰ ਕੁਛ ਹੋਰ ਲਿਖ ਦਾਂਗੇ, ਸਾਡਾ ਤਾਂ ਲਿਖਣਾ ਕੰਮ ਹੈ ਬਾਈ, ਵੀ ਇੱਦਾਂ ਉਹ ਚੀਜ਼ਾਂ ਨੂੰ ਦਿਲ 'ਤੇ ਨਾ ਲਾਇਆ ਕਰੋ, ਜੇ ਕੋਈ ਸੇਧ ਲੈਣ ਵਾਲੀ ਗੱਲ ਉਹ ਤਾਂ ਸੇਧ ਲੈ ਲਿਆ ਕਰੋ ਬਾਈ, ਵੀ ਹਾਂ ਆਹ ਚੀਜ਼ ਤੋਂ ਆਹ ਚੀਜ਼ ਸਿੱਖਣ ਨੂੰ ਮਿਲੀ ਹੈ ਤਾਂ ਉਹ ਤੋਂ ਸਿੱਖ ਲਓ, ਜਿਹੜੀ ਨੈਗੇਟਿਵ ਚੀਜ਼ਾਂ ਉਹਨਾਂ ਨੂੰ ਇਗਨੋਰ ਹੀ ਕਰਿਆ ਕਰੋ, ਜੇ ਨਹੀਂ ਵਧੀਆ ਲੱਗਦੀਆਂ ਤਾਂ ਜ਼ਰੂਰ ਮੈਸੇਜ ਕਰਕੇ ਦੱਸਿਆ ਕਰੋ, ਅਗਲੇ ਗਾਣੇ 'ਤੇ ਅਸੀਂ ਜ਼ਰੂਰ ਟਰਾਈ ਕਰਿਆ ਕਰਾਂਗੇ ਵੀ ਠੀਕ ਆ ਜੀ ਆਹ ਚੀਜ਼ ਆਡੀਅੰਸ ਨੂੰ ਵਧੀਆ ਨਹੀਂ ਲੱਗੀ ਅਤੇ ਅਸੀਂ ਅਗਲੀ ਵਾਰੀ ਲੱਗਦਾ ਕਿ ਇਸ ਧਰਨੇ ਦੀ ਖੂਬਸੂਰਤੀ ਇਹ ਵੀ ਰਹੀ ਕਿ ਇਹਨੇ ਬਹੁਤ ਸਾਰੇ ਮਤਭੇਦਾਂ ਨੂੰ ਮਿਟਾ ਕੇ ਲੋਕਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਤਾ, ਕਲਾਕਾਰਾਂ ਨੂੰ ਵੀ ਅਸੀਂ ਦੇਖ ਰਹੇ ਹਾਂ। ਤੁਹਾਡੀ ਇੰਡਸਟਰੀ ਬਾਰੇ ਤਾਂ ਕਿਹਾ ਜਾਂਦਾ ਕਿ ਤੁਹਾਡੀ ਇੰਡਸਟਰੀ ਤਾਂ ਬਿਲਕੁਲ ਬਾਈ ਹਰ ਬੰਦਾ ਆਪਦੇ ਆਪ 'ਚ ਤੋਪ ਆ, ਬਿਲਕੁਲ ਸਾਰੀਆਂ ਤੋਪਾਂ ਕਿਹਾ ਜਾਂਦਾ, ਵੈਸੇ ਹੀ ਸਾਰੀਆਂ ਤੋਪਾਂ ਇੱਕ ਥਾਂ 'ਤੇ ਇਕੱਠੀਆਂ ਨਹੀਂ ਹੋ ਸਕਦੀਆਂ, ਪਰ ਅਸੀਂ ਦੇਖਿਆ ਕਿ ਸਾਰੀਆਂ ਤੋਪਾਂ ਇੱਕ ਥਾਂ 'ਤੇ ਇਕੱਠੀਆਂ ਹੁੰਦੀਆਂ ਰਹੀਆਂ, ਆਉਂਦੀਆਂ ਰਹੀਆਂ, ਸਭ ਦਾ ਸਤਿਕਾਰ, ਕਿਸੇ ਨੇ ਇੱਕ ਦੂਜੇ ਖਿਲਾਫ਼ ਬਿਆਨਬਾਜ਼ੀ ਨਹੀਂ ਕੀਤੀ, ਨਹੀਂ ਆਮ ਤੌਰ 'ਤੇ ਹੁੰਦੀ ਉਹ, ਹਾਂਜੀ ਹਾਂਜੀ, ਨਹੀਂ ਬਾਈ ਇਹ ਤਾਂ ਰਿਸਪੈਕਟ ਆ ਦੇਖੋ ਸਾਰੇ ਸਿੰਗਰ ਭਰਾਵਾਂ ਦੀ, ਮੇਰੇ ਵੱਲੋਂ ਵੀ ਅਤੇ ਬਾਕੀ ਸਾਰਿਆਂ ਵੱਲੋਂ ਵੀ, ਵੀ ਆਹ ਚੀਜ਼ਾਂ ਸਾਰੀਆਂ ਭੁੱਲ ਕੇ ਤੁਸੀਂ ਜਿਹੜਾ ਲੱਗੇ ਹੋਣਾ ਇਸ ਚੀਜ਼ ਦੇ ਉੱਤੇ, ਇਹ ਤਾਂ ਚੀਜ਼ ਬਹੁਤ ਵਧੀਆ ਮੰਨਦਾ ਮੈਂ ਬਾਈ, ਮੈਂ ਤਾਂ ਚਾਹੁੰਦਾ ਸੀ ਵੀ ਇੱਦਾਂ ਹੋਵੇ ਵੀ ਸਾਰੇ ਚੀਜ਼ ਆਪਣਾ ਆਪਣਾ, ਕਿਉਂਕਿ ਯਾਰ ਸਾਰਿਆਂ ਦਾ ਆਪਣਾ ਕੰਮ ਹੈ, ਦੇਖੋ ਕਿਸੇ ਨੇ ਕਿਸੇ ਦਾ ਥੋੜ੍ਹੀ ਖਾ ਲੈਣਾ ਬਾਈ, ਜਿੰਨਾ ਕੁ ਲਿਖਿਆ ਉਨਾ ਕਿਹਾ, ਇਹ ਬੋਲਣ ਬੋਲਣ ਦਾ ਰਿਵਾਜ਼ ਥੋੜ੍ਹਾ ਜਿਹਾ ਬਣ ਗਿਆ ਸੀ ਪਿੱਛੇ ਜੇ ਵੀ ਉਹਨੂੰ ਮੋਲ ਕਿਹਾ ਹੋ ਗਿਆ, ਉਹਨੂੰ ਮੋਲ ਕਿਹਾ ਹੋ ਗਿਆ, ਪਰ ਵਧੀਆ ਹੁਣ ਠੱਲ ਪੈ ਗਈ, ਹੁਣ ਸਾਰਾ ਕੁਛ ਸਹੀ ਹੈ ਬਾਈ, ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਵੀ ਇੱਦਾਂ ਹੀ ਰਹੇ ਸਾਰੇ, ਆਪਦਾ ਆਪਦਾ ਕੰਮ ਕਰੀ ਜਾਓ ਭਰਾ। ਕਦੇ ਜ਼ਿੰਦਗੀ 'ਚ ਕੁਛ ਇਸ ਤਰ੍ਹਾਂ ਦਾ ਮਿਸ ਕੀਤਾ ਕਿ ਦੋਸਤੀਆਂ 'ਚ ਹੋਣ ਜਾਂ ਵੈਸੇ ਜ਼ਿੰਦਗੀ 'ਚ ਹੋ ਗਈ, ਯਾਰ ਆਹ ਚੀਜ਼ ਐਂ ਹੋਣੀ ਚਾਹੀਦੀ ਸੀ, ਐਂ ਨਹੀਂ ਹੋਈ ਯਾਰ, ਆਹ ਤਾਂ ਮੈਂ ਤਾਂ ਬੰਦੇ ਨੂੰ ਐਂ ਇਮੈਜਿਨ ਕੀਤਾ ਸੀ, ਆਹ ਤਾਂ ਬੰਦੇ ਨਾਲ ਮੇਰਾ ਇਹਦੇ ਨਾਲ ਬਿਨਾਂ ਗੱਲ ਤੋਂ ਫਿੱਕ ਪੈ ਗਿਆ, ਲੋੜ ਨਹੀਂ ਸੀ, ਕੋਈ ਵੀ ਹੋਵੇ ਉਹ ਦੁਨੀਆਂ 'ਚ, ਬਿਲਕੁਲ ਹੋਈਆਂ ਬਾਈ ਇੱਦਾਂ ਦੀਆਂ ਚੀਜ਼ਾਂ, ਕਿਸੇ ਨੇ ਪਵਾਤਾ ਉਹ। ਹਾਂ ਬਾਈ ਬਿਲਕੁਲ ਇੱਦਾਂ ਦੀ, ਆਹ ਦੋ ਤਿੰਨ ਚੀਜ਼ਾਂ ਤਿੰਨੇ ਹੀ ਹੋਈਆਂ ਨੇ ਮੇਰੇ ਨਾਲ ਤਾਂ, ਪਰ ਇਹ ਚੀਜ਼ ਹੁਣ ਮੈਂ ਇੱਦਾਂ ਬਾਹਲਾ ਕੁਛ ਨਾ ਕਹਿੰਦਾ ਹੋਇਆ, ਇਹਦੇ ਬਾਰੇ ਇਹ ਵੀ ਕਈ ਵਾਰੀ ਤੁਸੀਂ ਆਸ ਰੱਖ ਲੈਂਦੇ ਕਿਸੇ ਬੰਦੇ ਤੋਂ, ਐਕਸਪੈਕਟੇਸ਼ਨ ਜ਼ਿਆਦਾ ਰੱਖ ਲੈਂਦੇ, ਉਹ ਤੁਸੀਂ ਨਹੀਂ ਰੱਖੋਗੇ ਤਾਂ ਵਧੀਆ ਹੋਊਗਾ, ਬਸ ਫਲੋ ਦੇ ਨਾਲ ਬੰਦਾ ਚੱਲਦਾ ਰਹੇ ਤਾਂ, ਕਿਉਂਕਿ ਬਾਈ ਜਦੋਂ ਤੁਸੀਂ ਆਪਣੇ ਵੱਲੋਂ 100% ਦਿੰਦੇ ਹੋ ਅਤੇ ਮੂਹਰੇ 2% ਵੀ ਨਹੀਂ ਮਿਲਦਾ ਤਾਂ ਉਹ ਚੀਜ਼ ਦਾ ਮਨ ਥੋੜ੍ਹਾ ਨਿਰਾਸ਼ ਓਬਵੀਅਸਲੀ ਹੁੰਦਾ, ਅਤੇ ਇਹਦਾ ਸਾਡੀ ਤਾਂ ਇੰਡਸਟਰੀ ਇੱਦਾਂ ਦੀ, ਇਹ 'ਚ ਤਾਂ ਹੁੰਦਾ ਹੀ ਆ ਕੁਛ, ਹਰੇਕ ਬੰਦੇ ਨੇ ਆਪਦਾ ਦੇਖਣਾ ਨਾ, ਪਰ ਟਾਈਮ ਨਾਲ ਬੰਦੇ ਨੂੰ ਚੀਜ਼ਾਂ ਜਿਹੜੀਆਂ ਸਮਝ ਆ ਜਾਂਦੀਆਂ ਨੇ, ਅਤੇ ਜੇ ਟਾਈਮ ਨਾਲ ਤੁਹਾਨੂੰ ਚੀਜ਼ਾਂ ਸਮਝ ਆ ਜਾਣ ਉਹ 'ਚ ਤੁਹਾਡੀ ਜਿੱਤ ਹੈ, ਬਿਕਾਜ਼ ਅਦਰਵਾਈਜ਼ ਕਈ ਬੰਦਿਆਂ ਦੇ ਤਾਂ ਅੱਖਾਂ 'ਤੇ ਕਾਫੀ ਕਾਫੀ ਚਿਰ ਪੜਦਾ ਹੀ ਰਹਿੰਦਾ ਬਾਈ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਗੀਤ ਕੁਛ ਲਿਖੇ ਹੋਏ ਨੇਗੇ, ਉਹ ਨਾ ਤੁਸੀਂ ਕਦੇ ਛਪਵਾਉਣੇ ਆ ਨਾ ਗਾਉਣੇ ਆ, ਜਾਂ ਛਪਵਾ ਜਾਂ ਗਾ ਸਕਦੇ ਹੋ, ਜਿਵੇਂ ਕਵੀ ਹੈ, ਕਵੀ ਆਪਦੀ ਕਵਿਤਾ ਛਪਵਾਉਂਦੇ ਨੇ, ਗਾਉਂਦੇ ਨਹੀਂ ਹੈਗੇ, ਜਾਂ ਬਿਲਕੁਲ ਬਾਈ ਉਹ ਹੈਗੇ ਗਾਣੇ, ਪਰ ਉਹ ਜਿਵੇਂ ਉਹਦੀ ਕੋਈ ਲਾਈਨ ਸੁਣਾ ਸਕਦੇ ਹੋ ਤੁਸੀਂ, ਕੋਈ ਯਾਦ ਹੋ ਸ਼ੇਅਰ ਸੀਗਾ, ਮੈਂ ਤੁਹਾਨੂੰ ਸੁਣਾ ਦਿੰਦਾ,
ਬੜਾ ਜ਼ੋਰ ਹਾਲਾਤਾਂ ਲਾ ਛੱਡਿਆ, ਪੁੱਤ ਜੱਟ ਦਾ ਝੁਕਿਆ ਮੈਂ ਵੀ ਨਹੀਂ, ਮੈਨੂੰ ਚਾਹੁਣ ਵਾਲੇ ਸਭ ਚਲੇ ਗਏ, ਉਹ ਤੋਂ ਬਾਅਦ ਫਿਰ ਰੁਕਿਆ ਮੈਂ ਵੀ ਨਹੀਂ। ਅਤੇ ਇੱਕ ਦੀ ਲਹਿਣ ਸੀ ਕਹਿੰਦਾ, ਮੇਰੀ ਅੱਖ ਰੜਕ ਨੂੰ ਹੱਟਦੀ ਨਹੀਂ, ਬੜੇ ਨੱਕ ਰਗੜ ਕੇ ਦੇਖੇ ਨੇ, ਮੈਂ ਉੱਥੇ ਜਾ ਜਾ ਰੋਇਆ ਹਾਂ ਮੇਰੀ ਮਾਂ ਦੇ ਜਿੱਥੇ ਪੇਕੇ ਨੇ। ਕਹਿੰਦਾ ਮੈਨੂੰ ਲੱਭਦੇ ਨੇ ਦੁੱਖ ਆ ਕੇ, ਪੁੱਤ ਜੱਟ ਦਾ ਲੁਕਿਆ ਮੈਂ ਵੀ ਨਹੀਂ, ਮੈਨੂੰ ਚਾਹੁਣ ਵਾਲੇ ਸਭ ਚਲੇ ਗਏ, ਉਹ ਤੋਂ ਬਾਅਦ ਫਿਰ ਰੁਕਿਆ ਮੈਂ ਵੀ ਨਹੀਂ। ਕਵਿਤਾ ਵਰਗੇ ਗੀਤ ਨੇ ਕਹੀ ਅਸੀਂ। ਹਾਂਜੀ, ਸ਼ੇਅਰ ਕਹਿ ਸਕਦੇ ਇਹਨੂੰ, ਜਿੱਦਾਂ ਗਜ਼ਲ ਕਹਿ ਸਕਦੇ ਹਾਂ, ਗਜ਼ਲ ਵਾਂਗੂ ਜਾਂ ਕਵਿਤਾ ਵਾਂਗੂ। ਹਾਂਜੀ, ਇੱਦਾਂ ਦੀਆਂ ਚੀਜ਼ਾਂ ਬਹੁਤ ਲਿਖੀਆਂ ਨੇ। ਇੱਕ ਚੀਜ਼ ਸੀ ਕਹਿੰਦਾ, ਹੰਝੂ ਨਾ ਸੀ ਨਿਕਲਣ ਦਿੰਦੀ ਅੱਖੋਂ ਪਲ ਵੀ ਮਾਏ, ਹੁਣ ਨਾ ਆਵੇ ਰੋਜ਼ ਰਵਾਵੇ ਚੰਗੀ ਗੱਲ ਨਾ ਮਾਏ, ਪੁੱਤ ਤੇਰਾ ਅੱਜ ਇਕੱਲਾ ਰੋਂਦਾ ਆ ਕੇ ਚੁੱਪ ਕਰਾ ਲੈਵਾਂ, ਮੁੜ ਕੇ ਆ ਜਾ ਮੇਰੇ ਕੋਲ ਆ ਮੈਨੂੰ ਕੋਲ ਬੁਲਾ ਲੈਵਾਂ। ਇੱਦਾਂ ਦੀਆਂ ਚੀਜ਼ਾਂ ਬਹੁਤ ਨਾ ਹੁੰਦੀਆਂ, ਭੁੱਲ ਜਾਂਦਾ, ਪਰ ਲਿਖਦੇ ਰਹੀਦਾ ਬਾਈ। ਤਾਂ ਜਦੋਂ ਵੀ ਕੁਛ ਵੀ ਦਿਮਾਗ 'ਚ ਆ ਗਿਆ ਬਸ ਕਾਪੀ ਚੱਕ ਲਈ ਜੇ, ਕਿਉਂਕਿ ਦੱਸਣਾ ਥੋੜ੍ਹਾ ਜਿਹਾ। ਹੁਣ ਤੁਸੀਂ ਇੱਥੇ ਇੱਥੋਂ ਗਏ ਸੀ ਉਦੋਂ, ਉਹਦੇ 'ਤੇ ਤੁਹਾਡੇ ਉਦੋਂ ਤਾਂ ਪਰਿਵਾਰ 'ਚ ਹੈਗੇ ਸੀ? ਨਹੀਂ ਬਾਈ, ਮੈਂ ਇੱਥੇ ਸੀਗਾ ਜਦੋਂ ਮੇਰੀ ਡੈਥ ਹੋ ਗਈ ਸੀਗੀ। ਮੈਂ ਡੈਡੀ ਡੈਥ ਹੋਈ ਸੀ 9 ਦਸੰਬਰ 2006 ਨੂੰ, ਉਦੋਂ ਸੀਗਾ ਮੈਂ 2006 'ਚ 9 ਸਾਲਾਂ ਦਾ ਸੀਗਾ ਮੈਂ, 97 ਬੋਰਨ ਹਾਂ ਮੈਂ ਜਨਵਰੀ ਦੇ ਵਿੱਚ। ਹਾਦਸੇ 'ਚ? ਹਾਂਜੀ, ਡੈਡੀ ਦਾ ਮੇਰੇ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ, ਮਲਸੀਆਂ ਸ਼ਾਹਕੋਟ ਦੇ ਕੋਲ। ਮੇਰੇ ਚਾਚਾ ਜੀ ਨੂੰ ਮਿਲ ਕੇ ਆ ਰਹੇ ਸੀਗੇ ਉਹ, ਅਤੇ ਆਉਂਦੇ ਹੋਏ 2 ਜਣੇ ਸੀਗੇ, ਅਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਬੱਸ ਨਾਲ, ਅਤੇ ਉਦੋਂ ਉਹਨਾਂ ਦੀ ਡੈਥ ਹੋ ਗਈ। ਅਤੇ ਉਹ ਤੋਂ ਬਾਅਦ 2011 'ਚ ਮੇਰੀ ਮੋਮ ਦੀ ਕੈਂਸਰ ਨਾਲ ਡੈਥ ਹੋ ਗਈ ਸੀ ਬਾਈ। ਪਰ ਮੈਨੂੰ 2010 'ਚ ਪਤਾ ਲੱਗ ਗਿਆ ਸੀ ਵੀ ਮਾਤਾ ਨੂੰ ਕੈਂਸਰ ਆ, ਅਤੇ ਉਹ ਤੋਂ ਬਾਅਦ ਮੇਰੇ ਹਿਸਾਬ ਨਾਲ ਡਾਕਟਰ ਨੇ ਦੱਸਿਆ ਸੀ ਵੀ 7-8 ਮਹੀਨੇ ਜਿਹੜੇ ਹੈਗੇ ਆ ਉਹ, ਅਤੇ ਉਹ ਜਿਹੜੇ 8 ਮਹੀਨੇ, ਮੈਨੂੰ ਇਹ ਲੱਗਦਾ ਵੀ 8 ਮਹੀਨੇ ਬੰਦਾ ਬਣਾ ਗਿਆ ਬਾਈ। ਬਿਲਕੁਲ, ਬਹੁਤ ਕੁਛ ਦੇਖਿਆ ਯਾਰ, ਤੁਹਾਨੂੰ ਛੱਡੋ ਬਣਾ ਯਾਰ, ਰੋਣਾ ਆ ਜਾਂਦਾ ਸਾਲਾ। ਪਰ ਜਦੋਂ ਪਤਾ ਹੋਵੇ ਨਾ ਬਾਈ ਵੀ ਤੁਹਾਡੇ ਨਾਲ ਆਹ ਹੋਣਾ, ਤਾਂ ਉਹ ਚੀਜ਼ ਸਾਡੀ ਸਹਿਣੀ ਬਹੁਤ ਔਖੀ ਲੱਗਦੀ ਹੈ। 8 ਮਹੀਨੇ ਦੇ ਵਿੱਚ ਤੁਹਾਡੇ ਕੋਲ ਆਉਣਾ ਨਹੀਂ ਹੈਗਾ, ਇੱਕ ਬੰਦਾ ਆਲਰੇਡੀ ਚਲੇ ਗਿਆ, ਅਤੇ 8 ਮਹੀਨੇ ਹੁਣ ਤੁਹਾਡੀ ਮਾਂ ਨੇ ਚਲੇ ਜਾਣਾ, ਤਾਂ ਉਹ ਚੀਜ਼ਾਂ ਪਹਿਲੀ ਤੁਸੀਂ 10-11 ਸਾਲ ਦੇ ਹੋਵੋ ਨਾ, ਸਾਲੀ ਸਹਿਣੀਆਂ ਬਹੁਤ ਔਖੀਆਂ ਲੱਗਦੀਆਂ ਗੱਲਾਂ ਬਾਈ। ਪਰ ਜੋ ਵੀ ਰੱਬ ਦੇ ਸੀਗਾ ਹੋ ਗਿਆ। ਪਰ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਯਾਰ, ਇਹ ਚੀਜ਼ਾਂ ਮੈਂ ਕਿਤੇ ਨਾ ਕਿਤੇ ਡਿਜ਼ਰਵ ਨਹੀਂ ਸੀ ਕਰਦਾ, ਕਿਉਂਕਿ ਕਾਫੀ ਕੁਛ ਹੋ ਗਿਆ ਬਾਈ ਜ਼ਿੰਦਗੀ 'ਚ, ਸਾਲ ਵਾਲਾ ਪਤਾ ਹੀ ਨਹੀਂ ਲੱਗਦਾ ਹੁੰਦਾ ਯਾਰ। ਚਲੋ ਜੋ ਵੀ ਹੈ ਯਾਰ, ਰੱਬ ਦਾ ਬਾਣਾ ਬਾਈ, ਮੰਨਣਾ ਪੈਣਾ। ਥੋੜ੍ਹਾ ਟਾਈਮ ਹੋਰ ਮਿਲ ਜਾਂਦਾ ਨਾ, ਬਹੁਤ ਖੁਸ਼ ਸੀਗਾ ਬਾਈ। ਛੋਟਾ ਸੀਗਾ ਬੜਾ, ਸਾਲਾ ਸ਼ਕਲਾਂ ਹੀ ਬੋਲਦੀਆਂ ਜਾਂਦੀਆਂ ਹੁਣ ਤਾਂ ਯਾਰ, ਇਹ ਦੱਸੀ ਬਾਈ ਯਾਰ, ਕਿਸੇ ਨੂੰ ਕੋਈ ਫਾਇਦਾ ਨਹੀਂ ਹੈਗਾ ਯਾਰ। ਜ਼ਿੰਦਗੀ ਬਾਈ ਬਹੁਤ ਛੋਟੀ ਹੈ ਯਾਰ, ਖੁਸ਼ ਰਿਹਾ ਕਰੋ, ਮਾਂ ਪਿਓ ਦਾ ਖਿਆਲ ਰੱਖੋ, ਹੋਰ ਤਾਂ ਕੁਛ ਨਹੀਂ ਹੈਗਾ ਬਾਈ ਇੱਥੇ। ਸੋਰੀ ਯਾਰ, ਫਿਰ ਰੱਖੋ ਬਾਈ, ਕੋਈ ਗੱਲ ਨਹੀਂ, ਬਿਲਕੁਲ ਹੋ ਜਾਂਦਾ ਬਾਈ। ਕੌਣ ਸੀ ਜਿਹੜਾ ਮਤਲਬ ਜਿਹਨੇ ਤੁਹਾਡਾ ਸਭ ਤੋਂ ਜ਼ਿਆਦਾ ਸਾਥ ਦਿੱਤਾ? ਮੈਂ ਜ਼ਰੂਰ, ਕਿਉਂਕਿ ਬਹੁਤ ਕ੍ਰਾਈਸਿਸ ਦਾ ਦੌਰ ਹੋਊਗਾ, ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹ ਪਲ ਆਏ ਨੇਗੇ, ਵੱਖ ਵੱਖ ਤਰੀਕਿਆਂ ਨਾਲ ਆਏ ਨੇ। ਕੌਣ ਸੀ ਜਿਹਨੇ ਤੁਹਾਨੂੰ ਹੌਸਲਾ ਦਿੱਤਾ? ਉਹਨੂੰ ਬਾਈ ਸਾਰੀ ਫੈਮਿਲੀ ਸੀਗੀ, ਮੇਰੀਆਂ ਭੈਣਾਂ ਨੇ ਦੋ ਉੱਧਰ ਹੀ ਨੇ, ਉਹਨਾਂ ਨੇ ਬਹੁਤ ਸਾਥ ਦਿੱਤਾ, ਅਤੇ ਓਬਵੀਅਸਲੀ ਚਾਚੇ ਹੋਣੀ ਸਾਰੇ, ਅਤੇ ਮਾਸੀਆਂ ਵੀ ਸਾਰੇ, ਸਾਰੀ ਬਾਈ ਫੈਮਿਲੀ ਫਿਰ ਤਾਂ ਇਕੱਠੀ ਹੋ ਜਾਂਦੀ ਹੁੰਦੀ ਹੈ, ਪਰ ਸਾਰਿਆਂ ਨੇ ਸਾਥ ਦਿੱਤਾ ਬਾਈ। ਮੈਂ ਤਾਂ ਜਵਾਕ ਸੀਗਾ, ਮੈਨੂੰ ਤਾਂ ਹਰੇਕ ਇੱਕ ਨਾਲ ਆ ਕੇ ਰੋਣ ਲੱਗ ਜਾਂਦਾ ਹੁੰਦਾ ਸੀ, ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਐਂ ਵੀ ਲੱਗਦਾ ਹੁੰਦਾ ਵੀ ਇਹਨੂੰ ਕਿਹੜਾ, ਇਹ ਤਾਂ ਜਵਾਕ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ। ਦੱਸਿਆ ਸੀ ਨਾ, ਸਾਡੀ ਪਿਕਚਰ ਮੈਮਰੀ ਬਹੁਤ ਤੇਜ਼ ਆ, ਸਾਰੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ ਬਾਈ। ਹੋਰ ਵੀ ਰਿਸ਼ਤੇ ਨੇ ਜੀ, ਬਹੁਤ ਗੱਲਾਂ ਹੋਈਆਂ ਜਦੋਂ, ਮੈਨੂੰ ਸਾਰੀਆਂ ਯਾਦ ਨੇ, ਮੈਂ ਆਪਣੇ ਅੰਦਰ ਦੱਬੀਆਂ ਨੇ। ਮੈਂ ਅੱਜ ਵੀ ਉਹ ਬੰਦੇ ਨੂੰ ਮਿਲਦਾ ਜਿਹਨਾਂ ਨੇ ਉਹ ਟਾਈਮ 'ਤੇ ਇੱਦਾਂ ਦੀਆਂ ਗੱਲਾਂ ਕੀਤੀਆਂ, ਪਰ ਮੈਂ ਉਹਨੂੰ ਕਦੇ ਦੱਸਦਾ ਨਹੀਂ ਹੈਗਾ ਵੀ ਉਹ ਟਾਈਮ ਤੁਸੀਂ ਆ ਕੀਤਾ ਸੀ, ਮੇਰੇ ਮਨ 'ਚ ਹੈਗਾ ਸਹੀ ਆ, ਆਪਾਂ ਹੱਸ ਕੇ ਬੁਲਾ ਲਈਦਾ ਬਾਈ, ਇਹ ਤੋਂ ਬਹੁਤ ਖੁਸ਼। ਕਿਉਂਕਿ ਹੁਣ ਫਾਇਦਾ ਕੀ ਆ ਬਾਈ, ਕਿਸੇ ਨੂੰ ਮੈਂ ਅਰਗੀ ਥੋੜ੍ਹੀ ਕਰੂੰਗਾ ਵੀ ਯਾਰ ਤੂੰ ਉਹ ਟਾਈਮ ਐਂ ਕੀਤਾ ਸੀਗਾ। ਕਲੋਜ਼ ਲੋਕ ਵੀ ਤੁਹਾਨੂੰ ਲੱਗਦਾ ਜਿਹੜੇ ਨੇੜੇ ਦੇ ਲੋਕ ਸੀ? ਬਿਲਕੁਲ ਬਾਈ, ਰਿਸ਼ਤੇ ਰਹੀ 100 ਗੱਲਾਂ ਹੁੰਦੀਆਂ ਨੇ ਜੀ। ਚਲੋ ਕੁਛ ਵੀ ਆ ਯਾਰ, ਆਪਾਂ ਤਾਂ ਇਹ ਵੀ ਸਾਰੇ ਖੁਸ਼ ਰਹੋ ਯਾਰ, ਆਪਣੇ ਤਾਂ ਕੋਈ ਵੀ ਲੋੜ ਹੋਈ ਜ਼ਰੂਰ ਦੱਸਿਓ, ਆਪਾਂ ਹੋਵਾਂਗੇ ਉੱਥੇ ਬਾਈ। ਬਿਲਕੁਲ, ਬਹੁਤ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ, ਪਰ ਮੈਂ ਹਮੇਸ਼ਾ ਜਿੰਨਾ ਕੁ ਬਾਈ ਮੈਂ ਪੜ੍ਹਦਾ ਰਹਿੰਦਾ ਚੀਜ਼ਾਂ ਨੂੰ, ਉਹਦੇ 'ਚ ਇਹ ਹੁੰਦਾ ਕਿ ਜਦੋਂ ਬੰਦਾ ਇਸ ਤਰ੍ਹਾਂ ਟੁੱਟਦਾ ਤਾਂ ਫਿਰ ਬਣਦਾ ਵੀ ਹੈ ਬੰਦਾ, ਹਮੇਸ਼ਾ ਬਿਲਕੁਲ ਬਣਦਾ ਹੈਗਾ ਉਹ ਜਿਹੜਾ ਕਲਾ ਦਾ ਤੁਹਾਡਾ ਹਿੱਸਾ, ਸ਼ਾਇਦ ਉਹ ਐਕਸਪੀਰੀਅੰਸ ਇਸ ਤਰ੍ਹਾਂ ਦੇ ਤੁਸੀਂ ਦੇਖੇ ਤਾਂ ਹੀ ਬਾਈ। ਲੋਕਾਂ ਨੂੰ ਨਾ ਪਤਾ ਨਹੀਂ ਹੁੰਦੀ ਤੁਹਾਡੀ ਸਟੋਰੀ ਵੀ, ਤੁਸੀਂ ਕੀ ਜਾਂ ਲੰਘਿਆ, ਆਪਣੇ ਜੱਜਮੈਂਟ ਦਾ ਬਹੁਤ ਮਾਹੌਲ ਆ, ਤੁਸੀਂ ਕਿਸੇ ਬੰਦੇ ਨੂੰ ਉਹਦੀ ਤੌਰ 'ਤੇ ਥੋੜ੍ਹੀ ਜੱਜ ਕਰ ਸਕਦੇ ਹੋ ਯਾਰ, ਵੀ ਇਹ ਬੰਦਾ ਐਂ ਤੁਰਦਾ, ਬੈਲੀ ਹੋਊਗਾ ਯਾਰ, ਵੀ ਜਾਂ ਇਹ ਜੀ ਅਮਲੀ ਹੋਣਗੇ ਜਾਂ ਇਹ ਐਂ ਕਰਦੇ ਹੋਣ ਯਾਰ, ਤੁਸੀਂ ਇੱਦਾਂ ਨਹੀਂ ਕਹਿ ਸਕਦੇ ਬਾਈ ਕਿਸੇ ਨੂੰ। ਹਰੇਕ ਬੰਦੇ ਦੀ ਆਪਦੀ ਸਟੋਰੀ ਹੈ, ਮੈਂ ਨਹੀਂ ਕਹਿੰਦਾ ਇਕੱਲਾ ਮੈਂ ਹੀ ਇਹ ਚੀਜ਼ਾਂ 'ਚ ਲੰਘਿਆ, ਹਰੇਕ ਬੰਦੇ ਦੀ ਆਪਦੀ ਸਟੋਰੀ ਹੈ ਬਾਈ। ਬਸ ਮੇਰੀ ਤਾਂ ਇਹੀ ਦਰਖਾਸਤ ਵੀ ਕਿਸੇ ਨੂੰ ਜੱਜ ਨਾ ਕਰਿਆ ਕਰੋ, ਮੇਰੇ ਵਰਗੇ ਬਾਈ ਲੱਖਾਂ ਹੀ ਬੰਦੇ ਬਾਰਡਰ 'ਤੇ ਤੁਰੇ ਬੈਠੇ ਨੇ, ਤੁਸੀਂ ਦੇਖੋ ਮੈਂ ਕਿੰਨਾ ਦੁਖੀ ਹਾਂ, ਉੱਥੇ ਕਿੰਨੇ ਦੁਖੀ ਨੇ। ਮੈਂ ਕੱਲ੍ਹ ਵੀਡੀਓ ਦੇਖੀ ਜਾਂਦਾ ਸੀਗਾ, ਅੰਕਲ ਉਹਨਾਂ ਦਾ ਸੋਰਸ ਆਫ ਇਨਕਮ ਉਹਨਾਂ ਦਾ ਮੁੰਡਾ ਸੀਗਾ 24 ਸਾਲਾਂ ਦਾ,
ਮੰਡੀ ਪਿੰਡ ਗੁਰਦੀਪ ਸਿੰਘ ਕੋ ਅੰਕਲ ਦਾ ਨਾਮ ਹੈ ਅਤੇ ਉਹਦੇ ਮੁੰਡੇ ਦੀ ਡੈਥ ਹੋ ਗਈ ਉੱਥੇ ਹਾਰਟ ਅਟੈਕ ਨਾਲ ਅਤੇ ਉਹ ਬੰਦਾ ਅੱਜ ਵੀ ਐਂ ਕਹਿ ਰਿਹਾ ਵੀ ਮੈਨੂੰ ਕੁਰਬਾਨੀ ਵੀ ਦੇਣੀ ਪੈ ਜਾਵੇ ਉੱਥੇ ਜਾ ਕੇ ਮੈਂ ਦੇਣ ਨੂੰ ਰੈਡੀ ਹਾਂ ਵੀ ਮੇਰਾ ਮੁੰਡਾ ਤਾਂ ਚਲੇ ਗਿਆ ਮੈਂ ਕੀ ਕਰਨਾ ਮੇਰੀ ਵਾਈਫ ਹੈ ਜਾਂ ਤਾਂ ਉਹ ਵੀ ਉੱਥੇ ਜਾ ਕੇ ਸ਼ਹੀਦ ਹੋ ਜੂਗੀ ਜਾਂ ਫਿਰ ਤੁਸੀਂ ਕੋਈ ਵੀ ਜਿਹੜਾ ਮੇਰੀ ਬਾਤ ਸੁਣਦਾ ਵੀ ਉਹਨਾਂ ਦਾ ਮੇਰੇ ਪਰਿਵਾਰ ਦਾ ਖਿਆਲ ਰੱਖ ਰਿਹਾ ਕਿਉਂਕਿ ਉਹੀ ਇਕੱਲੀ ਰਹਿ ਗਈ ਤੁਸੀਂ ਉਹ ਬੰਦੇ ਦਾ ਜਿਗਰਾ ਦੇਖੋ ਬਾਈ ਅਤੇ ਜਦੋਂ ਉਹ ਬੰਦਾ ਉਹ ਗੱਲ ਕਰ ਰਿਹਾ ਸੀ ਉਹਦੀ ਅੱਖ 'ਚੋਂ ਇੱਕ ਵੀ ਹੰਝੂ ਨਹੀਂ ਡਿੱਗਿਆ ਅੰਦਰੋਂ ਭਾਵੇਂ ਰੋਂਦਾ ਹੋਵੇ ਸੀ ਇਹ ਚੀਜ਼ਾਂ ਦੇਖ ਕੇ ਯਾਰ ਐਂ ਹੁੰਦਾ ਵੀ ਕੁਛ ਨਹੀਂ ਹੈਗੀ ਜ਼ਿੰਦਗੀ ਬਾਈ ਜਿਹੜੇ ਲੋਕਾਂ ਨੇ ਕਾਨੂੰਨ ਵੀ ਬਣਾਏ ਨੇ ਮੈਂ ਉਹਨੂੰ ਇਹ ਚੀਜ਼ ਕਹਿਣਾ ਚਾਹੁੰਦਾ ਵੀ ਨਾ ਕਰੋ ਯਾਰ ਇੱਦਾਂ ਬਹੁਤ ਲੋਕ ਦੁਖੀ ਨੇ ਬਾਈ ਬਹੁਤ ਦੁਖੀ ਨੇ ਲੋਕ ਯਾਰ ਇੱਦਾਂ ਨਾ ਕਰੋ ਬਾਈ ਬਹੁਤ ਗਲਤ ਹੋ ਰਿਹਾ ਯਾਰ ਆਪਣੇ ਸਾਰਿਆਂ ਨਾਲ ਸਾਰੇ ਕਿਸਾਨਾਂ ਨਾਲ ਮੈਂ ਨਹੀਂ ਕਹਿ ਰਿਹਾ ਇਕੱਲੇ ਪੰਜਾਬ ਨਾਲ ਗਲਤ ਹੋ ਰਿਹਾ ਸਾਰੇ ਕਿਸਾਨਾਂ ਨਾਲ ਗਲਤ ਹੋ ਰਿਹਾ ਮੈਂ ਬਾਈ ਸੀਰੀਅਸਲੀ ਜਿਵੇਂ ਤੁਹਾਡਾ ਮਨ ਅਸੀਂ ਨਾ ਜਿੱਦਣ ਲਾਲ ਕਿਲ੍ਹੇ ਦੀ ਘਟਨਾ ਹੋਈ ਇੱਕ ਮੁੰਡੇ ਦੀ ਗੋਲੀ ਵੱਜੀ ਮੈਂ ਜਾ ਕੇ ਉਹਨੂੰ ਵਿਚਾਰੇ ਨੂੰ ਕਿਹਾ ਗੋਲੀ ਵੱਜੀ ਪੱਟ 'ਚ ਮੈਂ ਕਿਹਾ ਬਾਈ ਹੌਂਸਲਾ ਰੱਖੀ ਅਸੀਂ ਤੇਰੇ ਨਾਲ ਆਂਗੇ ਹੌਂਸਲਾ ਰੱਖ ਉਹ ਵਿਚਾਰਾ ਜਿਵੇਂ ਤੁਸੀਂ ਕਹਿ ਰਹੇ ਹੋ ਕਹਿੰਦਾ ਬਾਈ ਮੇਰੀ ਪਰਵਾਹ ਨਾ ਮੰਨ ਹਾਂ ਦੇਖ ਲਓ ਬਾਈ ਅਰਜਿਗਰਾ ਇਹ ਜੋ ਯੰਗ ਮੁੰਡਾ ਸੀਗਾ ਉਹਨੇ ਮੈਂ ਜਮਾਂ ਕੋਲੇ ਗਿਆ ਮੇਰਾ ਬੜਾ ਇਮੋਸ਼ਨਲ ਹੋ ਗਿਆ ਮੈਂ ਜਾ ਕੇ ਮੈਂ ਹੌਂਸਲਾ ਦਿੱਤਾ ਜਾ ਕੇ ਮੈਂ ਬਾਈ ਗੋਲੀ ਵੱਜੀ ਹੋਈ ਬੰਦੇ ਦੇ ਜਾ ਕੇ ਅਸੀਂ ਐਂਬੂਲੈਂਸ ਕਢਾਈ ਐਂਬੂਲੈਂਸ 'ਚ ਪਾਇਆ ਉਹਨੂੰ ਮੈਂ ਕਿਹਾ ਯਾਰ ਕੁਛ ਨਹੀਂ ਹੁੰਦਾ ਤੂੰ ਹੌਂਸਲਾ ਰੱਖੀ ਤੂੰ ਯੰਗ ਆ ਅੱਗੋਂ ਬੋਲਿਆ ਕਹਿੰਦਾ ਬਾਈ ਮੇਰੀ ਪਰਵਾਹ ਨਾ ਕਰੋ ਦੇਖ ਲਓ ਬਾਈ ਉਹ ਬੰਦੇ ਦਾ ਜਿਗਰਾ ਸਲੂਟ ਆ ਯਾਰ ਭਰਾ ਨੂੰ ਇੱਦਾਂ ਦੇ ਦੇਖ ਲਓ ਬਾਈ ਕਿੰਨੇ ਹੀ ਬੰਦੇ ਨੇ ਜਿਹਨਾਂ ਨਾਲ ਕੁਛ ਹੋ ਗਿਆ ਕਿਸੇ ਕੋਈ ਮਾਰ ਪਿਆ ਉੱਥੇ ਕਿਸੇ ਨੂੰ ਦਵਾਈਆਂ ਚਲੋ ਆਪਣੇ ਬੰਦੇ ਨੇ ਸਾਰਿਆਂ ਨੂੰ ਦਵਾਈਆਂ ਪਰ ਬਾਈ ਜਿਹੜਾ ਦਰਦ ਆ ਉਹ ਤਾਂ ਦਰਦ ਹੀ ਹੈ ਨਾ ਕੱਲਾ ਤੁਸੀਂ ਦਵਾਈ ਲੈ ਕੇ ਨਹੀਂ ਇਹਨਾਂ ਨੂੰ ਠੀਕ ਕਰ ਸਕਦੇ ਹੈਗੇ ਬਾਈ ਸੋ ਇਹ ਚੀਜ਼ਾਂ ਬਾਈ ਜੀ ਮੈਂ ਵਾਰ ਵਾਰ ਬਾਈ ਕਹੀ ਜਾਂਦਾ ਪਰ ਪਲੀਜ਼ ਯਾਰ ਥੋੜ੍ਹਾ ਖਿਆਲ ਕਰੋ ਜਿਹੜੇ ਬੰਦੇ ਵੀ ਮੋਢੀ ਨੇ ਜਿਹਨਾਂ ਦੇ ਹੱਥ 'ਚ ਇਹ ਸਾਰੀ ਚੀਜ਼ ਹੈਗੀ ਹੈ ਜਿਹੜੇ ਗੱਲ ਕਰ ਸਕਦੇ ਨੇ ਪਲੀਜ਼ ਖਿਆਲ ਰੱਖੋ ਜਿਹੜਾ ਤੁਹਾਡੇ ਪਿੱਛੇ 5-10 ਲੱਖ ਬੰਦਾ ਖੜਾ ਬਾਈ ਉਹਨਾਂ ਦਾ ਥੋੜ੍ਹਾ ਜਿਹਾ ਖਿਆਲ ਰੱਖੋ ਸਿਰਫ ਆਪਣੇ ਆਲੇ ਦੁਆਲੇ ਜਿਹੜਾ 30-32 ਬੰਦਿਆਂ ਦਾ ਸਰਕਲ ਆ ਉਹਦੇ ਵੱਲ ਹੀ ਨਹੀਂ ਝਾਤੀ ਮਾਰੀ ਜਾਓ ਜਿਹੜੇ ਪਿੱਛੇ ਬੰਦੇ ਬੈਠੇ ਨੇ ਉਹਨਾਂ ਵੱਲ ਥੋੜ੍ਹਾ ਜਿਹਾ ਖਿਆਲ ਰੱਖੋ ਭਰਾ ਕਰਨ ਵੈਸੇ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਪਰ ਆਉਣ ਵਾਲੇ ਦਿਨਾਂ 'ਚ ਤੁਸੀਂ ਅੱਗੇ ਕੀ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕੀ ਹੋਰ ਜਿਹੜਾ ਤੁਸੀਂ ਕੋਈ ਤੁਹਾਡੇ ਪ੍ਰੋਜੈਕਟ ਕੀ ਨੇਗੇ ਫਿਲਮਾਂ ਦੇ ਬਾਰੇ ਵੀ ਸੁਣਿਆ ਸੀ ਕੋਈ ਇਸ ਤਰ੍ਹਾਂ ਬਿਲਕੁਲ ਬਾਈ ਫਿਲਮਾਂ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਉਹੀ ਸਕ੍ਰਿਪਟਾਂ ਵਗੈਰਾ ਲੱਭ ਰਹੇ ਹਾਂ ਕਿਉਂਕਿ ਮੈਨੂੰ ਇਹ ਨਹੀਂ ਹੈਗਾ ਵੀ ਸਿਰਫ ਫਿਲਮ ਦੇ ਨਾਮ ਨੂੰ ਫਿਲਮ ਕਰ ਦਈਏ ਚੰਗੀ ਫਿਲਮ ਹਾਂਜੀ ਕੁਛ ਵਧੀਆ ਹੋਵੇ ਚਾਹੇ ਉਹ ਲਵ ਸਟੋਰੀ ਹੋਵੇ ਚਾਹੇ ਕੁਛ ਵੀ ਹੋਵੇ ਪਰ ਉਹ ਵਧੀਆ ਫਿਲਮ ਹੋਵੇ ਜਿੱਦਾਂ ਕੁਛ ਮੈਸੇਜ ਵੀ ਹੋਵੇ ਉਹਦੇ 'ਚ ਸਾਰਾ ਕੁਛ ਇੱਕ ਕੰਬੀਨੇਸ਼ਨ ਹੋਵੇ ਉੱਦਾਂ ਦੀ ਕਰਨ ਦੀ ਟਰਾਈ ਹੋਊਗੀ ਅਤੇ ਉਹੀ ਚੀਜ਼ ਉਦੋਂ ਤੱਕ ਉਹ ਚੀਜ਼ ਨਹੀਂ ਲੱਭਦੀ ਉਦੋਂ ਤੱਕ ਆਪਾਂ ਮੂਵੀ ਨਹੀਂ ਕਰਾਂਗੇ ਬਾਈ ਅਤੇ ਬਾਕੀ ਅੱਗੇ ਬਾਈ ਇਹੀ ਪਲਾਨ ਹੈ ਹੁਣ ਅਸਤਾ ਸਭ ਤਾਂ ਇਹੀ ਹੈ ਵੀ ਸਭ ਤੋਂ ਪਹਿਲਾਂ ਆਹ ਸਾਰਾ ਕੁਛ ਸਹੀ ਹੋਵੇ ਅਤੇ ਉਹ ਤੋਂ ਬਾਅਦ ਹੀ ਪਲੈਨਿੰਗਾਂ ਕਰਾਂਗੇ ਕਿਉਂਕਿ ਇਸ ਟਾਈਮ ਸਭ ਤੋਂ ਵੱਡਾ ਮੁੱਦਾ ਇਹੀ ਹੈ ਬਾਈ ਇਸ ਟਾਈਮ ਆਪਾਂ ਗਾਣਿਆਂ ਬਾਰੇ ਤਾਂ ਬੜਾ ਸੋਚ ਵੀ ਨਹੀਂ ਸਕਦੇ ਹੈਗੇ ਚਲੋ ਸਾਰੇ ਛੱਡੀ ਵੀ ਜਾਂਦੇ ਕਰੀ ਜਾਂਦੇ ਉਹ ਕੰਮ ਵੀ ਆ ਉਹ ਕਰਨਾ ਵੀ ਹੈ ਆਈ ਵੀ ਜਾਣਗੇ ਪਰ ਸਾਡਾ ਮੇਨ ਫੋਕਸ ਤਾਂ ਇਹੀ ਹੈ ਬਾਈ ਗਾਣੇ ਵਾਲਾ ਇਹ ਨਾ ਹੋ ਚੱਕਰੋ ਵੀ ਜੇ ਕਿਸੇ ਸਿੰਗਰ ਨੇ ਗਾਣਾ ਛੱਡਤਾ ਤਾਂ ਉਹ ਹੁਣ ਇੱਧਰ ਨੂੰ ਹੋ ਲਿਆ ਬਾਈ ਉਹਦਾ ਸਾਈਡ 'ਤੇ ਕੰਮ ਉਹ ਚੱਲੀ ਜਾਣਾ ਕਿਉਂਕਿ ਬਾਈ ਹਰੇਕ ਬੰਦੇ ਦੀਆਂ ਪਲੈਨਿੰਗਸ ਹੁੰਦੀਆਂ ਨੇ ਕਿਸੇ ਨੂੰ ਥੋੜ੍ਹੀ ਪਤਾ ਸੀ ਵੀ ਅੱਜ 3 ਟਾਈਮ ਬਾਅਦ ਆ ਹੋਜੂਗਾ ਹੈ ਨਾ ਹੁਣ ਕਿਸੇ ਨੇ ਵਿਚਾਰੇ ਨੇ ਪੈਸੇ ਫੜੇ ਹੋਣੇ ਆ ਕਿਸੇ ਤੋਂ ਅਤੇ ਉਹਦੇ 6 ਮਹੀਨੇ ਬਾਅਦ ਗਾਣਾ ਆਉਣਾ ਅਤੇ ਉਹਦੀ 6 ਮਹੀਨੇ ਦੀ ਡੇਟ ਜਨਵਰੀ 'ਚ ਆ ਗਈ ਤਾਂ ਉਹਦਾ ਕਸੂਰ ਥੋੜ੍ਹੀ ਹੈ ਨਾ ਉਹਦਾ ਗਾਣਾ ਆਉਣਾ ਉਹਦਾ ਆ ਜਾਣ ਤੋਂ ਵੀ ਤੁਸੀਂ ਉਹ ਚੀਜ਼ ਨੂੰ ਸਾਈਡ 'ਤੇ ਰੱਖੋ ਪਰ ਉਹ ਬੰਦਾ ਆਪ ਤਾਂ ਧਰਨੇ 'ਤੇ ਬੈਠਾ ਨਾ ਉਹ ਗਾਣੇ 'ਚ ਕਿਹੜਾ ਲਾਈਵ ਸ਼ੂਟ ਹੋ ਰਹੀ ਹੈ ਵੀ ਹੁਣ ਸ਼ੂਟ ਕਰ ਰਿਹਾ ਆਹ ਕਰ ਰਿਹਾ ਵੀ ਉਹ ਚੀਜ਼ਾਂ 'ਤੇ ਬੜਾ ਧਿਆਨ ਨਾ ਦਿਓ ਬਾਈ ਗਾਣੇ ਗੁਣੇ ਤਾਂ ਚੱਲਦੇ ਰਹਿਣਾ ਸਾਈਡ 'ਤੇ ਆਈ ਵੀ ਜਾਣਗੇ ਬਸ ਤੁਸੀਂ ਮੇਨ ਆਪਣਾ ਜਿਹੜਾ ਮੁੱਦਾ ਫੋਕਸ ਆ ਵੀ ਆਹ ਮੁੱਕੇ ਉਹ ਤੋਂ ਬਾਅਦ ਆਹ ਸਾਰਾ ਕੁਛ ਸਹੀ ਹੋਵੇ ਉਹ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ ਬਾਈ ਉਦੋਂ ਤੱਕ ਮੈਂ ਇੱਥੇ ਹੀ ਹਾਂ ਬਾਈ ਉਦੋਂ ਤੱਕ ਜਾਂਦਾ ਨਹੀਂ ਹੈਗਾ ਬੈਕ ਜੇ ਦੁਬਾਰਾ ਲੋੜ ਪਈ ਮਤਲਬ ਜਦੋਂ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਸਾਰੇ ਜਿਹੜੇ ਸਾਡੇ ਆਗੂ ਨੇ ਜਾਂ ਜਿਹੜੇ ਜੀ ਲੋਕ ਉੱਥੇ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਿਲਕੁਲ ਬਾਈ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਵੀ ਹੈ ਅਤੇ ਮੈਂ ਤੁਹਾਨੂੰ ਦੱਸ ਵੀ ਰਿਹਾ ਵੀ ਜਿੱਥੇ ਵੀ ਸਾਡੀ ਲੋੜ ਹੈ ਜਿੰਨੇ ਜੋਗੇ ਅਸੀਂ ਹੈਗੇ ਅਸੀਂ ਕਰਦੇ ਰਹਾਂਗੇ ਅਤੇ ਕਰ ਰਹੇ ਹਾਂ ਅਤੇ ਆਉਣ ਵਾਲੇ ਟਾਈਮ 'ਚ ਵੀ ਕਰਦੇ ਰਹਾਂਗੇ ਇਕੱਲੇ ਇਹ ਸੰਘਰਸ਼ ਦੇ ਵਿੱਚ ਨਹੀਂ ਜੇ ਪੰਜਾਬ ਦੇ ਉੱਤੇ ਜਾਂ ਆਪਣੇ ਸਾਰੇ ਕਿਸਾਨਾਂ ਦੇ ਉੱਤੇ ਕੋਈ ਹੋਰ ਵੀ ਕੋਈ ਗੱਲ ਆਉਂਦੀ ਹੈ ਜਾਂ ਅੱਗੇ ਫਿਊਚਰ 'ਚ ਵੀ ਕੁਛ ਆਉਂਦਾ ਅਸੀਂ ਸਾਰੇ ਸਿੰਗਰ ਭਰਾ ਮੈਂ ਵੀ ਆਪ ਅਸੀਂ ਸਾਰੇ ਖੜੇ ਹਾਂ ਬਾਈ ਤੁਹਾਡੇ ਲਈ ਜਿੱਥੇ ਵੀ ਬਸ ਸਾਡੀ ਲੋੜ ਹੈ ਸਾਨੂੰ ਲਾ ਦਿਓ ਉੱਥੇ ਕਿਉਂਕਿ ਇੰਨੀ ਮੈਨੂੰ ਵੀ ਨਹੀਂ ਐਕਡੈਮਿਕ ਨੌਲੇਜ ਨਹੀਂ ਹੈਗੀ ਜਾਂ ਕੁਛ ਨਹੀਂ ਹੈਗਾ ਵੀ ਜਿਹੜਾ ਮੈਂ ਰੋਜ਼ ਬਹਿ ਕੇ ਕਿਤਾਬਾਂ ਪੜ੍ਹਦਾ ਵੀ ਮੈਂ ਜਾ ਕੇ ਉੱਥੇ ਲੜ ਸਕਾਂ ਜਾਂ ਮੈਂ ਬੋਲ ਸਕਾਂ ਬੋਲਣ 'ਚ ਮੈਂ ਬੜਾ ਗੁੱਡ ਨਹੀਂ ਹੈਗਾ ਬਾਈ ਹੈ ਨਾ ਪਰ ਮੈਨੂੰ ਇਹ ਆ ਵੀ ਜੇ ਤੁਸੀਂ ਮੈਨੂੰ ਕਿਸੇ ਮੇਰੀ ਕੋਈ ਡਿਊਟੀ ਲਾ ਦੋਗੇ ਤਾਂ ਮੈਂ ਉੱਥੇ ਖੜੂੰਗਾ ਬਾਈ ਭੱਜਦਾ ਨਹੀਂ ਹੈਗਾ ਬਸ ਇਹੀ ਆ ਵੀ ਸਾਡੇ ਸਾਰੇ ਵੱਲੋਂ ਅਪੀਲ ਆ ਤੁਹਾਨੂੰ ਵੀ ਕੋਈ ਵੀ ਕੰਮ ਹੈ ਕੁਛ ਵੀ ਹੈ ਤੁਸੀਂ ਜ਼ਰੂਰ ਸਾਡੀ ਮੈਨੇਜਮੈਂਟ ਨੂੰ ਕੰਟੈਕਟ ਕਰੋ ਕੁਛ ਵੀ ਕਰੋ ਬਾਕੀ ਸਾਡੇ ਵੱਲੋਂ ਜਿੰਨਾ ਹੋ ਰਿਹਾ ਅਸੀਂ ਆਲਰੇਡੀ ਉਹ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ ਬਾਈ ਬਿਲਕੁਲ ਸਾਰੀਆਂ ਫੈਮਿਲੀਜ਼ ਲਈ ਜਿਨ੍ਹਾਂ ਦੇ ਪਰਿਵਾਰਾਂ 'ਚ ਲੋਕ ਸ਼ਹੀਦ ਹੋਏ ਨੇ ਜਾਂ ਜਿਨ੍ਹਾਂ ਨੂੰ ਲੋੜ ਹੈ ਜੈਨੂਨਲੀ ਸਾਰਾ ਕੁਛ ਅਸੀਂ
ਉਹੀ ਗੱਲ ਆ ਗਈ ਬਈ ਲੋਕ 2 ਮਿੰਟ ਚ ਸੋਚ ਲੈਂਦੇ ਨੇ ਜੇ ਤੁਸੀਂ ਬਾਈ ਸੋਚਣੋਂ ਹਟ ਜਾਓ ਨਾ ਆਹ ਚੀਜ਼ਾਂ ਸਾਡਾ ਕੰਮ ਇੰਨਾ ਸੌਖਾ ਹੋ ਜਾਵੇ ਤੇ ਅਸੀਂ ਇੰਨੀ ਵਧੀਆ ਲੱਗਣ ਨਾ ਸੇਵਾ ਕਰੀਏ ਨਾ ਤਾਂ ਮੈਂ ਕਹਿੰਦਾ ਸੱਚੀ ਕਹਿਣਾ ਕਿਉਂਕਿ ਬਸ ਇੱਦਾਂ ਨਾ ਬਾਈ ਪਲੀਜ਼ ਸੋਚਿਆ ਕਰੋ ਵੀ ਆਹ ਬੰਦਾ ਹੁਣ ਆਹ ਕਰ ਰਿਹਾ ਇਹਦੇ ਪਿੱਛੇ ਕੋਈ ਰੀਜ਼ਨ ਹੋਊਗਾ ਜਾਂ ਆਪਦਾ ਫਾਇਦਾ ਲੱਭ ਰਿਹਾ ਪਰਮਾਤਮਾ ਨੇ ਬਹੁਤ ਯੋਗੀ ਕੀਤਾ ਹੋਇਆ ਬਾਈ ਆਲਰੇਡੀ ਆਪਣੇ ਖਾਣ ਯੋਗਾ ਤਾਂ ਅਸੀਂ ਕਰੀ ਜਾਂਦੇ ਹਾਂ ਬਸ ਸਾਨੂੰ ਇਹ ਆ ਵੀ ਜਿਹੜਾ ਕਿਸੇ ਦੇ ਝੋਲੀਏ ਸੀ ਕੁਛ ਪਾ ਸਕਦੇ ਹਾਂ ਤਾਂ ਕਿਉਂ ਨਾ ਕਰੀਏ ਬਾਈ ਦਸਵੰਧ ਕੱਢਣ ਨੂੰ ਤਾਂ ਆਪਾਂ ਨੂੰ ਗੁਰੂ ਸਾਹਿਬ ਨੇ ਸਾਰਿਆਂ ਨੂੰ ਹੀ ਕਿਹਾ ਹੋਇਆ ਤਾਂ ਆਪਾਂ ਸਾਰੇ ਕੱਢਦੇ ਹੀ ਹਾਂ ਬਾਈ ਇਹ ਚੀਜ਼ਾਂ ਬਸ ਆਪਾਂ ਦੱਸਦੇ ਨਹੀਂ ਹੈਗੇ ਇਹ ਚੀਜ਼ਾਂ ਹਨਾ ਇਹ ਚੀਜ਼ਾਂ ਥੋੜ੍ਹਾ ਖਿਆਲ ਰੱਖਿਆ ਕਰੋ ਬਾਈ ਕਿਸੇ ਬੰਦੇ ਨੂੰ ਬਲੇਮ ਨਾ ਕਰਿਆ ਕਰੋ ਯਾਰ ਬਸ ਕਰਨ ਤੁਹਾਡੀ ਗੱਲ ਕਿਉਂਕਿ ਤੁਹਾਡਾ ਹੁਣੇ ਹੁਣੇ ਮੈਰਿਜ ਹੋਈ ਸੀ ਤੁਹਾਡੀ ਗੱਲਬਾਤ ਲਗਾਤਾਰ ਇਸ ਮਸਲੇ ਬਾਰੇ ਵੀ ਪਰਿਵਾਰ ਨਾਲ ਹੁੰਦੀ ਰਹਿੰਦੀ ਹੈ ਹਾਂਜੀ ਮੇਰੀ ਇੰਗੇਜਮੈਂਟ ਹੋਈ ਸੀਗੀ ਬਾਈ ਮੈਰਿਜ ਸਾਰਿਆਂ ਨੇ ਦੋਵੇਂ ਇੰਗੇਜਮੈਂਟ ਹੋਈ ਸੀ ਹਾਂਜੀ ਇੰਗੇਜਮੈਂਟ ਹੋਈ ਸੀਗੀ ਵਿਆਹ ਹਲੇ ਮੈਂ ਥੋੜੇ ਟਾਈਮ ਤੱਕ ਕਰਾਉਂਗਾ ਪਰ ਗੱਲਬਾਤ ਤੁਹਾਡੀ ਹੁੰਦੀ ਰਹਿੰਦੀ ਹੈ ਤੁਹਾਡੀ ਹੁੰਦੀ ਰਹਿੰਦੀ ਹੈ ਜੀ ਈਵਨ ਮੇਰੇ ਸਾਹਮਣੇ ਕਿਉਂਕਿ ਆ ਸਾਰਾ ਜਿਹੜਾ ਮਾਹੌਲ ਸਾਰਿਆਂ ਨਾਲ ਹੁੰਦੀ ਰਹਿੰਦੀ ਹੈ ਦੇਖੋ ਭੈਣ ਉਹਨਾਂ ਨਾਲ ਵੀ ਹੁੰਦੀ ਰਹਿੰਦੀ ਹੈ ਸਾਰਿਆਂ ਨਾਲ ਹੁੰਦੀ ਰਹਿੰਦੀ ਹੈ ਤੇ ਈਵਨ ਮੇਰੀ ਫਿਆਂਸੇ ਉਹ ਵੀ ਉਹਨੂੰ ਵੀ ਮੈਂ ਦੱਸਦਾ ਰਹਿਣਾ ਕਿਉਂਕਿ ਉਹ ਉਧਰਲੀ ਬੋਰਨ ਹੈ ਪਰ ਉਹਨਾਂ 'ਚ ਵੀ ਇੰਨਾ ਉਤਸ਼ਾਹ ਮੈਂ ਤੁਹਾਨੂੰ ਇਕੱਲੀ ਚੀਜ਼ ਪੁੱਛਦੇ ਰਹਿੰਦੇ ਵੀ ਹੁਣ ਕੀ ਹੋਇਆ ਹੁਣ ਕੀ ਹੋਇਆ ਕਿੱਦਾਂ ਸਹੀ ਹੋਊਗਾ ਵਾਇਸ ਦਿਸ ਹੈਪਨਿੰਗ ਕਿਉਂ ਨਹੀਂ ਕਰ ਰਹੇ ਜਾਣੀ ਉਹ ਇਕੱਲੀ ਨਹੀਂ ਸਾਰੇ ਜਿਹੜੇ ਉਧਰਲੇ ਬੋਰਨ ਵੀ ਨੌਜਵਾਨ ਨੇ ਜਾਂ ਜਵਾਕ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਹੈਗਾ ਉਹ ਵੀ ਰੋਜ਼ ਸਵੇਰੇ ਉੱਠ ਕੇ ਦੇਖਦੇ ਨੇ ਵੀ ਕੀ ਬਣਿਆ ਕੁਛ ਬਣਿਆ ਆਪਣੇ ਪੰਜਾਬ ਦਾ ਜਾਂ ਆਪਣੇ ਕਿਸਾਨਾਂ ਦਾ ਅਤੇ ਉੱਥੇ ਵੀ ਜਾ ਕੇ ਜਿਹੜੇ ਆਪਣੇ ਉੱਧਰਲੇ ਬੋਰਨ ਜਵਾਕ ਨੇ ਉਹ ਵੀ ਜਾ ਕੇ ਸਰੀ 'ਚ ਵੈਨਕੂਵਰ 'ਚ ਚੌਂਕਾਂ ਦੇ ਉੱਤੇ ਖੜ੍ਹਦੇ ਨੇ ਬਾਈ ਝੰਡੇ ਲੈ ਕੇ ਉੱਧਰਲੇ ਜਵਾਕ ਨੇ ਹਾਲਾਂਕਿ ਉਹਨਾਂ ਨੂੰ ਕੁਛ ਨਹੀਂ ਪਤਾ ਹੈਗਾ ਬਸ ਉਹਨਾਂ ਨੂੰ ਇਹ ਪਤਾ ਵੀ ਧੱਕਾ ਹੋ ਰਿਹਾ ਆਪਣੇ ਬੰਦੇ ਨਾਲ ਸੋ ਗੱਲ ਹੁੰਦੀ ਰਹਿੰਦੀ ਬਈ ਪਰਿਵਾਰ ਨਾਲ ਉਹਨਾਂ ਨੂੰ ਦੱਸਦੇ ਰਹਿੰਦੇ ਵੀ ਟੈਨਸ਼ਨ ਨਾਲੋਂ ਸਾਰਾ ਕੁਛ ਸਹੀ ਹੋਊ ਕਿਉਂਕਿ ਉਹਨਾਂ ਨੂੰ ਵੀ ਬਾਈ ਚਿੰਤਾ ਆਪਣੇ ਸਾਰਿਆਂ ਦੀ ਉਹਨਾਂ ਨੂੰ ਵੀ ਹੈ ਨਾ ਵੀ ਆਪਣੇ ਕਿਉਂਕਿ ਜਦੋਂ ਆਪਣੇ ਬੰਦੇ ਨਾਲ ਧੱਕਾ ਹੁੰਦਾ ਬਈ ਕਿਉਂ ਖੇਤੀ ਵਾਲੇ ਪਰਿਵਾਰ 'ਚ ਪਲੇ ਆ ਮੋਟਰਾਂ 'ਚ ਜਾਂਦੇ ਰਹੇ ਉਹ ਚੀਜ਼ਾਂ ਹੁੰਦਾ ਵੀ ਯਾਰ ਹੁਣ ਆਹ ਚੀਜ਼ਾਂ ਆਪਾਂ ਤੋਂ ਖੋਲਣਗੇ ਸੋ ਉਹ ਚੀਜ਼ਾਂ ਬਾਈ ਨਹੀਂ ਦਿਲ ਕਰਦਾ ਹੈ ਨਾ ਸੋ ਉਹਨਾਂ ਨੂੰ ਵੀ ਹਾਂਜੀ ਬਿਲਕੁਲ ਪਰਿਵਾਰ ਨਾਲ ਸਾਰਿਆਂ ਨੂੰ ਹੁੰਦੀ ਰਹਿੰਦੀ ਹੈ ਗੱਲ ਸਾਰੇ ਇਹੀ ਪੁੱਛਦੇ ਰਹਿੰਦੇ ਬਾਈ 24 ਘੰਟੇ ਵੀ ਸਭ ਕੁਛ ਠੀਕ ਆ ਮਾਹੌਲ ਕਿੱਦਾਂ ਕਿਉਂਕਿ ਜਿਹੜੀ ਹੁਣ ਗੱਲ ਉੜੀ ਸੀਗੀ ਹੁਣੇ ਵੀ ਧਰਨਾ ਪੱਟ ਤਾ ਦੀ ਜੀ ਉੱਥੇ ਲਾਠੀ ਚਾਰਜ ਹੋ ਗਿਆ ਉਹਨੇ ਦੋ ਤਿੰਨ ਚੀਜ਼ਾਂ ਜਿਹੜੀ ਹਾਈਲਾਈਟ ਸਾਹਿਬ ਨੇ ਖਾਸ ਤੌਰ ਤੇ ਟਕੈਤ ਬਿਲਕੁਲ ਬਾਈ ਦੇਖ ਲਓ ਹਨਾ ਮੈਂ ਇੱਕ ਦਿਨ ਕੋਟ ਪੜੀ ਜਾਂਦਾ ਸੀ ਕਹਿੰਦਾ ਮੋਰਚੇ ਜਾਨ ਪਾ ਗਿਆ ਥਰੂ ਟਕੈਤ ਦੇ ਅਤੇ ਉਹ ਚੀਜ਼ਾਂ ਸੱਚੀਆਂ ਹੋਈਆਂ ਨੇ ਬਾਈ ਰਾਤੋ ਰਾਤ ਚੀਜ਼ਾਂ ਬਦਲ ਗਈਆਂ ਹਨਾ ਆਪਾਂ ਤਾਂ ਦੇਖਿਆ ਉੱਥੇ ਹੀ ਸੀਗੇ ਅਸੀਂ ਅਤੇ ਉਹ ਪਰ ਜਿਹੜਾ ਬਾਹਰ ਜਿਹੜੀਆਂ ਖਬਰਾਂ ਚੱਲ ਰਹੀਆਂ ਉਹ ਇੱਕ ਚੀਜ਼ ਹਾਈਲਾਈਟ ਕਰ ਕਰ ਵਾਰ ਵਾਰ ਦਿਖਾਈ ਜਾਂਦੇ ਨੇ ਵੀ ਹੁਣ ਆਹ ਹੋ ਗਿਆ ਹੁਣ ਇਹ ਹੋ ਗਿਆ ਜੀ ਲਾਠੀ ਚਾਰਜ ਹੋ ਗਈ ਅਤੇ ਬਾਹਰ ਹੁਣ ਮੈਂ ਇੱਕਤਰਫਾ ਪ੍ਰਚਾਰ ਕਰ ਰਿਹਾ ਹਾਂ ਮੀਡੀਆ ਦੇ ਇੱਕਤਰਫਾ ਪ੍ਰਚਾਰ ਜਿੰਨਾ ਅਸੀਂ ਵਰਡ ਸਪਰੈਡ ਕਰ ਸਕਦੇ ਹਾਂ ਅਸੀਂ ਵੀ ਕੀਤਾ ਵੈਨਕੂਵਰ ਟੋਰਾਂਟੋ ਵੀ ਇੱਦਾਂ ਦਾ ਕੁਛ ਨਹੀਂ ਹੈਗਾ ਜਿੰਨੇ ਹਾਲੇ ਵੀ ਤੁਹਾਡੇ ਲੋਕ ਕਿਉਂਕਿ ਉੱਧਰੋਂ ਵੀ ਕਈ ਜਿਹੜੇ ਲੋਕ ਸੀਗੇ ਇੱਥੇ ਆਉਣਾ ਚਾਹੁੰਦੇ ਸੀ ਇੱਕ ਦੋ ਡਾਕਟਰਸ ਮੇਰੇ ਫਰੈਂਡ ਨੇ ਜਿਹੜੇ ਆਉਣਾ ਚਾਹੁੰਦੇ ਸੀਗੇ ਅੱਗੇ ਕੈਂਪ ਲਾਉਣਾ ਚਾਹੁੰਦੇ ਸੀਗੇ ਸੋ ਉਹਨਾਂ ਨੂੰ ਮੈਂ ਦੱਸਿਆ ਵੀ ਤੁਸੀਂ ਸਟਿਲ ਆਓ ਵੀ ਕੋਈ ਚੱਕਰ ਨਹੀਂ ਹੈਗਾ ਇੱਥੇ ਯੂ ਗਾਸਨ ਖਾਮੇ ਨਹੀਂ ਠਾਇਮ ਹਨਾ ਵੀ ਵੈਲਕਮ ਆ ਸਾਰੇ ਤੁਹਾਡਾ ਉੱਦਾਂ ਹੀ ਸਵਾਗਤ ਕਰਨਗੇ ਅਤੇ ਉੱਦਾਂ ਹੀ ਉੱਥੇ ਰੌਣਕਾਂ ਲੱਗੀਆਂ ਅਤੇ ਉੱਦਾਂ ਹੀ ਸਾਰੇ ਸੰਘਰਸ਼